ਸਤਨਾ ਧਨ ਵਾਖੇ ਗੁਰੂ ਸਾਹਿਬ ਜੀਓ ਮ੍ਰਗ ਤਿਸ਼ਨਾ ਪੇਖ ਪੁੱਲ ਨੇ ਵੁਠੇ ਨਗਰ ਗੰਧਰਵ ਜਿਨਨੀ ਸਚ ਆਰਾਧਿਆ ਨਾਨਕ ਮਨ ਤਨ ਫਭ ਮ੍ਰਿਗ ਤਿਸ਼ਨਾ ਪੇਖ ਪੁੱਲਣੇ ਵੁਠੇ ਨਗਰ ਗੰਧਰਵ ਜਿਨੀ ਸਚ ਅਰਾਧਿਆ ਨਾਨਕ ਮਨ ਤਨ ਫਭ ਪਤਤ ਉਦਾਰਣ ਪਾਰ ਬ੍ਰਹਮ ਸਮਰਥ ਸਮਰਥ ਪੁਰਖ ਅਪਾਰ ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਪਤਿਤ ਉਧਾਰਨ ਪਾਰ ਬ੍ਰਹਮ ਸਮਰਥ ਪੁਰਖ ਆਪਾਰ ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਖਾਜ਼ੂਰੀ ਅੰਦਰ ਸੰਧਿਆ ਦੇ ਦੀਵਾਨ ਵਿੱਚ ਅੰਮ੍ਰਿਤ ਗੁਰਬਾਣੀ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਜੋ ਸ਼ਲੋਕ ਵਿਚਾਰ ਅਧੀਨ ਆਪ ਜੀ ਨੇ ਸਰਵਣ ਕੀਤੇ ਨੇ ਆਓ ਇਨਾ ਅੰਮ੍ਰਿਤ ਸ਼ਲੋਕਾਂ ਦੀ ਵਿਚਾਰ ਸਤਿਗੁਰੂ ਦੀ ਬਖਸ਼ਿਸ਼ ਆਪ ਸੰਗਤ ਦੀ ਅਸੀਸ ਨਾਲ ਕਰ ਸਕਾਂ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋ ਕਰੋ ਕਿਰਪਾ ਬਖਸ਼ੋ ਅਸੀਸ ਪਿਆਰ ادب ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਇਸ ਅੰਮ੍ਰਿਤ ਵਚਨ ਦੇ ਪਹਿਲਾ ਆਖਰੀ ਅਰਥ ਕਿ ਆਪਾਂ ਅੱਜ ਸ਼ਲੋਕਾਂ ਦੇ ਜੋ ਵਿਚਾਰ ਕਰਨੀ ਹੈ ਇਸ ਦੇ ਅਰਥ ਕੀ ਨੇ ਗੁਰੂ ਪੰਚਮ ਪਾਤਸ਼ਾਹ ਜੀ ਨੇ ਪਹਿਲਾ ਸ਼ਬਦ ਵਰਤਿਆ ਮ੍ਰਿਗ ਤਿਸ਼ਨਾ ਪੇਖ ਭੁੱਲਣੇ ਵੁਠੇ ਨਗਰ ਗੰਦਰਬ ਅਖਰੀ ਅਰਥ ਅਸੀਂ ਇੱਕ ਸ਼ਬਦ ਵਰਤਿਆ ਮਿਰਗ ਇੱਥੇ ਦਾਤਾਰ ਜੀ ਨੇ ਸ਼ਬਦ ਵਰਤਿਆ ਮਿਰਗ ਅਰਥ ਉਹੀ ਨੇ ਇਸ ਨੂੰ ਖਿਰਨ ਕਹਿ ਲੋ ਮਿਰਗ ਕਹਿ ਲੋ ਇਸ ਦਾ ਭਾਵ ਇਹ ਵੇ ਕਿ ਮਿਰਗ ਦੀ ਇੱਕ ਤ੍ਰਿਸ਼ਨਾ ਹੈ ਜਿਸ ਦੀ ਪੂਰਤੀ ਅਜ ਤੱਕ ਕਦੇ ਨਹੀਂ ਹੋਈ ਅੱਗੇ ਦਾ ਵਿਸਤਾਰ ਕਰਨੇ ਮਿਰਗ ਆਪਣੇ ਅੰਦਰ ਦੀ ਪਿਆਸ ਬੁਝਾਨ ਦੇ ਲਈ ਮਾਰੂਥਲ ਨੂੰ ਪਾਣੀ ਸਮਝ ਕੇ ਸਾਰਾ ਦਿਨ ਉਹਦੇ ਪਿੱਛੇ ਦੌੜਦਾ ਹੈ ਪਰ ਸੱਚ ਇਹ ਵੇ ਕਿ ਸਾਰਾ ਦਿਨ ਜਿਹਨੂੰ ਪਾਣੀ ਸਮਝ ਕੇ ਦੌੜਿਆ ਇੱਕ ਬੂੰਦ ਵੀ ਨਸੀਬ ਨਿਕ ਹੁੰਦੀ ਰਾਤ ਤੱਕ ਦੌੜਨ ਭੱਜਨ ਕਰਕੇ ਪਿਆਸ ਨਾਲ ਉਹਦੀ ਮੌਤ ਹੋ ਜਾਂਦੀ ਹੈ ਇਨੂੰ ਮਿਰਗ ਤਿਸ਼ਨਾ ਸ਼ਬਦ ਦਿੱਤਾ ਹੈ ਦੂਸਰਾ ਬਚਨ ਪੇਖ ਭੁੱਲਣੇ ਇਹ ਵੀ ਮਿਰਗ ਨਾਲ ਸੰਬੰਧਤ ਹੈ ਪੇਖ ਦਾ ਲਬਜ਼ੀ ਅਰਥ ਹੈ ਦੇਖਣਾ ਤੇ ਭੁੱਲਣੇ ਦਾ ਅਰਥ ਹੈ ਕਿ ਭੁੱਲ ਜਾਣਾ ਕਿ ਮਿਰਗ ਤਿਸ਼ਨਾ ਹੈ ਕਿ ਜਿਸ ਚੀਜ਼ ਨੂੰ ਵੇਖ ਰਹੇ ਕਾਂ ਉਹਦੇ ਬਾਰੇ ਭੁੱਲ ਗਏ ਆਂ ਵੀ ਇਹਦੀ ਅਸਲੀਅਤ ਕੁਝ ਹੋਰ ਹੈ ਵੁੱਠੇ ਵੁੱਠੇ ਦਾ ਲਬਜ਼ੀ ਅਰਥ ਹੈ ਵਸਣਾ ਵਸਣਾ ਨਗਰ ਗੰਧਰਵ ਇਸ ਨੂੰ ਗੰਦਰਬਾ ਨਗਰੀ ਵੀ ਕਹਿੰਦੇ ਨੇ ਗੁਰਬਾਣੀ ਵਿੱਚ ਇਹਦੇ ਲਈ ਇੱਕ ਸ਼ਬਦ ਵਰਤਿਆ ਹਰ ਚੰਦੌਰੀ ਗੰਧਰਬ ਨਗਰੀ ਵੀ ਹਰ ਚੰਦੌਰੀ ਵੀ ਇੱਕ ਸ਼ਬਦ ਹੋਰ ਵਰਤਿਆ ਹਰ ਚੰਦੌਰੜੀ ਪਰ ਇਹਦਾ ਇਹਨੂੰ ਖਰੀ ਚੰਦ ਦੀ ਨਗਰੀ ਕਹਿੰਦੇ ਨੇ ਇਹਦੇ ਪਿੱਛੇ ਵੀ ਇੱਕ ਘਟਨਾ ਹੈ ਕਿ ਖਰੀ ਚੰਦ ਨਗਰ ਜਿਹੜਾ ਦਾਨੀ ਸੀ ਉਹ ਆਪਣੇ ਨਗਰੀ ਸਮੇਤ ਸਵਰਗ ਨੂੰ ਗਿਆ ਗਲਤੀ ਕੀਤੀ ਵਾਪਸ ਛੱਡ ਦਿੱਤਾ ਗਿਆ ਤੇ ਉਹਦੇ ਬਾਰੇ ਕਿਹਾ ਜਾਂਦਾ ਉਹਦਾ ਨਗਰ ਅਜੇ ਆਕਾਸ਼ ਵਿੱਚ ਹੈ ਇਹਦੇ ਸਿੱਧੇ ਜੇ ਅਰਥ ਕਰ ਲਓ ਕਿ ਖਵਾਈ ਕਿਲਾ ਦੇਖਣ ਨੂੰ ਲੱਗਦਾ ਹੈ ਕਿ ਜਿਵੇਂ ਘਰ ਬਣੇ ਪਏ ਨੇ ਪਰ ਉਂਝ ਕੋਲ ਜਾਓ ਤੇ ਰਹਿਣ ਵਾਸਤੇ ਕੁਝ ਵੀ ਨਹੀਂ ਜਿਵੇਂ ਆਪਾਂ ਬੱਦਲ ਦੇਖਨੇ ਕਈ ਵਾਰੀ ਆਪਣੇ ਮਾਨਸਿਕ ਤੌਰ ਤੇ ਤੁਸੀਂ ਕਈ ਤਸਵੀਰਾਂ ਬਦਲਾਂ ਵਿੱਚੋਂ ਬਣਾ ਦਿੰਦੇ ਹੋ ਅੰਜ ਲੱਗਦਾ ਬੱਦਲ ਦਾ ਹਾਥੀ ਬਣਿਆ ਬੱਦਲ ਦਾ ਘਰ ਬਣਿਆ ਪਿਆ ਜਦੋਂ ਆਪਾਂ ਆਕਾਸ਼ ਵਿੱਚ ਸਫ਼ਰ ਕਰਨੇ ਆ ਅੱਖਾਂ ਨੂੰ ਦੂਰੋਂ ਦਿਸਦਾ ਪਿਆ ਪਤਾ ਨਹੀਂ ਜਿਵੇਂ ਬਰਫ਼ ਦਾ ਪਹਾੜ ਤੁਰਿਆ ਹੁੰਦਾ ਪਰ ਜਦੋਂ ਜਹਾਜ਼ ਉਹਦੇ ਵਿੱਚੋਂ ਨਿਕਲਦਾ ਹੈ ਤੇ ਜੋ ਕੁਝ ਦਿਸਦਾ ਉਹ ਅਸਲੀਅਤ ਵਿੱਚ ਨਹੀਂ ਹੁੰਦਾ ਇਹਨੂੰ ਕਿਹਾ ਜਾਂਦਾ ਹੈ ਹਵਾਈ ਕਿਲਾ ਜਿਹਨੂੰ ਕਹਿੰਨੇ ਮਹਾਰਾਜ ਕੀ ਬਚਨ ਕਰ ਰਿਹਾ ਮ੍ਰਿਗ ਤਿਸ਼ਨਾ ਪੇਖ ਭੁੱਲਨੇ ਵੁੱਠੇ ਨਗਰ ਗੰਧਰਬ ਮ੍ਰਿਗ ਦੀ ਪਿਆਸ ਕਦੀ ਨਹੀਂ ਗਈ ਚਮਕਦੀ ਰੇਤ ਵਿੱਚੋਂ ਤੇ ਅੱਜ ਤਿਕਰਾ ਕੋਈ ਗੰਧਰਬਾ ਨਦੀ ਦੇ ਨਗਰੀ ਵਿੱਚ ਰਾਤ ਰਹਿ ਕੇ ਆਏ ਕਦੀ ਨਹੀਂ ਕੋਈ ਵਸਿਆ ਉੱਥੇ ਮਹਾਰਾਜ ਕਹਿੰਦੇ ਨੇ ਹਕੀਕਤ ਏਵੇਂ ਜਿਵੇਂ ਮ੍ਰਿਗ ਦੀ ਤ੍ਰਿਸ਼ਨਾ ਕਦੀ ਪੂਰਤੀ ਨਹੀਂ ਤੇ ਖਰੀ ਚੰਦ ਦੀ ਨਗਰੀ ਚ ਕਦੀ ਕੋਈ ਰਾਤ ਨਹੀਂ ਰਿਹਾ ਐ ਮੇਰੇ ਮਨਾ ਬਸ ਜੋ ਕੁਝ ਤੂੰ ਸੰਸਾਰ ਵਿੱਚ ਵੇਖਣਾ ਹੈ ਜਿੰਨਾ ਮਰਜੀ ਕਮਾਲ ਹੈ ਜਿੰਨਾ ਮਰਜੀ ਭਰੋਸਾ ਕਰ ਲੈ ਇਹਦੇ ਵਿੱਚੋਂ ਵੀ ਅਸਲੀਅਤ ਕੁਛ ਨਹੀਂ ਨਾ ਇੱਥੇ ਟਿਕੇ ਰਹਿਣਾ ਤੇ ਨਾ ਇਹਨਾਂ ਪਦਾਰਥਾਂ ਨੇ ਤੇਰੀ ਭੁੱਖ ਦੂਰ ਕਰਨੀ ਹੈ ਇਸ ਤੋਂ ਅਗਲਾ ਬਚਨ ਜਿੰਨੀ ਬਹੁਵਚਨ ਜਿਨ੍ਹਾਂ ਨੇ ਸੱਚ ਅਰਾਧਿਆ ਜਿਨ੍ਹਾਂ ਨੇ ਸੱਚ ਨਾਮ ਦਾ ਸਿਮਰਨ ਦੀ ਅਰਦਾਨਾ ਕੀਤੀ ਨਾਨਕ ਮਨ ਤਨ ਫੱਬ ਫਿਰ ਬੇਨਤੀ ਮੰਨ ਕਰਕੇ ਤਨ ਕਰਕੇ ਇੱਕ ਸ਼ਬਦ ਅਸੀਂ ਵਰਤਨੇ ਆ ਇਹ ਕਪੜਾ ਤੈਨੂੰ ਬੜਾ ਸੋਹਣਾ ਫੱਬਦਾ ਹੈ ਉਹ ਆ ਸ਼ਬਦ ਹੈ ਇਹਦਰ ਤੇ ਸ਼ੋਭਾ ਸੁੰਦਰਤਾ ਚੰਗਾ ਲੱਗਣਾ ਮਹਾਰਾਜ ਕਹਿੰਦੇ ਨੇ ਅੱਜ ਤੱਕ ਪਦਾਰਥਾਂ ਨਾਲ ਕਿਸੇ ਨੂੰ ਮੰਜ਼ਲ ਨਹੀਂ ਮਿਲੀ ਪਰ ਜਿਨ੍ਹਾਂ ਨੇ ਸੱਚ ਨੂੰ ਅਰਾਧਿਆ ਉਹਨਾਂ ਨੂੰ ਪਦਾਰਥ ਦੀ ਥਾਂ ਤੇ ਪਰਮਾਰਥ ਮਿਲ ਗਿਆ ਜਿਨ੍ਹਾਂ ਨੂੰ ਪਰਮਾਰਥ ਮਿਲ ਗਿਆ ਸੱਚ ਇਹੋ ਦਾ ਮਨ ਵੀ ਸ਼ੋਭਾ ਵਾਲਾ ਤੇ ਤਨ ਵੀ ਸੋਨਾ ਬਣ ਗਿਆ ਇਸ ਤੋਂ ਅਗਲਾ ਬਚਨ ਹੈ ਪਤਿਤ ਪਤਿਤ ਦਾ ਅਸੀਂ ਅੱਗੇ ਵਿਆਖਿਆ ਕਰਾਂਗੇ ਇਹ ਕਹੇ ਹਿੰਦੁਸਤਾਨ ਦੀ ਕਾਣੀ ਵੰਡ ਨੇ ਫਿਰ ਸ਼ਬਦ ਵਰਤਾ ਸਦੀਆਂ ਪਹਿਲਾਂ ਕੁਝ ਲੋਕ ਨੇ ਐਸੀ ਕਮਿਊਨਿਟੀ ਜਿਹਨੂੰ ਪਤਿਤ ਪੁਣੇ ਦਾ ਹੀ ਆਪਣੇ ਵੱਲੋਂ ਸਰਟੀਫਿਕੇਟ ਦੇ ਦਿੱਤਾ ਜਿਨ੍ਹਾਂ ਨੂੰ ਸ਼ੁੱਧਰ ਗਿਆ ਇਹ ਦੋ ਪੱਖ ਬਾਣੀ ਚੋਂਣ ਪਤ ਦੋ ਤਰ੍ਹਾਂ ਦਾ ਜ਼ਿਕਰ ਕਰਦੇ ਨੇ ਮਹਾਰਾਜ ਬਾਣੀ ਚ ਇਕ ਉਹ ਜਿਨ੍ਹਾਂ ਨੂੰ ਉੱਚ ਜਾਤੀ ਵਾਲਿਆਂ ਕਹੇ ਇਹ ਪਤਿਤ ਜਾਤੀ ਵਿੱਚੋਂ ਹੈ ਤੇ ਦੂਸਰਾ ਉਹ ਜਿਹੜਾ ਕਰਮ ਕਰਕੇ ਪਤਿਤ ਹੋ ਗਿਆ ਹੈ ਪਤਿਤ ਦਾ ਅਰਥ ਗਿਰਿਆ ਹੋਇਆ ਡਿੱਗਿਆ ਹੋਇਆ ਇਕ ਲੱਖ ਤੋਂ ਡਿਗ ਜਾਏ ਮਹਾਰਾਜ ਕਹਿੰਦੇ ਨੇ ਪਤਿਤ ਉਧਾਰਨ ਇਹਦਾ ਅਰਥ ਕਿ ਪਾਪੀਆਂ ਦਾ ਉਧਾਰ ਕਰਤਾ ਹੈ ਪਾਪੀਆਂ ਨੂੰ ਬਖਸ਼ਣ ਵਾਲਾ ਹੈ ਕੌਣ ਜੀ ਪਾਰ ਬ੍ਰਹਮ ਉਹ ਪ੍ਰਭੂ ਜਿਸ ਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਪਾਰ ਬ੍ਰਹਮ ਸਮਰੱਥ ਪੁਰਖ ਬਹੁਤ ਪਿਆਰਾ ਅਜ ਮਹਾਰਾਜ ਨੇ ਇੱਕ ਹੋਰ ਕੋਸ਼ ਸ਼ਬਦ ਦਿੱਤਾ ਅਸੀਂ ਕਰਤਾ ਪੁਰਖ ਪੜਨੇ ਆ ਅਕਾਲ ਪੁਰਖ ਪੜਨੇ ਆ ਅੱਜ ਮਹਾਰਾਜ ਨੇ ਰੱਬ ਲਈ ਇੱਕ ਸ਼ਬਦ ਵਰਤਿਆ ਸਮਰੱਥ ਪੁਰਖ ਇਹਦਾ ਮਤਲਬ ਜਿਹਨੂੰ ਕਰਤਾ ਪੁਰਖ ਕਹਿੰਦੇ ਆ ਅਕਾਲ ਪੁਰਖ ਕਹਿੰਦੇ ਆ ਉਹਦੇ ਲਈ ਸ਼ਬਦ ਵਰਤਿਆ ਪਰਮਾਤਮਾ ਸਮਰਾਤ ਪੁਰਖ ਦਾ ਅਰਥ ਇਹ ਜਿਹੜਾ ਹਰ ਕੁਝ ਕਰਨ ਦੇ ਸਮਰੱਥ ਹੈ ਜੋ ਕੁਝ ਕਰਨਾ ਚਾਹੇ ਪ੍ਰਮਾਤਮਾ ਕਰ ਸਕਦਾ ਹੈ ਸਮਰਾਤ ਪੁਰਖ ਅਪਾਰ ਅਪਾਰ ਦਾ ਲਫ਼ਜ਼ੀ ਅਰਥ ਇਹ ਜਿਹਦਾ ਪਾਰ ਬੰਨਾ ਨਹੀਂ ਪਾਇਆ ਤੇ ਨਾਲ ਮਹਾਰਾਜ ਕਹਿੰਦੇ ਆ ਭਾਵੇਂ ਕੋਈ ਪਤ ਤੋਵੇ ਭਾਵੇਂ ਕੋਈ ਨੀਚ ਕਰਮੀ ਹੋਵੇ ਜਿਸ ਉਧਾਰੇ ਨਾਨਕਾ ਸੋ ਸਿਮਰੇ ਸਿਰਜਣ ਘਰ ਉਹਦੀ ਪਾਰ ਕਰਨ ਦੀ ਨਿਸ਼ਾਨੀ ਹੈ ਗਏ ਉਧਾਰ ਕਰਨ ਦੀ ਨਿਸ਼ਾਨੀ ਇਹ ਵੇ ਕਿ ਜਿਸ ਦਾ ਉਹ ਉਧਾਰ ਕਰ ਦੇਵੇ ਸਭ ਤੋਂ ਵੱਡੀ ਬਖਸ਼ਿਸ਼ ਉਹ ਮਾੜੇ ਕਰਮ ਕਰਨ ਵਾਲਾ ਵੀ ਬੰਦਗੀ ਕਰਨ ਲੱਗ ਪੈਂਦਾ ਹੈ ਇਹ ਉਹਦੀ ਨਿਸ਼ਾਨੀ ਹੈ ਇਹ ਨਹੀਂ ਜੀ ਦੋ ਸ਼ਲੋਕ ਜਿਨ੍ਹਾਂ ਦੇ ਆਪਾਂ ਅਖਰੀ ਅਰਥ ਪਹਿਲਾਂ ਰੋਜ਼ ਕਰ ਰਹੇ ਨੇ ਉਸ ਤੋਂ ਅੱਗੇ ਵਿਚਾਰ ਹੈ ਮਾਰੇ ਨੇ ਸ਼ਬਦ ਵਰਤਿਆ ਮ੍ਰਿਗ ਤਿਸ਼ਨਾ ਪੇਕ ਭੁੱਲਨੇ ਵੁੱਠੇ ਨਗਰ गंधर्व अर्ज मैं आप जी नु कीती के जदों रेत चमकदी है कल्ला इकल्ला मिरग नहीं आप जी देखो कई वारी ਸਾਡੀਆਂ ਅੱਖਾਂ ਨੂੰ ਵੀ ਭੁਲੇਖਾ ਪੈਂਦਾ ਜਿਸ ਵਕਤ ਜ਼ਮੀਨ ਉੱਤੇ ਸੂਰਜ ਦੀ ਕਿਰਨ ਪੈਂਦੀ ਆਪਾਂ ਸੜਕ ਤੇ ਰੋਡ ਤੇ ਚੱਲਦੇ ਹੋਈਏ ਤੇ ਦੂਰੋਂ ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਸਾਡੇ ਵਾਲੇ ਪਾਸੇ ਪਾਣੀ ਦੀਆਂ ਲਹਿਰਾਂ ਪਈਆਂ ਆਉਂਦੀਆਂ ਦੂਰੋਂ ਲੱਗਦਾ ਪਾਣੀ ਚਮਕ ਰਿਹਾ ਹੈ ਤੇ ਜੇ ਬੰਦਾ ਉਸ ਦਿਸ਼ ਦੇ ਹੋਏ ਤੇ ਇਹ ਭਰੋਸਾ ਕਰੇ ਕਿ ਮੇਰੇ ਨੇੜੇ ਪਾਣੀ ਆ ਗਿਆ ਮੈਂ ਉਹਨੂੰ ਪਾਣੀ ਨੂੰ ਪੀ ਲੈਣਾ ਮੇਰੀ ਪਿਆਸ ਚਲੀ ਜਾਏਗੀ ਸੱਚ ਇਹਵੇਂ ਮੈਂ ਇਸ਼ਨਾਨ ਕਰ ਲਾਂਗਾ ਗੁਰਮਖੋ ਜਿੰਨਾ ਜਿੰਨਾ ਚਲੀ ਜਾਓਗੇ ਓਨੀ ਓਨੀ ਡਿਸਟੈਂਸ ਤੇ ਓਨੀ ਓਨੀ ਦੂਰੀ ਤੇ ਪਾਣੀ ਦੂਰ ਦੂਰ ਹੋਈ ਜਾਏਗਾ ਪਰ ਦਰਅਸਲ ਉਹ ਪਾਣੀ ਹੈ ਨਹੀਂ ਜ਼ਮੀਨ ਦੇ ਉੱਪਰ ਸੂਰਜ ਦੀ ਕਿਰਨ ਪੈਂਦੀ ਹੈ ਤੇ ਸੜਕ ਉਤੋਂ ਜਿਹੜੀ ਅੱਗ ਨਿਕਲਦੀ ਏ ਉਸ ਅੱਗ ਨੂੰ ਕਹਿ ਲੋ ਗਰਮੀ ਨੂੰ ਆਪਾਂ ਪਾਣੀ ਦੀ ਲਹਿਰ ਸਮਝਨੇ ਆ ਪਰ ਮਹਾਰਾਜ ਕਹਿੰਦੇ ਨੇ ਸਿਰਫ ਅੱਖਾਂ ਨੂੰ ਭੁਲੇਖਾ ਪੈ ਗਿਆ ਹਕੀਕਤ ਵਿੱਚ ਪਾਣੀ ਦੀ ਬੂੰਦ ਵੀ ਨਹੀਂ ਕਿ ਜੋ ਕੋਈ ਦਿਸਦਾ ਉਸਲੀਅਤ ਚ ਹੈ ਨਹੀਂ ਪਰ ਮਿਰਗ ਜਿਹੜਾ ਹੈ ਇਹ ਵਿਚਾਰਾ ਜਿਸ ਦਿਨ ਦਾ ਰੱਬ ਨੇ ਪੈਦਾ ਕੀਤਾ ਇਹ ਦੋ ਥਾਵਾਂ ਤੇ ਬੜਾ ਭਟਕਦਾ ਹੈ ਗੁਰਬਾਣੀ ਅਨੁਸਾਰ ਉੰਜ ਵੈਸੇ ਮਹਾਰਾਜ ਜੀ ਨੇ ਨਾ ਜੀ ਜਿਹੜਾ ਇਨਸਾਨ ਹੈ ਉਹਦੇ ਲਈ ਵੀ ਇੱਕ ਸ਼ਬਦ ਵਰਤੇ ਹੈ ਇੱਕ ਪਾਠ ਤੁਸੀਂ ਪੜ੍ਹਦੇ ਹੋ ਸੁਣੁੰ ਮੁੰਦੇ ਹਰਨ ਆਖੀਏ ਗੂੜਾ ਵੈਣ ਅਪਾਰ ਪਹਿਲਾ ਵਸ ਸੰਝਾਨ ਕੇ ਤਾਂ ਕੀਚੈ ਵਪਾਰ ਉਥੇ ਸ਼ਬਦ ਮਾਰ ਰਹੇ ਨੇ ਇੱਕ ਵਰਤੇ ਹੈ ਹਰਨ ਆਖੀਏ ਇਹ ਇਹ ਸ਼ਬਦ ਬਣਿਆ ਹਰਨ ਦੀਆਂ ਅੱਖਾਂ ਵਾਲੀ ਹਰਨ ਆਖੀ ਅਰ ਇਹ ਬਣੇਗਾ ਹਰਨ ਦਾ ਅਰਥ ਮਿਰਗ ਆਖੀ ਦਾ ਅਰਥ ਹੈ ਅੱਖਾਂ ਮਿਰਗ ਦੀਆਂ ਅੱਖਾਂ ਵਾਲੀਏ ਇਦਾ ਮਤਲਬ ਇਹ ਜੀਵ ਇਸਤਰੀਓ ਸਿਆਣੇ ਬੰਦਿਆ ਜਿਵੇਂ ਮਿਰਗ ਦੀਆਂ ਅੱਖਾਂ ਇੰਨੀਆਂ ਸੋਹਣੀਆਂ ਨੇ ਤੇ ਅੱਜ ਤੱਕ ਜਦੋਂ ਬੰਦੇ ਨੇ ਮੈਂ ਕਈ ਵਾਰੀ ਸੋਚਣਾ ਭਾਵੇਂ 84 ਲੱਖ ਜੂਨਾ ਸੀ ਟੇਡੀਆਂ ਮੇਡੀਆਂ ਕਹਿੰਨੇ ਆ ਕਈ ਵਾਰੀ ਬੰਦੇ ਦੀ ਸੁੰਦਰਤਾ ਦੀ ਵੀ ਤੁਲਨਾ ਅਸੀਂ ਟੇਡੀਆਂ ਮੇਡੀਆਂ ਜੂਨੀਆਂ ਨਾਲ ਕਰਨੀ ਆ ਕਦੀ ਬੰਦਾ ਤੁਰਦਾ ਹੋਵੇ ਨਾ ਅਸੀਂ ਕਹਿੰਨੇ ਆ ਇਸ ਤਰ੍ਹਾਂ ਤੁਰਦਾ ਪਏ ਜਿਵੇਂ ਮੋਰ ਪਹਿਲਾ ਪੰਦ ਹੈ ਹੈ ਤਾਂ ਬੰਦਾ ਪਰ ਉਸ ਜੂਨ ਦਾ ਵੀ ਇੱਕ ਗੁਣ ਲੈ ਲਏਦੇ ਜਿਵੇਂ ਮੋਰ ਪੈਲਾ ਪੰਦਾ ਹੈ ਮਹਾਰਾਜ ਨੇ ਬਾਣੀ ਚ ਇੱਕ ਸ਼ਬਦ ਵਰਤੇ ਆ ਜੀ ਉਹ ਮਹਾਰਾਜ ਇਸ ਕਹਿੰਦੇ ਆ ਪ੍ਰਮਾਤਮਾ ਤੇਰੇ ਪੈਰਾਂ ਦੀ ਚਾਲ ਇਸ ਤਰ੍ਹਾਂ ਜਿਵੇਂ ਹਾਥੀ ਮਸਤ ਚਾਲ ਚੱਲਦਾ ਹੈ ਤੇਰੀ ਚਾਲ ਤਾਂ ਸੱਚੀ ਮੁੱਚੀ ਹਾਥੀ ਦੀ ਚਾਲ ਨੂੰ ਹੀ ਮਾਤ ਪਾ ਦਿੰਦੀ ਸਾਰੰਗ ਜਿਉਂ ਪੱਗ ਧਰੈ ਠਿਮ ਠਿਮ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਹੈ ਜਾਨਵਰ ਹਾਥੀ ਪਰ ਤੁਲਨਾ ਕਿੱਥੇ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਮੈਂ ਬੇਨਤੀ ਕਰਾਂ ਜਦੋਂ ਕੋਈ ਬੜੀ ਮਿੱਠੀ ਆਵਾਜ਼ ਚ ਬੋਲਦਾ ਹੈ ਤੇ ਸਾਡੇ ਲੋਕ ਉਹਦੇ ਲਈ ਕੋਈ ਉਦਾਹਰਣ ਲੱਭਦੇ ਆ ਅਸੀਂ ਕਈ ਵਾਰੀ ਕਹਿੰਨੇ ਆ ਇਹਦਾ ਗਲਾ ਇਸ ਤਰ੍ਹਾਂ ਜਿਵੇਂ ਕੋਇਲ ਬੋਲਦੀ ਹੈ ਕੋਇਲ ਇੱਕ ਪੰਛੀ ਹੈ ਪਰ ਬੰਦੇ ਦੇ ਗਲੇ ਦੀ ਤਰਜਮਾਨੀ ਕਰਨ ਲਈ ਵਿਆਖਿਆ ਕਰਨ ਲਈ ਅਸੀਂ ਕੋਇਲ ਦੀ ਆਵਾਜ਼ ਨਾਲ ਤੁਲਨਾ ਦੇ ਦਿੰਦੇ ਆ ਮੈਂ ਬੇਨਤੀ ਕਰਾਂਗਾ ਜੀ ਇੱਥੇ ਵੀ ਖਰਨਾਕੀ ਸ਼ਬਦ ਜਿਹੜਾ ਵਰਤਿਆ ਗਿਆ ਇੱਥੇ ਮਹਾਰਾਜ ਨੇ ਉਦਾਹਰਣ ਮਿਰਗ ਦੀ ਲਈ ਹੈ ਪਰ ਸਮਝਾਇਆ ਇਨਸਾਨ ਨੂੰ ਹੈ ਹਰਨਾਖੀ ਪਾਵੇਂ ਇਸਤਰੀ ਲਿੰਗ ਚ ਸੁਣੁੰ ਮੁੰਦੇ ਹਰਨਾਖੀਏ ਗੂੜਾ ਵੈਣ અપਾਰ ਪਹਿਲਾ ਵਸਤ ਸਿਹਾਨ ਕਹ ਤਾਂ ਕੀਚੈ ਵਪਾਰ ਕਿ ਭਲਿਆ ਤੂੰ ਆਪਣੇ ਗਿਆਨ ਨੂੰ ਆਪਣੀ ਬੋਧਕ ਨੌਲੇਜ ਨੂੰ ਸਭ ਕੁਝ ਮਤ ਸਮਝੀ ਇੱਥੇ ਜਿਹਦੀਆਂ ਅੱਖਾਂ ਨੂੰ ਔਰਤ ਦੀਆਂ ਅੱਖਾਂ ਨਾਲ ਤੁਲਨਾ ਦੇ ਕੇ ਮਿਰਗਨੇਨੀ ਕਹਿੰਦੇ ਆ ਮਿਰਗਨੇਨੀ ਇਥਾ ਤਾਂ ਸੁੰਦਰ ਅੱਖਾਂ ਵਾਲੇ ਵੀ ਅੱਖਾਂ ਦੇ ਭੁਲੇਖੇ ਚ ਮਾਰੇ ਗਏ ਉਹ ਸਿਆਣਪ ਦੀਆਂ ਅੱਖਾਂ ਵਾਲਿਆ ਕਿਤੇ ਮਿਰਗ ਦੀ ਤਰ੍ਹਾਂ ਮਾਰਿਆ ਨਾ ਜਾਹੀਂ ਜੋ ਕੋਈ ਤੂੰ ਸੋਚੀ ਫਿਰਨਾ ਅਸਲੀਅਤ ਕੁਝ ਹੋਰ ਨਿਕਲਨੀ ਹੈ ਇਹਦਾ ਭਾਵ ਅਰਥ ਇਹ ਵੇ ਸੁਣੁੰ ਮੁੰਦੇ ਹਰਨਾ ਕੀਏ ਗੂੜਾ ਵੈਣ ਅਪਾਰ ਪਹਿਲਾਂ ਵਸ ਸੰਜਾਨ ਕਾ ਤਾਂ ਕੀਚੈ ਵਾਪਾਰ ਇਹ ਇਹ ਮੈਂ ਇੱਕ ਹੋਰ ਬਿੰਦ ਇੱਕ ਤੇ ਭੁੱਲਦਾ ਪਾਣੀ ਕਰਕੇ ਮਿਰਗ ਕਿਉਂਕਿ ਬਾਹਰੋਂ ਚਮਕ ਰਿਹਾ ਹੈ ਇਨੂੰ ਦੋ ਅਰਥਾਂ 'ਚ ਮੈਂ ਲੈਣ ਲੱਗਾ ਇਸ ਕਰਕੇ ਨੇ ਵੀ ਦੁਬ ਦਾ ਕ੍ਰੀਏਟ ਕਰ ਲਈ ਇੱਕ ਭੁੱਲ ਦਾ ਹੈ ਪਾਣੀ ਜੋ ਦਿਸ ਰਿਹਾ ਉਹ ਪਾਣੀ ਹੈ ਨਹੀਂ ਚਮਕਦੀ ਰੇਤ ਹੈ ਦੂਜਾ ਇਸ ਨੂੰ ਸਭ ਤੋਂ ਵੱਡੀ ਭੁੱਲ ਪੈਂਦੀ ਹੈ ਕਸਤੂਰੇ ਮਿਰਗ ਵਿੱਚੋਂ ਸੁਮਿਲ ਸੁਗੰਧੀ ਆਉਂਦੀ ਹੈ ਇਹ ਵਿਚਾਰਾ ਭੁੱਲ ਕੇ ਝਾੜੀਆਂ ਵਿੱਚ ਨੱਕ ਮਾਰੀ ਜਾਂਦਾ ਹੈ ਉੱਥੇ ਵੀ ਭੁੱਲਦਾ ਹੈ ਇਹ ਸੱਚਮੁੱਚ ਉੱਥੇ ਵੀ ਇਹਨੂੰ ਇੱਕ ਭੁੱਖ ਰਹਿੰਦੀ ਮੈਨੂੰ ਸ਼ਾਇਦ ਇਹ ਮਿਲੇ ਤੇ ਮੈਂ ਆਪ ਜੀ ਨੂੰ ਇੱਕ ਦਿਨ ਅਰਜ਼ ਕੀਤੀ ਸੀ ਮਿਰਗ ਬੜੇ ਨੇ ਪਰ ਸਾਰੇ ਮਿਰਗ ਕਸਤੂਰੇ ਨਹੀਂ ਹੁੰਦੇ ਹਰ ਇੱਕ ਮਿਰਗ ਦੀ ਨਾਭੀ 'ਚ ਕਸਤੂਰ ਨਹੀਂ ਤਕਰੀਬਨ ਕਹਿੰਦੇ ਆ ਨੇਪਾਲ ਦੇ ਇਲਾਕੇ ਵੱਲ ਉਧਰ ਇਹ ਕਸਤੂਰੇ ਮਿਰਗ ਕਾਫੀ ਮਿਲਦੇ ਆ ਇਸ ਮਿਰਗ ਦੀ ਨਿਸ਼ਾਨੀ ਹੈ ਕਸਤੂਰੇ ਦੀ ਸ਼ਾਇਦ ਆਪ ਜਿੰਨ ਨਾਲ ਇੱਕ ਵਾਰ ਅਰਜ਼ ਕੀਤੀ ਸੀ ਇਹ ਵੀ ਪਤਾ ਹੈ ਕਈ ਜਾਨਵਰ ਐਸੇ ਨੇ ਜਿਨ੍ਹਾਂ ਨੂੰ ਕਾਇਨਾਤ ਵੀ ਜੋ ਕੁਝ ਵਾਪਰਨ ਵਾਲਾ ਪਹਿਲੀ ਪਤਾ ਲੱਗ ਜਾਂਦਾ ਇਸ ਤਰ੍ਹਾਂ ਨਾ ਜੀ ਅਜਨਿਕੇ ਹੁੰਦੇ ਆ ਕੀੜੀਆਂ ਤੱਲਣੀਆਂ ਮੂੰ ਚਾਂਡੇ ਪਕੜੇ ਕਹਿੰਦੇ ਸਨ ਕੀੜੀਆਂ ਤੁਰਪੀਆਂ ਨੇ ਮੀਂਹ ਪੈਣਾ ਹੈ ਉਹਨਾਂ ਕੋਲ ਕਿਹੜਾ ਮੌਸਮ ਵਿਗਿਆਨ ਸੀ ਜੀ ਪਰ ਰੱਬ ਨੇ ਇੱਕ ਸੋਝੀ ਉਹਨੂੰ ਦਿੱਤੀ ਜਦੋਂ ਅਰਥਕਵੇ ਕਉਂਦਾ ਸੱਚ ਏਵੇਂ ਮਿਰਗ ਜੰਗਲ ਵੀ ਦੌੜਨਾ ਸ਼ੁਰੂ ਕਰੇ ਭਟਕਣ ਲੱਗ ਪਵੇ ਤੇ ਸੱਚ ਏਵੇਂ ਕਿ ਧਰਤੀ ਦੇ ਅੰਦਰ ਕੁਝ ਖੋਣ ਵਾਲਾ ਹੈ ਰੱਬ ਨੂੰ ਉਹਨ ਸੋਝੀ ਦਿੱਤੀ ਉੰਜ ਕਸਤੂਰਾ ਮਿਰਗ ਇਹ ਹੈ ਉਹਦੀ ਨਿਸ਼ਾਨੀ ਕੀ ਕਿਵੇਂ ਪਛਾਣਿਆ ਜਾਂਦਾ ਪਹਿਲੀ ਗੱਲ ਕਸਤੂਰਾ ਮੁਰਗ ਮਿਰਗ ਆਪਣਾ ਮੂੰਹ ਕਦੀ ਉੱਚਾ ਕਰਕੇ ਨਹੀਂ ਚੱਲਦਾ ਪਹਿਲੀ ਨਿਸ਼ਾਨੀ ਉਹਦੀ ਏ ਉਹ ਹਮੇਸ਼ਾ ਆਪਣੀ ਗਰਦਨ ਝੁਕਾ ਕੇ ਚੱਲੇਗਾ ਸੱਚਮੁੱਚ ਗੁਰਮੁਖ ਦੀ ਜਦੋਂ ਤੁਲਨਾ ਕਰਦੇ ਆ ਰੋਖਾਨੀਅਤ ਦੀ ਮਿਰਗ ਹਮੇਸ਼ਾ ਕਸਤੂਰਾ ਉੱਚਾ ਨਹੀਂ ਮੂੰਹ ਕਰਦਾ ਕਿਉਂਕਿ ਉਹਦੇ ਅੰਦਰ ਉਹ ਸਮੈਲ ਆਉਂਦੀ ਏ ਕਸਤੂਰੀ ਦੀ ਤੇ ਉਹ ਤਾਂ ਆਪਣੀ ਗਰਦਨ ਨੀਵੀਂ ਕਰਦਾ ਝਾੜੀਆਂ ਚੋਂ ਸੁੰਘਦਾ ਕਿ ਸ਼ਾਇਦ ਸਮੈਲ ਇਹਦੇ ਵਿੱਚ ਹੁੰਦੀ ਹੋਵੇ ਦੂਜੀ ਗੱਲ ਉਹ ਦੂਜੇ ਖਰਨਾਂ ਦੀ ਤਰ੍ਹਾਂ ਚੰਚਲਤਾ ਵਿੱਚ ਚੁੰਗੀਆਂ ਨਹੀਂ ਮਾਰਦਾ ਚੁੰਗੀਆਂ ਆਪਾਂ ਸਮਝ ਨਹੀਂ ਆ ਰਹੀ ਕੁੱਦਦਾ ਨਹੀਂ ਉਹ ਖਰਨ ਜਿਵੇਂ ਗੰਭੀਰ ਹੋ ਜਾਂਦਾ ਹੈ ਤੀਸਰਾ ਉਹਦਾ ਲੱਛਣ ਹੈ ਜੀ ਉਹ ਕਦੀ ਡਾਰ ਵਿੱਚ ਨਹੀਂ ਚੱਲਦਾ ਹੁੰਦਾ ਕਸਤੂਰੇ ਮਿਰਗ ਦੀਆਂ ਡਾਰਾਂ ਨਹੀਂ ਹੁੰਦੀਆਂ ਉਹ ਇਕੱਲਾ ਰਹ ਜਾਂਦਾ ਹੈ ਸੱਚਮੁੱਚ ਉਹ ਗਰਦਨ ਨੀਮੀ ਕਰ ਲੈਂਦਾ ਹੈ ਹਕੀਕਤ ਇਹ ਵੇ ਉਹ ਚੰਚਲਤਾ ਹੀ ਛੱਡ ਦਿੰਦਾ ਜੇ ਇਹਨੂੰ ਤੁਸੀਂ ਰੋਖਾਨੀਅਤ ਨਾਲ ਇਹਦਾ ਗੁਣਾਂ ਦਾ ਇਹ ਅਰਥ ਕਰੋ ਸੱਚਮੁੱਚ ਜਿਹਦੇ ਅੰਦਰ ਦਾਤਾਰ ਦੀ ਕਿਰਪਾ ਵਰਦੀਏ ਉਹ ਲੋਕਾਂ ਨੂੰ ਝਾਕਣ ਦੀ ਥਾਂ ਤੇ ਆਪਣੇ ਅੰਦਰ ਝਾਕਣਾ ਸ਼ੁਰੂ ਕਰ ਦਿੰਦਾ ਹੈ ਪਹਿਲੀ ਨਿਸ਼ਾਨੀ ਉਹ ਦੀ ਜਿਹਨੂੰ ਬਾਬਾ ਜੀ ਨੇ ਕਿਹਾ ਕਿ ਨੀਚੇ ਲੋਇਨ ਕਰ ਰਖੂ ਲੈ ਸਾਜਨ ਘਟਵਾਹੇ ਸਭ ਰਸ ਖੇਲੂ ਪੀਸੋ ਕਿਸੂੰ ਲਖਾਵੂ ਨਾਖੇ ਦੂਜੀ ਗੱਲ ਸੱਚਮੁੱਚ ਲੋਕਾਂ ਦੇ ਕਾਫਲੇ ਚੱਲਦੇ ਆ ਭੀੜਾਂ ਹੁੰਦੀਆਂ ਨੇ ਪਰ ਬਾਬਾ ਜੀ ਨੇ ਇੱਕ ਬਚਨ ਕਿਹਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਉਹ ਡਾਰਾਂ ਚ ਨਹੀਂ ਫਿਰ ਚੱਲਦੇ ਉਹ ਉਹਨਾਂ ਦਾ ਤਾਲਮੇਲ ਬੈਠ ਨਹੀਂ ਸਕਦਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਬੇਨਤੀ ਕਰਾ ਕਈ ਵਰੀ ਉਹ ਇਕੱਲਾ ਰਹਿ ਜਾਂਦਾ ਏਸੇ ਕੱਲ ਨੂੰ ਗੁਰੂ ਨੇ ਕਿਹਾ ਜਗ ਮੈਂ ਉਤਮ ਕਾਢੀਆਂ ਭੀੜਾਂ ਬਹੁਤ ਮਿਲਣ ਗਿਆ ਬੰਦਗੀ ਵਾਲਾ ਟਾਵਾ ਟਾਵਾ ਕਿਤੇ ਪਰ ਕਾਲ ਨਹੀਂ ਪਿਆ ਖੈ ਜ਼ਰੂਰ ਗੁਰੂ ਸਾਹਿਬ ਬਖਸ਼ਿਸ਼ ਕਰ ਰਿਹਾ ਤੀਸਰੀ ਗੱਲ ਮੈਂ ਕਹੀ ਉਹ ਚੰਚਲਤਾ ਹੀ ਛੱਡ ਦਿੰਦਾ ਹੈ ਜਿਸ ਅੰਦਰ ਪਰਮਾਤਮਾ ਦੀ ਕਿਰਪਾ ਹੁੰਦੀ ਏ ਕਦੀ ਉਹ ਨਾ ਤਾਂ ਖਿੜ ਖੜਾ ਹੁਣ ਇਹਦਾ ਮਤਲਬ ਨਹੀਂ ਉਹ ਇਹ ਉਦਾਸ ਹੋ ਗਿਆ ਉਸ ਅੰਦਰ ਇੰਨੀ ਕੋ ਗੰਬੀਰਾ ਗੰਬੀਰਤਾ ਆ ਜਾਂਦੀ ਏ ਨਾ ਤਿਸ ਭੁੱਖ ਨਾ ਨੀਂਦ ਨਾ ਖਾੜਾ ਸੋਵਣਾ ਸੇਵਕ ਹੋਏ ਸੰਜੀਦ ਨਾ ਹਸਣ ਰੋਵਣਾ ਉਹ ਇੰਨਾ ਸੰਜੀਦਾ ਹੋ ਜਾਂਦਾ ਨਾ ਉਹ ਦੁਨੀਆ ਦੀ ਤਰ੍ਹਾਂ ਉੱਚੀ ਉੱਚੀ ਕਲਪ ਦਾ ਮੈਂ ਮਰ ਗਿਆ ਤੇ ਸੱਚੀ ਮੁੱਚੀ ਖੁਸ਼ੀ ਲੈ ਕੇ ਉਹ ਭੰਗੜੇ ਵੀ ਨਹੀਂ ਮੰਦਾ ਉਹ ਬਿਲਕੁਲ ਟਿਕਿਆ ਰਹਿੰਦਾ ਹੈ ਪਰ ਮੈਂ ਆਪਣੇ ਵਿਸ਼ੇ ਤੇ ਆਵਾਂ ਮਿਰਗ ਤ੍ਰਿਸ਼ਨਾ ਹੈ ਕਿ ਅੱਖਾਂ ਨੂੰ ਭੁਲੇਖਾ ਪੈ ਗਿਆ ਚਮਕਦੀ ਰੇਤ ਪਾਣੀ ਹੈ ਇਸ ਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਦਿੱਤਾ ਹੈ ਭਰਮ ਇਹ ਭਰਮ ਦੀ ਵਿਆਖਿਆ ਵੀ ਕਰਦਾ ਹੈ ਇਸ ਲੋਕ ਮਹਾਰਾਜ ਇੱਕ ਬਚਨ ਕਹਿੰਦੇ ਆ ਕਿ ਭਰਮ ਕੀ ਹੈ ਉਂਝ ਵਿਦਾਂਤ ਮੁਤਾਬਕ ਭਰਮ ਕਈ ਤਰ੍ਹਾਂ ਦੇ ਨੇ ਤੇ ਮੈਂ ਸੁਭਾ ਵੀ ਇੱਕ ਅਰਜ ਕੀਤੀ ਸੀ ਅਜ ਅੰਮ੍ਰਿਤ ਪ੍ਰਕਾਸ਼ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਕਿਸੇ ਵੀ ਪ੍ਰਕਰਨ ਨੂੰ ਤੁਸੀਂ ਪੜ੍ਹਨਾ ਹੈ ਤੇ ਕਈ ਕਈ ਅੰਗ ਉਹਦੀ ਗੱਲ ਕਰਨਗੇ ਤੇ ਜੇ ਸੌ ਅੰਗਾਂ ਦੀ ਗੱਲ ਪੁੱਛਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਇੱਕ ਤੋਕ ਵਿੱਚ ਹੀ ਸਾਰੀ ਗੱਲ ਕਰ ਜਾਏਗਾ ਇਹ ਆ ਪਾਠ ਕਰਨ ਨੂੰ ਪਤਾ ਹੈ ਜੇ ਤੁਸੀਂ ਮੰਨ ਲਓ ਕੋਈ ਡਿਟੇਲ ਚ ਜਾਣਾ ਹੈ ਤੇ ਜਿੰਨੇ ਮਰਜ਼ੀ ਪ੍ਰਮਾਣ ਮਾਰ ਚਲੋ ਤੇ ਜੇ ਕਹੋ ਮੈਂ ਸਿਰਫ ਇੱਕ ਤੋਕ ਹੀ ਸਮਝਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਆਹ ਤੈਨੂੰ ਇੱਕ ਤੋਕ ਵੀ ਸਮਝਾ ਦਿਆਂ ਸਮਝੋ ਹੁਣ 80 ਤੁਕਾਂ ਨੇ ਬ੍ਰਹਮ ਗਿਆਨੀ ਬਾਰੇ ਆਪ ਨੂੰ ਪਤਾ ਸੁਖਮਨੀ ਸਾਹਿਬ ਦੇ ਇੱਕ ਇੱਕ ਪਦੇ ਵਿੱਚ 10 10 ਤੁਕਾਂ ਨੇ ਅਸ਼ਟਪਦੀ ਵਿੱਚ 80 ਤੁਕਾਂ ਹੋ ਗਈਆਂ 80 ਤੁਕਾਂ ਵਿੱਚ ਦੱਸਿਆ ਵੀ ਬ੍ਰਹਮ ਗਿਆਨੀ ਕੌਣ ਤੇ ਜੇ ਕਹੀਏ ਗੁਰੂ ਅਰਜੁਨ ਦੇ 80 ਦੀ ਥਾਂ ਦੋਜ ਕਹਿ ਦਿਓ ਕਹਿਣ ਲੱਗੇ ਦੋ ਸੁਣ ਮਨ ਸਾਚਾ ਮੁਕ ਸਾਚਾ ਸੋਏ ਅਵਰ ਨਾ ਪੇਖੈ ਇੱਕ ਸਿ ਬਿਨ ਕੋਏ ਨਾਨਕ ਇਹ ਲੱਛਣ ਬਸ ਇਨੇ ਤੇਰਾ ਪਾਰ ਉਤਾਰਕ ਮਾਰੇ ਤੇ ਬੜੇ ਬਖਸ਼ਿੰਦ ਮੈਂ ਕਹਿਣਾ ਨਾ ਸਾਡੇ ਇੱਕ ਸ਼ਬਦ ਵਰਦੇ ਸੰਤ ਤੁਸੀਂ ਇੱਥੇ ਨਰਸਰੀ ਆਪਾਂ ਕਹਿੰਦੇ ਆ ਕੇ ਜੀ ਆਪਣੇ ਪਹਿਲਾ ਕਹਿੰਦੇ ਹੁੰਦੇ ਸਨ ਕੱਚੀ ਚ ਪੜਦਾ ਸੱਚੀ ਮੁੱਚੀ ਕੱਚੀ ਵਾਲਿਆਂ ਤੋਂ ਲੈ ਕੇ ਸ਼ਿਖਰ ਤੱਕ ਪਹੁੰਚਿਆ ਹੋਇਆਂ ਦਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਥੋੜੀ ਜਿਹੀ ਸੌੜੀ ਸਮਝ ਰੱਖਣ ਵਾਲੇ ਲਈ ਵੀ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਆ ਭੇਤਾਂ ਵਾਲਾ ਵੀ ਹੁਣ ਤੁਸੀਂ ਦੇਖੋ ਆ ਦੋ ਬਚਨ ਅਸੀਂ ਪੜੇ ਮਨ ਸਾਚਾ ਚਾਮੁਕ ਸਾਚਾ ਸੋਏ ਅਵਰ ਨਾ ਪੇਖੈ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਦੋ ਤੁਕਾਂ ਚ ਕਹਿ ਦਿੱਤਾ ਬ੍ਰਹਮ ਗਿਆਨੀ ਕੋਏ ਤੇ ਦੋ ਤੁਕਾਂ ਦੀ ਵਿਆਖਿਆ ਅਸੀਂ ਤੁਕਾਂ ਜੀ ਕੀਤੇ ਇਸੇ ਤਰ੍ਹਾਂ ਤੁਸੀਂ ਪੜੋਗੇ ਮਹਾਰਾਜ ਸਤਗੁਰੂ ਕੌਣ ਤੇ ਗੁਰੂ ਸਾਹਿਬ ਅਸੀ ਤੁਕਾਂ ਸਤਗੁਰੂ ਤੇ ਸਿੱਖ ਦੇ ਰਿਸ਼ਤੇ ਦੀਆਂ ਦਿੰਦੇ ਆ ਚਲੋ ਇਹ ਵੀ ਸੁਖਮਨੀ ਸਾਹਿਬ ਚ ਸਤਗੁਰ ਸੇਕ ਕੀ ਕਰੈ ਪ੍ਰਤਪਾਲ ਸੇਵਕੋ ਗੁਰਸਦਾ ਦਇਾਲ ਅਸੀ ਤੁਕਾਂ ਕਹਿ ਕੇ ਜੇ ਕਹੀ ਮਹਾਰਾਜ ਸਿਰੂ ਦੋਚ ਕਹਨ ਲਗੇ ਸਤਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਦਰੇ ਨਾਨਕ ਹਰਗੁਨ ਗਾਉ ਇੱਕ ਉਦਾਹਰਨ ਮੈਂ ਆਪ ਜੀ ਨੂੰ ਹੋਰ ਦੇਣਾ ਅਸੀਂ ਆ ਕਿੰਨੇ ਇਨਸਾਨ ਆ ਜੀ ਧਰਤੀ ਤੇ ਅੰਦਰ ਦੇ ਅੰਗ ਸਭ ਦੇ ਇੱਕੋ ਜਿਹੇ ਆ ਹਾਰਟ ਇਹ ਕਿਡਨੀ ਖੂਨ ਦਾ ਸਿਸਟਮ ਬਲੱਡ ਪ੍ਰੈਸ਼ਰ ਇਹ ਤਾਂ ਸਾਰਿਆਂ ਤੇ ਠੁਕੇਗਾ ਪਰ ਜਿਹੜਾ ਬਾਹਰ ਦਾ ਸਟਰਕਚਰ ਉਹ ਸਭ ਦਾ ਇੱਕੋ ਜਿਹਾ ਮੇਲ ਨਹੀਂ ਖਾਂਦਾ ਹੈ ਅੰਗ ਇੱਕੋ ਜਿਹੇ ਕਿਸੇ ਦਾ ਨੱਕ ਫਿੱਨਾ ਹੈ ਕਿਸੇ ਦਾ ਤਿੱਖਾ ਹੈ ਕਿਸੇ ਦੀਆਂ ਅੱਖਾਂ ਮੋਟੀਆਂ ਨੇ ਕਿਸੇ ਦੀਆਂ ਬਰੀਕ ਨੇ ਕਿਸੇ ਦੇ ਹੱਥ ਵੱਡੇ ਨੇ ਕਿਸੇ ਦੇ ਛੋਟੇ ਨੇ ਸੱਚ ਮੁੱਚ ਕੱਦ ਛੋਟਾ ਹੈ ਰੰਗ ਵੱਖਰੇ ਨੇ ਜੇ ਜੇ ਪੁੱਛੋ ਜੀ ਜੋਤ ਸਾਹਿਬ ਚ ਇੱਕੋ ਇਹ ਇਹ ਬੰਤਰ ਵਿੱਚ ਭਿੰਤਾ ਜੀ ਕਿਉਂ ਲੱਗਦੀ ਪਈ ਵੱਡੀਆਂ ਅੱਖਾਂ ਛੋਟੀਆਂ ਅੱਖਾਂ ਤੇ ਉਹ ਸਾਇੰਸ ਵਾਲੇ ਕਹਿੰਦੇ ਆ ਵੀ ਸਦੀਆਂ ਤੋਂ ਜਿਉਂ-ਜਿਉਂ ਮੌਸਮ ਸੀ ਨਾ ਜਿਹੋ ਜਿਆ ਇਲਾਕਿਆਂ ਦਾ ਕਲਾਈਮੇਟ ਜਿਉਂ ਜਿਹਾ ਸੀ ਇਸੇ ਤਰ੍ਹਾਂ ਬੰਦੇ ਦੀ ਸਕਿਨ ਦੀ ਜਾਂ ਉਹਦੀ ਬੰਤਰ ਇਸ ਤਰ੍ਹਾਂ ਬਣ ਗਈ ਬੜੀ ਖੋਜ ਉਹ ਨਾ ਕੀਤੀ ਬਾਬਾ ਜੀ ਦੀ ਬਾਣੀ ਪੜੇ ਇੱਕ ਤੋਕਾਈ ਜੇ ਹੀ ਰੁੱਤ ਕਾਇਆ ਸੁਖ ਤੇਹਾ ਤੇ ਹੋ ਜੇ ਹੀ ਦੇਖੀ ਇੱਕ ਤੋਕ ਚ ਗੱਲ ਮੁਕਾ ਦਿੱਤੀ ਕਹਿਣ ਲੱਗੇ ਬਾਡੀ ਇਸ ਕਰਕੇ ਸਕਿਨ ਵੇਖ ਵਖ ਲੱਗਦੀ ਹੈ ਜਿਹੋ ਜੀ ਰੁੱਤ ਹੁੰਦੀ ਏ ਕਾਇਆ ਦਾ ਉਹ ਜੀ ਸੁਖ ਦੁੱਖ ਘੜਾਣ ਵਾਲੀ ਹੋ ਜਾਂਦੀ ਏ ਸੱਚ ਏ ਵੇ ਕਿ ਰੁੱਤਾਂ ਦੇ ਅਨੁਸਾਰ ਬਾਡੀ ਦਾ ਅੰਗ ਪ੍ਰਤੰਗ ਜਿਹੜਾ ਛੋਟਾ ਵੱਡਾ ਲੱਗਦਾ ਜੇ ਜੇਈ ਰੁੱਤ ਕਾਇਆ ਸੁਖ ਤੇਖਾ ਤੇਖੋ ਜੇ ਕੀ ਦੇਖੀ ਇੱਥੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਮੈਂ ਬੇਨਤੀ ਕਰ ਲਗਾ ਉਸੇ ਵਿਸ਼ੇ ਤੇ ਆਈਏ ਕਿ ਮ੍ਰਿਗ ਤ੍ਰਿਸ਼ਨਾ ਹੁਣ ਭਰਮ ਸ਼ਬਦ ਕੀ ਹੈ ਜੇ ਮਹਾਰਾਜ ਨੂੰ ਪੁੱਛੀਏ ਵੀ ਸਾਨੂੰ ਇਹ ਦੱਸੋ ਧਰਮ ਕੀ ਹੈ ਹੁਣ ਸਾਰੇ ਕਹਿੰਦੇ ਆ ਸਿੱਖ ਜਿਹੜਾ ਧਰਮ ਨਹੀਂ ਕਰਦਾ ਤੇ ਮਹਾਰਾਜ ਜੀ ਦਾ ਮੇਰਾ ਖਿਆਲ ਅਜ ਘਰ ਮੰਦਰ ਸਭ ਹੁਕਮਨਾ ਮਾਸੀਂ ਦੁਬਿਦਾ ਨਾ ਪੜੂੰ ਹਰ ਬਿਨ ਖੋਰ ਨਾ ਪੂਜੂੰ ਮੜੇ ਮਸਾਨ ਨਾ ਜਾਈ ਧਰਮ ਕੀ ਹੈ ਗੁਰੂ ਗ੍ਰੰਥ ਸਾਹਿਬ ਨੇ ਇੱਕ ਤੋਕ ਵਿੱਚ ਆਪਾਂ ਕਹਿੰਦੇ ਆ ਧਰਮ ਪੇਖਤੇ ਰਹੇ ਨਾ ਪੁੱਛੇ ਜੀ ਕਿਹੜਾ ਧਰਮ ਧਰਮ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਿਸ ਚੀਜ਼ ਨੂੰ ਆਪਾਂ ਜਿਵੇਂ ਸੋਚ ਰਹੇ ਆਂ ਪਰ ਜਦੋਂ ਨੇੜੇ ਜਾਈਏ ਹਕੀਕਤ ਵਿੱਚੋਂ ਮਿਲੇ ਨਾ ਇਹਨੂੰ ਬਾਬਾ ਜੀ ਨੇ ਇੱਕ ਤੁਕ ਵਿੱਚ ਕਿਹਾ ਮਾਧਵੇ ਕ્યા ਕਹੀਏ ਭਰਮ ਐਸਾ ਕਹਿੰਦੇ ਆਹ ਭਰਮ ਦੀ ਡੈਫੀਨੇਸ਼ਨ ਹੈ ਮਾਧਵੇ ਕ્યા ਕਹੀਏ ਭਰਮ ਐਸਾ ਜੈਸਾ ਮੰਨਿਆ ਬਸ ਆ ਇੱਥੇ ਜੇ ਮਿਰਗ ਤ੍ਰਿਸ਼ਨਾ ਪੇਖ ਭੁੱਲਨੇ ਬੂਠੇ ਨਗਰ ਗੰਦਰਵ ਇਹ ਇਹ ਭਰਮ ਹੈ ਮਾਧਵੇ ਕਿਆ ਕਹੀ ਹੈ ਭਰਮ ਐਸਾ ਜੈਸਾ ਮੰਨਿਆ ਕੋਏ ਨਾ ਤੈਸਾ ਕਿ ਜੋ ਕੁਝ ਮੈਂ ਜ਼ੇਹਨ ਚ ਮੰਨੀ ਬੈਠਾਂ ਪਰ ਜਦੋਂ ਨੇੜੇ ਜਾਵਾਂ ਹਕੀਕਤੋਂ ਨਿਕਲੇ ਨਾ ਉਹਨੂੰ ਵੀ ਭਰਮ ਕਹਿੰਨੇ ਆ ਇਹ ਭਰਮ ਕੱਲਾ ਸੰਸਾਰ ਤੋਂ ਬਾਹਰ ਮੁਖੀ ਨਹੀਂ ਇਹ ਪੁੱਤਰਾਂ ਧੀਆਂ ਤੋਂ ਸ਼ੁਰੂ ਹੁੰਦਾ ਤੇ ਵੱਡੇ ਵੱਡੇ ਰਿਸ਼ਤਿਆਂ ਤੱਕ ਚੱਲਦਾ ਭਰਮ ਦਾ ਅਰਥ ਜੋ ਕੁਝ ਮੈਂ ਸਮਝਿਆ ਸੀ ਉਹ ਕੁਝ ਨਿਕਲਿਆ ਨਹੀਂ ਆਓ ਇਹਦੀ ਵਿਆਖਿਆ ਲਈ ਅੱਜ ਮੈਂ ਭਾਈ ਸਾਹਿਬ ਦੀਆਂ ਰਚਨਾਵਾਂ ਚ ਦੋਕ ਬਚਨ ਲਏ ਆ ਭਾਈ ਗੁਰਦਾਸ ਸਾਹਿਬ ਜੀ ਹੈ ਮਿਰਗ ਤ੍ਰਿਸ਼ਨਾ ਹੀ ਮਿਰਗ ਵੀ ਕਦੇ ਨਹੀਂ ਰਾਜਦਾ ਮਰ ਜਾਂਦਾ ਹੈ ਸੱਚਮੁੱਚ ਅੰਦਰ ਵੀ ਕਦੀ ਨਹੀਂ ਤ੍ਰਿਪਤ ਹੋਇਆ ਪਾਣੀ ਕੱਢਣਾ ਖੂਚੋਂ ਲੱਜ ਨਾਲ ਬਾਲਟੀ ਪੰਨੀ ਹੈ ਤੇ ਸਾਰੀ ਜ਼ਿੰਦਗੀ ਖੂਹ ਦੇ ਵਿੱਚ ਪਾਲ ਦੀ ਬਾਲਟੀ ਡੋਬੀ ਜਾਓ ਬਾਹਰ ਕੱਢੋ ਤੇ ਪਾਣੀ ਦੀ ਬੂੰਦ ਨਹੀਂ ਜੇ ਇਹ ਕਹੋ ਮੇਰੀ ਮਿਹਨਤ ਬੜੀ ਮੈਂ ਇੰਨੀ ਬਾਲਟੀ ਪਾਣੀ ਚ ਲਮਕਾਈ ਬਾਹਰ ਖਾਲੀ ਆਈ ਵੇਖਣ ਵਾਲਾ ਵੇਖ ਕੇ ਕਹੇਗਾ ਮੈਂ ਤਾਂ ਬੜੀ ਕੀਤੀ ਪਰ ਬਾਲਟੀ ਦਾ ਥੱਲੇ ਹੀ ਕੋਈ ਨਹੀਂ ਪਾਣੀ ਕਿੱਥੇ ਭਰਿਆ ਜਾਣਾ ਜਿਵੇਂ ਛਾਨਣੀ ਵਿੱਚ ਪਾਣੀ ਨਹੀਂ ਖਲੋਂਦਾ ਜਿਵੇਂ ਬਾਲਟੀ ਤਲੇ ਤੋਂ ਬਿਨਾ ਹੋਵੇ ਤੇ ਪਾਣੀ ਨਹੀਂ ਰੁਕਦਾ ਹਕੀਕਤ ਇਹ ਵੇ ਤ੍ਰਿਸ਼ਨਾ ਉਹ ਭਾਂਡ ਹੈ ਜਿਹਦਾ ਅੱਜ ਤੀਕਰਾਂ ਤਲਾ ਕਿਸੇ ਨੂੰ ਲੱਭਿਆ ਇਹ ਨਾ ਕਦੀ ਭਰਦੀ ਹੈ ਤੇ ਨਾ ਕਦੀ ਇਹ ਇਹ ਬੰਦਾ ਤ੍ਰਿਪਤ ਹੁੰਦਾ ਹੈ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ ਹਾਲਾਂਕਿ ਉਹ ਪੌੜੀ ਮੈਨੂੰ ਪਤਾ ਹੈ ਕਿ ਪ੍ਰਿਥੀ ਚੰਦ ਦੇ ਪਰਥਾਏ ਕਹੀ ਪਰ ਇਹਦੀ ਵਿਆਖਿਆ ਲਈ ਜ਼ਰੂਰੀ ਸੀ ਮਾਧਵੇ ਕਹੀ ਕਿਆ ਕਹੀ ਹੈ ਭਰਮ ਐਸਾ ਜੈ ਸਮਾਨੀਆਂ ਕੋਇ ਨਾ ਤੈਸਾ ਉਹ ਪੌੜੀ ਦੀਆਂ ਸਤਰਾ ਨੇ ਕਿ ਖਰ ਚੰਦौरी ਦੇ ਕੇ ਕਰਦੇ ਪਰਵਾਸਾ ਥਲ ਵਿੱਚ ਤਪਣ ਭੱਟੀਆਂ ਕਿਉਂ ਲਹਿ ਪਿਆਸਾ ਸੋਹਣਾ ਰਾਜ ਕਮਾਈਐ ਕਰ ਭੋਗ ਬਿਲਾਸਾ ਛਾਇਆ ਬਿਰਕ ਨਾ ਰਹਿ ਥਿਰ ਪੂਜੈ ਕਿਉਂ ਆਸਾ ਬਾਜ਼ੀਗਰ ਦੀ ਖੇਡ ਜੂ ਸਭ ਕੂੜ ਤਮਾਸ਼ਾ ਆਖੇ ਮ੍ਰਗ ਤਿਸ਼ਨਾ ਪੇਕ ਭੁੱਲਨੇ ਵੁੱਠੇ ਨਗਰ ਗੰਦਰਬ ਕਿਵੇਂ ਭੁੱਲ ਗਏ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਕਹਿੰਦੇ ਆ ਹਰ ਚੰਦੌਰੀ ਦੇਖ ਕੇ ਜਿੰਨੂੰ ਗੁਣ ਅਸੀਂ ਪੜਿਆ ਵੁੱਠੇ ਨਗਰ ਗੰਦਰਬ ਉਹਨਾਂ ਹਰ ਚੰਦੌਰੀ ਵੇਖਿਆ ਉਹ ਕਹਿੰਦੇ ਨੇ ਅੱਜ ਤੱਕ ਅਸੀਂ ਖਰੀ ਚੰਦ ਨਗਰੀ ਦਾ ਜ਼ਿਕਰ ਕਰਨੇ ਆ ਪਰ ਦੱਸੋ ਉਸ ਨਗਰ ਚ ਕੋਈ ਰਹਿ ਕੇ ਆਇਆ ਓਥੇ ਕਦੀ ਕਿਸੇ ਦਾ ਵਸੀਬਾ ਹੋਇਆ ਕਹਿੰਦੇ ਜਿਵੇਂ ਖਰੀ ਚੰਦ ਦੀ ਨਗਰੀ ਜੁਗਾਂ ਤੋਂ ਲੋਕਾਂ ਨੂੰ ਸਿਰਫ ਇੱਕ ਭਰਮ ਪਾਇਆ ਜਾ ਰਿਹਾ ਹੈ ਸੱਚ ਐਵੇਂ ਕਿ ਉਹ ਦਿਸਹ ਦੀ ਕੋਈ ਨਹੀਂ ਭੁਲੇਖਾ ਹੈ ਆ ਜੋ ਕੋਈ ਦਿਸਦਾ ਜਿਸ ਘਰ ਚ ਤੂੰ ਟਿਕਿਆ ਤੇਰੇ ਮਰਨ ਤੋਂ ਬਾਅਦ ਇਹ ਵੀ ਖਰੀ ਚੰਦ ਦੀ ਨਗਰੀ ਬਣ ਜਾਣੀ ਹੈ ਸਮਝ ਨਹੀਂ ਪੈਣੀ ਤੈਨੂੰ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ ਥਲ ਵਿੱਚ ਤਪਣ ਪੱਠੀਆਂ ਕਿਉਂ ਲੈ ਪਿਆਸਾ ਮਾਰੂ ਥਲ ਦੇ ਵਿੱਚ ਰੇਤ ਤਪਦੀ ਇਹ ਭੱਟ ਤਪਦੇ ਨੇ ਪਰ ਚਮਕਦੀ ਰੇਤ ਪਾਣੀ ਦਾ ਭੁਲੇਖਾ ਪਾਉਂਦੀ ਏ ਭਾਈ ਸਾਹਿਬ ਕਹਿੰਦੇ ਨੇ ਅੱਜ ਤੀਕਰਨ ਕਿਸੇ ਜਾਨਵਰ ਦੀ ਕਿਸੇ ਮਨੁੱਖ ਦੀ ਕਿਸੇ ਪਸ਼ੂ ਦੀ ਇਸ ਚਮਕਦੀ ਰੇਤ ਦੇ ਪਾਣੀ ਨੇ ਪਿਆਸ ਨਹੀਂ ਬੁਝਾਈ ਭਰਮ ਹੈ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ ਥਲ ਵਿੱਚ ਤਪਣ ਭੱਟੀਆਂ ਕਿਉਂ ਲੈ ਪਿਆਸਾ ਇੱਥੇ ਸ਼ਬਦ ਦੇ ਸੋਹਣੇ ਅਰਥ ਇਹਦੇ ਨੇ ਸੁਪਨੇ ਇਹਦਾ ਅਰਥ ਸੁਪਨਾ ਕਰਾਂਗੇ ਸੋਹਣੇ ਰਾਜ ਕਮਾਈ ਹੈ ਰਾਜ ਕਮਾਈਆ ਕਰ ਭੋਗ ਬिलास ਬੰਦਾ ਸੁਪਨੇ ਸੁਤਾ ਖੈ ਰਾਜ ਭਾਗ ਸੁਖ ਮੰਨਦਾ ਪਿਆਖੈ ਪਰ ਅੱਖਾਂ ਖੋਲਿਆਂ ਉਹ ਕੁਝ ਨਹੀਂ ਮਿਲਣਾ ਜੋ ਕੋਈ ਸੁਪਨੇ ਸੀ ਸੋਹਣਾ ਰਾਜ ਕਮਾਈਆ ਕਰ ਭੋਗ ਬिलास ਭਾਈ ਸਾਹਿਬ ਅੱਗੇ ਕਹਿੰਦੇ ਛਾਇਆ ਬਿਰਕ ਨਾ ਰਹਿ ਥਿਰ ਪੁਜਾ ਕਿਉਂ ਆਸਾ ਤੇਰੇ ਸਿਰ ਦੇ ਉੱਤੇ ਰੁੱਖ ਦੀ ਸ਼ਾਖ ਹੈ ਤੇ ਤੂੰ ਇਹ ਕਹੈ ਵੀ ਇਹਨੇ ਹਮੇਸ਼ਾ ਮੇਰੇ ਸਿਰ ਤੇ ਰਹਿਣਾ ਨਹੀਂ ਇਹ ਵੀ ਭਰਮ ਹੈ ਤੇਰੇ ਦੇਖਦਿਆਂ ਦੇਖਦਿਆਂ ਰੁੱਖ ਦੀ ਸ਼ਾਮ ਬਦਲ ਜਾਏਗੀ ਸੂਰਜ ਦੇ ਨਾਲ ਦਾ ਸ਼ਾਇਆ ਤਿਰਕ ਨਾ ਰਹੇ ਤੇਰ ਪੂਜਾ ਕਿਉਂ ਆਸਾ ਬਾਜੀਗਰ ਦੀ ਖੇਡ ਜਿਉ ਸਭ ਕੂੜ ਤਮਾਸ਼ਾ ਮਿਰਗ ਤਿਸ਼ਨਾ ਪੇਖ ਭੁੱਲਨੇ ਬਾਜੀਗਰ ਦੀ ਖੇਡ ਦਿਉ ਸਭ ਕੂੜ ਤਮਾਸ਼ਾ ਐ ਮੇਰੇ ਮਨਾਂ ਬਾਜੀਗਰ ਖੇਡ ਪਾਂਦਾ ਮਦਾਰੀ ਵਾਲਾ ਜੀ ਉਹ ਆ ਉੱਥੇ ਇਨਾ ਹੁਨਰ ਹੈ ਨਾ ਰੱਬ ਦੀ ਕਿਰਪਾ ਨਾਲ ਮੈਂ ਕਿਰੀ ਸੋਚਣਾ ਮਾੜੇ ਤੋਂ ਮਾੜੇ ਬੰਦੇ ਵੀ ਹੁਨਰ ਸੰਭੀ ਬੈਠੇ ਉਹ ਚਰਸਤੇ ਚ ਖਲੋ ਜਾਂਦਾ ਡਮਰੂ ਵਜਾਣਾ ਬੰਸਰੀ ਵਜਾਣੀ ਲੋਕ ਇਕੱਠੇ ਹੋ ਗਏ ਤੇ ਕਮਾਲ ਕਰਦਾ ਸੀ ਉਹ ਕੱਪੜੇ ਕੱਢਦੇ ਨੇ ਭਾਂਡੇ ਕੱਢਦੇ ਨੇ ਕਈ ਵਾਰੀ ਟ੍ਰਾਂਨਜ਼ਿਸਟਰ ਕੱਢ ਕੇ ਗਾਣੇ ਵੀ ਸੁਣਾ ਦਿੰਦਾ ਸੀ ਤੇ ਕਈ ਬੰਦਿਆਂ ਦੇ ਕੰਨਾਂ 'ਚ ਹੱਥ ਲਾ ਲਾ ਕੇ ਸਿੱਕੇ ਕੱਢਦਾ ਹੁੰਦਾ ਸੀ ਇੱਕ ਘੰਟਾ ਉਹਨੇ ਲੋਕਾਂ ਨੂੰ ਬਹੁਤ ਕੁਝ ਦਿਖਾਇਆ ਜਦੋਂ ਖੇਡ ਮੁੱਕਣ ਲੱਗੀ ਕਹਿੰਦਾ ਉਹ ਵੇਖੋ ਚਵਾਨੀ ਠਿਆਨੀ ਇਹ ਪਹਿਲਾਂ ਹੁੰਦਾ ਸੀ ਚਵਾਨੀ ਬੰਦ ਹੋ ਗਈ ਉਹਨੂੰ ਉੱਥੇ ਚਵਾਨੀ ਠਿਆਨੀ ਟਕਾ ਕੁਝ ਨਾ ਕੁਝ ਮੈਨੂੰ ਦੇ ਕੇ ਜ਼ਰੂਰ ਜਾਇਓ ਲੋਕ ਉਹਦੇ ਵੱਲ ਛੱਟਦੇ ਸਨ ਅਗਲਾ ਪੁੱਛਿਓ ਤੂੰ ਤਾਂ ਕੰਨਾਂ ਵਿੱਚੋਂ ਰੁਪਈਆਂ ਦੀ ਛਣਕਾਰ ਲਾਨਾ ਉਹ ਕਹਿੰਦਾ ਨਹੀਂ ਇਹ ਤੁਹਾਨੂੰ ਭੁਲੇਖਾ ਪਾਇਆ ਇਸਲੀਅਤ ਵਿੱਚ ਕੁਝ ਵੀ ਨਹੀਂ ਇਹ ਤੁਹਾਨੂੰ ਭੁਲੇਖਾ ਮੇਰਾ ਹੁਨਰ ਹੈ ਸੱਚ ਇਹ ਵੀ ਗੁਰਮਖੋ ਗੁਰੂ ਅਰਜੁਨ ਦੇ ਬਚਨ ਕਰਦੇ ਆ ਕਿ ਜੋ ਕੋਈ ਤੂੰ ਦੇਖਣਾ ਪਏ ਇਹ ਮ੍ਰਿਗ ਤ੍ਰਿਸ਼ਨਾ ਹੈ ਇਹ ਭਰਮ ਚ ਪਿਆ ਹੋਇਆ ਜਿਵੇਂ ਇਹ ਸਦੀਵ ਕਾਲਿ ਕਿਤੇ ਵੀ ਨਹੀਂ ਇਸੇ ਤਰ੍ਹਾਂ ਪਦਾਰਥਾਂ ਵਿੱਚੋਂ ਸਦੀਵ ਕਾਲ ਵਾਸਤੇ ਸੁਖ ਨਹੀਂ ਇਸੇ ਤਰ੍ਹਾਂ ਬਾਬਾ ਜੀ ਨੇ ਇੱਕ ਸ਼ਬਦ ਵਰਤਿਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸ਼ਨਖਾਰ ਇਹ ਸਾਰੇ ਵਿੱਚ ਇਹ ਹੀ ਦੱਸਿਆ ਬਾਜੀਗਰ ਦੀ ਖੇਡ ਕੂੜ ਸੋਨਾ ਕੂੜ ਰੂਪਾ ਇਹ ਸਾਰੇ ਬਚਨ ਅਖੀਰ ਤੇ ਕਿਆ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ ਨਾਨਕ ਵਖਾਣੇ ਬੇਨਤੀ ਤੁਜ ਬਾਜ ਕੁੜੋ ਕੁੜ ਕਦੀ ਆਸ ਨਹੀਂ ਪੂਰੀ ਹੁੰਦੀ ਕੱਲ ਸੁਭਾ ਦੀ ਕਥਾ ਚ ਇੱਕ ਅਰਜ਼ ਮੈਂ ਕੀਤੀ ਸੀ ਇਹ ਜਿਉਂ ਜਿਉਂ ਉਮਰ ਢਲਦੀ ਹੈ ਨਾ ਜੀ ਸਾਰੇ ਭਰਮ ਨਿਕਲੀ ਜਾਂਦੇ ਆ ਬੰਦੇ ਦੇ ਤੇ ਜਿੰਨੇ ਮੈਂ ਕਹਿੰਨਾ ਚੰਗਾ ਛੇਤੀ ਛੇਤੀ ਨਿਕਲ ਜਾਣ ਘਟੋ ਘਟ ਸਾਹ ਨਿਕਲਣ ਤੋਂ ਪਹਿਲਾਂ ਬੰਦਾ ਇਹ ਤਾਂ ਸੋਚਦਾ ਰੱਬ ਤੋਂ ਬਿਨਾ ਕੋਈ ਨਹੀਂ ਜਿੰਨਾ ਕੱਟ ਦਿਵਾਲੇ ਹੁੰਦਾ ਆ ਮੇਰਾ ਪੁੱਤਰ ਆ ਮੇਰੀ ਧੀ ਆ ਮੇਰੇ ਭਤੀਜੇ ਆ ਮੇਰੇ ਚਾਚੇ ਤਾਏ ਮੈਂ ਸੱਚ ਕਹਿਨਾ ਇਹ ਕਾਫਲਾ ਸਾਨੂੰ ਰੱਬ ਵਾਲੇ ਪਾਸੇ ਛੇਤੀ ਨਹੀਂ ਜੇ ਜੁੜਨ ਦਿੰਦਾ ਕਿਉਂਕਿ ਹਰ ਬੰਦਾ ਫਿਰ ਅੰਦਰੋਂ ਬੰਦੇ ਦੀ ਆਸ ਤੇ ਜਿਉਂਦਾ ਹੈ ਕਭਾ ਨਾ ਤੇਰਾ ਫਲਾਣਾ ਰਿਸ਼ਤੇਦਾਰ ਇੰਨਾ ਤਕੜਾ ਤੈਨੂੰ ਕੀ ਪਰਵਾ ਤੇ ਜਿੱਦਨ ਸਾਰੇ ਸਾਥ ਛੱਡ ਜਾਂਦੇ ਹਨ ਉਹ ਦਿਨ ਫਿਰ ਬੰਦਾ ਕਹਿੰਦਾ ਅਜ ਭੁਲੇਖੇ ਨਿਕਲ ਗਿਆ ਰੱਬਾ ਤੇਰੇ ਤੋਂ ਬਿਨਾ ਕੋਈ ਵੀ ਨਹੀਂ ਤੇ ਜੇ ਪਹਿਲੇ ਹੀ ਪਤਾ ਲੱਗ ਜਾਏ ਬਿਮਾਰੀ ਦਾ ਤੇ ਬੰਦਾ ਕੋਈ ਇਲਾਜ ਸੋਚਦਾ ਹੈ ਨਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਸੇ ਭਰਮ ਲਈ ਇੱਕ ਸ਼ਬਦ ਵਰਤੇ ਹੈ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਹਕੀਕਤ ਹੈ ਨਾ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸੋ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਭ ਕਹਿਤ ਹੈ ਹਿਤ ਸੋ ਬੰਧਿਓ ਚੀਤ ਪਰ ਇਹ ਮਿਰਗ ਤਿਸ਼ਨਾ ਪੇਕ ਭੁੱਲਣੇ ਹਿਤ ਸੋ ਬੰਧਿਓ ਚੀਤ ਅੰਤ ਕਾਲ ਸੰਗੀ ਨੇ ਕਉ ਇਹ ਅਚਰਜ ਹੈ ਰੀਤੋ ਮੂਰਖ ਮਣਾ ਮਨ ਮੂਰਖ ਅਜੂ ਨੇ ਸਮਝਤ ਇਹ ਭੁਲੇਖੇ ਚ ਪੈ ਗਿਆ ਗੰਦਰਬਾ ਨਗਰੀ ਮਨ ਮੂਰਖ ਅਜੂ ਨੇ ਸਮਝਤ ਸਿੱਖ ਦਾ ਖਾਰਿਓ ਨੀਤ ਨਾਨਕ ਭਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਮੈਂ ਕੱਲ ਇੱਕ ਬੇਨਤੀ ਕੀਤੀ ਸੀ ਸ਼ਬਦ ਜਿਹੜੇ ਬਜ਼ੁਰਗਾਂ ਨੇ ਸੁਣਿਆ ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ ਪਾਵਾਂ ਦੇ ਅਰਥ ਅਸੀਂ ਸਵੇਰ ਕੱਲ ਕੱਲ ਦੁਪਹਿਰੇ ਕਰ ਚੁੱਕੇ ਹਾਂ ਮਾਰੇ ਗੁਰੂ ਨਾਨਕ ਸਾਹਿਬ ਮੌਲਵੀ ਨੂੰ ਸਮਝਾਉਂਦੇ ਪਏ ਆ ਤੇ ਮੈਂ ਇਹ ਵੀ ਆਪ ਜੀ ਨੂੰ ਬੇਨਤੀ ਕੀਤੀ ਮੈਨੂੰ ਪਤਾ ਹੈ ਸੰਗਤ ਚ ਬਹੁਤ ਪੜੇ ਲਿਖੇ ਡਾਕਟਰ ਸਾਹਿਬ ਵੀ ਲਿਟਰੇਰੀ ਸੱਜਣ ਵੀ ਹੁੰਦੇ ਆ ਮਿਲਦੇ ਆ ਮੈਨੂੰ ਤੇ ਮੈਂ ਉਸ ਦਿਨ ਬੇਨਤੀ ਕੀਤੀ ਸੀ ਇਹ ਸ਼ਬਦ ਨੂੰ ਮੁਕੰਮਲ ਫਾਰਸੀ ਦਾ ਨਹੀਂ ਕਹਿ ਸਕਦੇ ਉਰਦੂ ਦਾ ਜਨਮ ਹੋ ਰਿਹਾ ਉਦੋਂ ਜਦੋਂ ਇਹ ਸ਼ਬਦ ਉਚਾਰਨ ਕੀਤਾ ਗਿਆ ਇਹਦੇ ਲਈ ਇੱਕ ਸ਼ਬਦ ਵਰਦੇ ਸਨ ਰੇਖਤਾ ਇਹ ਰੇਖਤਾ ਵਿੱਚ ਹੈ ਇਹ ਇਸ ਗੱਲ ਦੇ ਅੰਦਰ ਦੇ ਸਾਰੇ ਸ਼ੰਕੇ ਕਾਢ ਤੇ ਮਾਰੇ ਨੇ ਮੈਂ ਕੱਲ ਕਿਹਾ ਵੀ ਸ਼ਬਦ ਪਿਦਰ ਦੀ ਥਾਂ ਪਦਰ ਵਰਤਿਆ ਜਨ ਪਿਸਰ ਪਦਰ ਫਾਰਸੀ ਦਾ ਸ਼ਬਦ ਤਾਂ ਪਿਦਰ ਹੈ ਨਾ ਗੁਰੂ ਸਾਹਿਬ ਨੇ ਇੱਥੇ ਬੜਾ ਭਰਮ ਕੱਢਿਆ ਇਸ ਦੀਆਂ ਤੁਕਾਂ ਦੋ ਤੁਕਾਂ ਖਾਸ ਕਰਕੇ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਜਨ ਇਸਤਰੀ ਪਤਨੀ ਹਿੰਦੀ ਵਿੱਚ ਜਨ ਦਾ ਅਰਥ ਦਾਸ ਹੈ ਤੇ ਇਹ ਇਸ ਵਿੱਚ ਜਦੋਂ ਆਪਾਂ ਫਾਰਸ ਕਈ ਸ਼ਬਦ ਬੜੇ ਆਪਾਂ ਭਾਸ਼ਾਵਾਂ ਦੇ ਆਪਸ ਵਿੱਚ ਮਿਲਦੇ ਆ ਕਈ ਥਾਵਾਂ ਤੇ ਇੱਕ ਭਾਸ਼ਾ ਦਾ ਸ਼ਬਦ ਬੜੇ ਗਏ ਚੰਗੇ ਅਰਥ ਰੱਖਦਾ ਦੂਜੀ ਭਾਸ਼ਾ ਵਿੱਚ ਬੜੇ ਮਾੜੇ ਅਰਥ ਹੁੰਦੇ ਤੇ ਫਿਰ ਬੰਦਾ ਕਈ ਵਾਰੀ ਜਿਹਨੂੰ ਨਹੀਂ ਪਤਾ ਹੁੰਦਾ ਬੋਲ ਜਾਂਦਾ ਤੇ ਅਗਲੇ ਬੋਲਦੇ ਆ ਕੀ ਬੋਲ ਕੇ ਚਲਾ ਗਿਆ ਪੰਜਾਬੀ ਦੇ ਬੜੇ ਸ਼ਬਦ ਨੇ ਜਿਹੜੀ ਅੰਗਰੇਜ਼ੀ ਵੀ ਲੋਕੀ ਗਾਲਾਂ ਕੱਢਦੇ ਫਿਰਦੇ ਆ ਉਹ ਇਸ ਕਰਕੇ ਮੇਰੇ ਕਹਿਣ ਤੋਂ ਮੁਰਾਦ ਹਰ ਭਾਸ਼ਾ ਦੇ ਸਾਊਂਡ ਇੱਕੋ ਜਿਹਾ ਹੁੰਦਾ ਸ਼ਬਦ ਅਰਥ ਵੱਖ-ਵੱਖ ਰੱਖਦੇ ਹਿੰਦੀ ਚ ਜਨ ਦਾ ਅਰਥ ਹੈ ਦਾਸ ਤੇ ਫਾਰਸੀ ਵਿੱਚ ਜਨ ਦਾ ਅਰਥ ਹੈ ਇਸਤਰੀ ਜਨ ਪਿਸਰ ਪਦਰ ਵੀ ਰਾਦਰਾਂ ਕਸ ਨੇਸ਼ ਦਸ ਤੰਗੀਰ ਆਖਰ ਬੇਅਫਤਮ ਕਛ ਨਾ ਦਰਦ ਚੋਂ ਸ਼ਬਦ ਤਕਬੀਰ ਮੇਰੀ ਇਸਤਰੀ ਮਾਰੇ ਸ਼ਬਦ ਵਰਦਿਆ ਇਸਤਰੀ ਪੁੱਤਰ ਭਰਾ ਪਿਤਾ ਕੋਈ ਵੀ ਸਾਥ ਨਹੀਂ ਦਿੰਦਾ ਪਿਆ ਜਿਨ੍ਹਾਂ ਨੂੰ ਆਪਣੇ ਸਮੇ ਦੇ ਸਾਂ ਜਦੋਂ ਡਿੱਗੇ ਕਸ ਨੇਸ ਦਸ ਤੰਘੀਰ ਕੋਈ ਵੀ ਬਾਹ ਪਕੜਨ ਵਾਲਾ ਨਹੀਂ ਮੈਂ ਤਾਂ ਇੱਕ ਦਿਨ ਮੰਚ 'ਚ ਸੋਚ ਰਿਆ ਸੀ ਕੱਲਾ ਬੈਠਾ ਕਿ ਬੰਦੇ ਦੀ ਯਾਤਰਾ ਮੋਢੇ ਤੋਂ ਮੋਢੇ ਤੱਕ ਹਾਂਜੀ ਮੋਢੇ ਤੋਂ ਮੋਢੇ ਤੱਕ ਇਹ ਘਰ ਬਸ ਜਦੋਂ ਜੰਮਣਿਆ ਉਦੋਂ ماں ਮੋਢੇ ਨਾਲ ਲਾਂਦੀ ਏ ਜਦੋਂ ਮਰਨਿਆ ਭਰਾ ਮੋਢਿਆਂ ਤੇ ਚੁੱਕ ਜਾਂਦੇ ਨੇ ਬਸ ਇੰਨੀ ਕੁ ਤੇਰੀ ਕਹਾਣੀ ਹੈ ਇਹ ਹੈ ਨਾ ਜੀ ਕਹਿੰਦੇ ਆ ਮਾਂ ਕਹਿੰਦੀ ਬੱਚੇ ਨਿਆਣੇ ਨੂੰ ਮੋਢੇ ਲਾ ਲਓ ਸੱਚੀ ਮੁੱਚੀ ਉਹ ਮੋਢੇ ਲਾ ਕੇ ਮੋਢੇ ਨਾਲ ਲਾਂਦੀ ਏ ਭਰਾ ਮੋਢੇ ਉੱਤੇ ਚੁੱਕ ਲੈਂਦੇ ਆ ਇਹਨੂੰ ਬਾਬਾ ਜੀ ਨੇ ਕਿਹਾ ਵੇਖੋ ਬੰਦਾ ਚੱਲਿਆ ਚੋਂ ਜਣਿਆਂ ਦੇ ਕੰਨ ਮੈਂ ਫਿਰ ਵਿਸ਼ੇ ਤੇ ਆਉਣ ਲੱਗਾ ਕਿ ਭੁਲੇਖਾ ਪੈ ਰਿਹਾ ਹੈ ਕਿ ਸਭ ਕੁਝ ਹੈ ਪਰ ਹਕੀਕਤ ਵਿੱਚ ਉਹ ਕੁਝ ਵੀ ਨਹੀਂ ਬਾਹਰ ਮੁਖੀ ਦਿਸ ਰਿਹਾ ਹੈ ਅੰਤਲੇ ਸਮੇ ਇਸ ਵਿੱਚੋਂ ਕੋਈ ਵੀ ਚੀਜ਼ ਨਿਭਣ ਵਾਲੀ ਨਹੀਂ ਤੇ ਇਸ ਵਿੱਚੋਂ ਅੱਜ ਤੱਕ ਕੋਈ ਰਜਿਆ ਵੀ ਨਹੀਂ ਪਰ ਬਿਰਤੀ ਹੈ ਅੰਤਲੇ ਸਮੇਂ ਤੱਕ ਦਿਨ ਇਹ ਅਰਜ਼ ਕੀਤੀ ਕਿ ਸਾਡਾ ਪਹਿਲਾ ਗ੍ਰੰਥ ਪੜ੍ਹਾਉਂਦੇ ਸਨ ਟਕਸਾਲਾ ਚ ਵਿਦਾਂਤ ਪੜ੍ਹਾਏ ਜਾਂਦੇ ਸਨ ਗ੍ਰੰਥ ਮਾੜੀ ਗੱਲ ਨਹੀਂ ਸੀ ਵਿਚਾਰ ਮਾਲਾ ਸਾਰ ਪੁਤਾਵਲੀ ਭਾਵਰ ਸਿਮਰਤ ਗ੍ਰੰਥ ਹੁਣ ਜਿਉਂ-ਜਿਉਂ ਨਵਾਂ-ਨਵਾਂ ਕੰਮ ਹੁੰਦਾ ਪਿਆ ਤੇ ਆਪਣੀਆਂ ਗੱਲਾਂ ਪਰ ਅੱਜ ਵੀ ਸਾਨੂੰ ਕਈ ਵਾਰੀ ਕਈ ਸ਼ਬਦ ਲੱਭਣ ਲਈ ਉਹਨਾਂ ਗ੍ਰੰਥ ਨੂੰ ਵਾਚਣਾ ਪੈਂਦਾ ਹੈ ਮੈਂ ਤਾਂ ਕਿ ਦਿਨ ਬੇਨਤੀ ਕੀਤੀ ਆ ਸ਼ਬਦ ਇਹ ਇੱਕ ਕੋਟ ਆਪਣਾ ਜਿਹੜਾ ਕਿਉਂ ਲੀਜਿਆ ਗੜ ਬੰਕਾ ਭਾਈ ਦੋਵਰ ਕੋਟ ਅਰ ਤੇਵਰ ਖਾਈ 5 25 ਮੋਹ ਮਦਮਦ ਸਰ ਇਹਨਾਂ ਦੀ ਵਿਆਖਿਆ ਸ਼ਾਂਕ ਸ਼ਾਸਤਰ ਦੀ ਗਿਣਤੀ ਤੋਂ ਬਿਨਾਂ ਨਹੀਂ ਹੋ ਸਕਦੀ 5 ਕੀ ਹੈ 25 ਪ੍ਰਕਿਰਤੀਆਂ ਕੀ ਨੇ ਬਾਬਰ ਸਿਮਰਤ ਚ ਇੱਕ ਉਹਨਾਂ ਨੇ ਬੜੇ ਸੋਹਣਾ ਬਚਨ ਕਿਹਾ ਕਿ ਕਿਵੇਂ ਬੰਦਾ ਜਿਨ੍ਹਾਂ ਤੇ ਆਸ ਕਰਦਾ ਹੈ ਭੁਲੇਖਾ ਨਿਕਲ ਜਾਂਦਾ ਉਹ ਇੱਕ ਬਚਨ ਖੈ ਜੀ ਤਨ ਕੇ ਬਲ ਅਬ ਪੀਠ ਦਈ ਅਰ ਹਾਰ ਗਏ ਦਿਗਬਾਲ ਸੰਗਾਤੀ ਤਨ ਕੇ ਬਲ ਅਬ ਪੀਠ ਦਈ ਅਰ ਹਾਰ ਗਏ ਦਿਗਬਾਲ ਸੰਗਾਤੀ ਤਜ ਕੇ ਇਹ ਲੋਕ ਵਿਕੇ ਕਮ ਕੋ ਚਲ ਆਪ ਗਏ ਸੁਰ ਲੋਕ ਸੁਜਾਤੀ ਜਗ ਮੀਤ ਸਖਾ ਮੁਖ ਫੇਰ ਗਏ ਅਰ ਸੇਵਕ ਆ ਨਾ ਪੁੱਛੈ ਮਮ ਬਾਤੀ ਮਮ ਆਏ ਪਲਾੰਗਮ へ ਤ੍ਰਿਸ਼ਨਾ ਇਕ ਤੂੰ ਮਮ ਸੰਗ ਰਹੀ ਦਿਨ ਰਾਤੀ ਬ੍ਰਿਜ ਭਾਸ਼ਾ ਜੀ ਅਰਥੇ ਦੇ ਥੋੜੇ ਜੇ ਆਪਾਂ ਕਰ ਲਈ ਸਮਝ ਪੈਦੇ ਤੇ ਤਨ ਕੇ ਬਲ ਅਬ ਪੀਠ ਦਈ ਜਿਹੜਾ ਸ਼ਰੀਰ ਵਿੱਚ ਤਾਕਤ ਸੀ ਨਾ ਬਲ ਸੀ ਵੀ ਮੇਰੇ ਵਰਗਾ ਕੋਈ ਨਹੀਂ ਕਹਿਣ ਲੱਗੇ ਵਾ ਰੱਬਾ ਤੂੰ ਬੰਦੇ ਦਾ ਜਿਉਂਦਿਆਂ ਭੁਲੇਖਾ ਕੱਢਿਆ ਅਜੇ ਸ਼ਰੀਰ ਵਿੱਚੋਂ ਜਿੰਦ ਨਹੀਂ ਨਿਕਲੀ ਪਰ ਬਲ ਇਹਦਾ ਪਹਿਲੇ ਨਿਕਲ ਗਿਆ ਹੈ ਭੁਲੇਖਾ ਨਿਕਲ ਗਿਆ ਬਾਬਾ ਜੀ ਨੇ ਕਿਹਾ ਇੱਕ ਸ਼ਬਦ ਕਹਿੰਦੇ ਨੇ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਪਵੇ ਓਮ बाबा ਫਰੀਦ ਜੀ ਕਹਿੰਦੇ ਆ ਲੱਤਾਂ ਜਿਨ੍ਹਾਂ ਨਾਲ ਮੈਂ ਪਹਾੜਾਂ ਤੇ ਚੜ ਜਾਣਾ ਮੈਦਾਨਾਂ ਵਿੱਚ ਭਜਣਾ ਪਾਣੀ ਤਰ ਜਾਣਾ ਅੱਜ ਮੈਂ ਆਵਾਜ਼ ਦੇਣਾ ਮੈਂ ਨਮਾਜ਼ ਪੜ੍ਹਨੀ ਏ ਵਜ਼ੂਅ ਕਰਾ ਦਿਓ ਮੁਰਿੱਦ ਕਹਿੰਦਾ ਸਹਰਾਣੇ ਕੁੱਜਾ ਪਿਆ ਬਾਬਾ ਸਾਹਿਬ ਕਹਿਣ ਲੱਗੇ ਵਾਹ ਵੇਖੋ ਆ ਦੋ ਕਦਮ ਕੁੱਜਾ ਪਿਆ ਅੱਜ ਇੰਜ ਲੱਗਦਾ ਪਤਾ ਨਹੀਂ ਕਿੰਨੇ ਕੋ ਕੋ ਮੇਰੇ ਤੋਂ ਦੂਰ ਗਏ ਇਹ ਭੁਲੇਖਾ ਹੀ ਏ ਜੇ ਮ੍ਰਿਗ ਤ੍ਰਿਸ਼ਨਾ ਬਹੁਤ ਵੱਡਾ ਸਬਜੈਕਟ ਅੱਜ ਉਹ ਕੁਜਾ ਇਨੀ ਨਿੱਕੀ ਜੰਗੀ ਆ ਥਲ ਡੂੰਗਰ ਪਵੇ ਓਮ ਅੱਜ ਫਰੀਦਾ ਕੁਜੜਾ ਸਹਿ ਕੋਹਾ ਥਿਯੋਮ ਤਨ ਕੇ ਬਲ ਅਬ ਪੀਠ ਦੀ ਹੁਣ ਬਲ ਚਲਾ ਗਿਆ ਅਰ ਹਾਰ ਗਏ ਦ੍ਰਿਗਬਾਲ ਸੰਗਾਤੀ ਜਿਹੜੀਆਂ ਅੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਸਨ ਸਰੀਰ ਹੈਗਾ ਅਜ ਅੱਖਾਂ ਵੀ ਸਾਥ ਛੱਡ ਗਈਆਂ ਇਹਨੂੰ ਬਾਬਾ ਜੀ ਦਾ ਇੱਕ ਬਚਨ ਹੋਰ ਹੈ ਜੀ ਸ਼ਲੋਕ 34 ਚਲਣ ਰਤਨ ਇਹ ਵੀ ਭਲੇਖਾ ਨਿਕਲ ਗਿਆ ਚੱਬਣ ਚਲਨ ਰਤਨ ਸੇ ਸੋਨੀਰ ਬਹਿ ਗਏ ਖੇੜੇ ਮੁੱਤੀ ਢਾ ਸੇ ਜਾਨੀ ਚੱਲ ਗਏ ਇਹ ਵੀ ਭਰਮਖ ਹੈ ਫਿਰ ਸੁਣੋ ਚੱਬਣ ਜਿੰਨਾ ਦੰਦਾ ਨਾਲ ਮੈਂ ਇਹ ਨਹੀਂ ਮੈਂ ਕੋਈ 네ਗੇਟਿਵ ਸ਼ਬਦ ਬੋਲ ਰਿਹਾ ਵੀ ਆਪਾਂ ਸਾਰੇ ਡਰ ਜਾਈਏ ਬਸ ਇੱਕ ਗੱਲ ਮੈਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਇਸ ਗੱਲ ਨੂੰ ਚੇਤੇ ਰੱਖੀ ਇਹ ਤੇਰਾ ਭਰਮ ਜਿਉਂਦੇ ਜੀ ਨਿਕਲਣਾ ਜ਼ਰੂਰ ਹੈ ਉਹਨੂੰ ਭੁੱਲਣਾ ਜਿਹੜਾ ਸੱਚ ਹੈ ਚੱਬਣ ਦੰਦ ਵਿੱਚੋਂ ਚਲੇ ਗਏ ਚੱਲਣ ਦਾ ਅਰਥ ਏ ਲੱਤਾਂ ਨੇ ਸੱਚੀ ਮੁੱਚੀ ਹੁਣ ਮੈਂ ਵੀ ਸਟੇਜ ਤੇ ਕਹਿਣਾ ਕਿ ਜਦੋਂ ਅੱਜ ਤੋਂ 20 ਸਾਲ ਪਹਿਲਾਂ ਬੁਢੇਪੇ ਦਾ ਸ਼ਬਦ ਨਾ ਐ ਮਸਾਲੇ ਲਾ ਲਾ ਕਥਾ ਕਰਨੀ ਪੂੰਡੀ ਚਾਲ ਸਾਰੇ ਪਰਮਾਨ ਲਾਣੇ ਹੁਣ ਆਪਣੇ ਆਪ ਨੂੰ ਜਦੋਂ ਵਾਪਰ ਲੱਗ ਪਿਆ ਬੰਦਾ ਕਹਿੰਦਾ ਉਹ ਜੋ ਕਹਿੰਦਾ ਸੀ ਉਹ ਹੰਡਾ ਕੇ ਦੇਖੀ ਜਿਹੜੀ ਚਾਲ ਸੀ ਪੈਰ ਜਵਾਬ ਦੇ ਗਏ ਰਤਨ ਦਰ ਤੇ ਚਮਕਦੀਆਂ ਅੱਖਾਂ ਵੀ ਸਾਥ ਛੱਡ ਗਈਆਂ ਚੱਬਲ ਚਲ ਰ ਤਨ ਸੇ ਸੁਨੀਰ ਬਹਿ ਗਏ ਕੰਨ ਵੀ ਚਲੇ ਗਏ ਮਹਾਰਾਜ ਕਹਿੰਦੇ ਨੇ ਸ਼ਰੀਰ ਨੇ ਢਾ ਮਾਰੀ ਖੇੜੇ ਮੁੱਤੀ ਢਾ ਉੱਚੀ ਸਾਰੀ ਸੂਰ ਨੇ ਢਾ ਮਾਰ ਕੇ ਕੈਸੇ ਜਾਨੀ ਚੱਲ ਗਏ ਉਹ ਪਿਆਰਿਓ ਤੁਹਾਡੀ ਖਾਤਰ ਮੈਂ ਸਾਰੀ ਜ਼ਿੰਦਗੀ ਗਾਹ ਮਾਰੀ ਤੁਸੀਂ ਮਰਨ ਤੋਂ ਪਹਿਲੀ ਸਾਥ ਛੱਡ ਗਏ ਮੈਂ ਕਿ ਆੱਖਾਂ ਤੇ ਫਲਾਣੀ ਤਾਂ ਵੇਖਣ ਜਾਣਾ ਖਾੜਾ ਲੱਗਾ ਆਪਾਂ ਫਲਾਣੀ ਚੀਜ਼ ਸੁਣ ਜਾਣੀ ਕੰਨਾਂ ਦੀ ਪੂਰਤੀ ਕੀਤੀ ਅੱਖਾਂ ਦੀ ਕੀਤੀ ਜੀਬ ਦੀ ਕੀਤੀ ਕਹਿੰਦੇ ਵਾਹ ਰੱਬਾ ਅ ਸਭ ਕੁਝ ਬਾਡੀ ਨ ਲੱਗਿਆ ਅਜ ਮੰਜੇ ਤੇ ਪਿਆਵਾਂ ਸਾਰੇ ਸਾਥ ਛੱਡ ਕੇ ਚਲੇ ਗਏ ਤਨ ਕੇ ਬਲ ਅਬ ਫੀਠ ਦਈ ਅਰ ਹਾਰ ਗਏ ਦ੍ਰਿਗਬਾਲ ਸੰਗਾਤੀ ਤਜ ਕੇ ਇਹ ਲੋਕ ਵਿਖੇ ਹਮ ਕੋ ਅਸੀਂ ਇਸ ਲੋਕ ਚ ਪਹਿਲੇ ਹੀ ਚਲੇ ਗਏ ਤਜ ਕੇ ਇਹ ਲੋਕ ਵਿਖੇ ਹਮ ਕੋ ਚਲ ਆਪ ਗਏ ਪਰਲੋਕ ਸਜਾਤੀ ਜਗ ਮੀਤ ਸਖਾ ਮੁਖ ਫੇਰ ਗਏ ਜਗ ਦੇ ਮਿੱਤਰ ਜਗ ਦੇ ਭੈਣ ਭਰਾ ਸਾਰੇ ਸਾਥ ਚੜ ਗਏ ਅਰ ਸੇਵਕ ਆ ਨਾ ਪੁੱਛੈ ਮਮ ਬਾਤੀ ਸਮੇ ਸਮੇ ਦੀ ਗੱਲ ਹੈ ਕਿ ਸੱਚ ਜਿਹੜਾ ਸੇਵਕ ਮੇਰੇ ਸਾਹਮਣੇ ਹਰ ਵਕਤ ਝੁਕਿਆ ਸੀ ਅੱਜ ਇੰਨਾ ਮਜਬੂਰ ਹੋ ਗਿਆ ਬਾਡੀ ਕਰਕੇ ਮੇਰਾ ਸੇਵਕ ਵੀ ਮੇਰੇ ਤੋਂ ਉੱਕੀ ਹੋ ਗਿਆ ਨੌਕਰ ਵੀ ਮੇਰੀ ਬਾਤ ਨਹੀਂ ਪੁੱਛਦਾ ਹਰ ਸੇਵਕ ਆ ਨਾ ਪੁੱਛ ਮਮ ਬਾਤੀ ਅਗਲਾ ਬਚਨ ਜਿਹੜਾ ਉਹ ਕਹਿੰਦੇ ਨੇ ਮਮ ਆਹੇ ਪਲੰਗਮ ਖੇਤ੍ਰਿਸ਼ ਨੇ ਅੱਖਾਂ ਚਲੀਆਂ ਗਈਆਂ ਬਾਡੀ ਦੀ ਤਾਕਤ ਚਲੀ ਗਈ ਮਿੱਤਰ ਸੱਜਣ ਭੈਣ ਭਰਾ ਚਲੇ ਗਏ ਖੇਤ੍ਰਿਸ਼ਨਾ ਇੱਕ ਉਲਾਮਾ ਤੇਰੇ ਸਰ ਰਹਿ ਗਿਆ ਤੂੰ ਮੈਨੂੰ ਮਰਦੇ ਦਮ ਤੱਕ ਛੱਡੇਂਗੀ ਕਿ ਨਹੀਂ ਮੈਂ ਇੱਕ ਤੁਹਾਨੂੰ ਛੋਟੀ ਜੀ ਕਹਾਣੀ ਕਹਿਣਾ ਸਮਝ ਲਈ ਪੁਰਾ ਮੈਂ ਕਹਿੰਦਾ ਸ਼ੁਕਰ ਹੈ ਕਿ ਭਰਮ ਜਿਉਂਦਿਆਂ ਨਿਕਲ ਜਾਏ ਇਹ ਹੈ ਕਹਾਣੀ ਵਿਅੰਗਮਈ ਇਹਨੂੰ ਥੋੜਾ ਜਿਹਾ ਸੁਹਿਰਤਾ ਨਾਲ ਉਹ ਮੈਨੂੰ ਪਤਾ ਹੈ ਕਿ ਜਿੰਨੇ ਇੱਥੇ ਕਥਾ ਸੁਣ ਆਉਂਦੇ ਆ ਤਕਰੀਬਨ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਉਹ ਚੰਚਲ ਤਾਈ ਨੂੰ ਇਹਨਾਂ ਨਹੀਂ ਪਸੰਦ ਕਰਦੇ ਤਕਰੀਬਨ ਗੰਭੀਰਤਾ ਵਾਲੇ ਜਿੰਨੇ ਸਰੋਤੇ ਆ ਸ਼ਬਦ ਸੁਣਨ ਆ ਰਹੇ ਹੋ ਤੁਸੀਂ ਕਹਿੰਦੇ ਨੇ ਕੋਈ ਸੇਠ ਪੁੱਛੋ ਕੋਈ ਨਾ ਵੀ ساری ਜ਼ਿੰਦਗੀ ਮਰ ਗਿਆ ਇਕੱਠਾ ਕਰਦਾ ਕਰਦਾ ਅੰਤਲਾ ਸਮਾਂ ਆ ਗਿਆ ਵੇਖੋ ਤ੍ਰਿਸ਼ਨਾ ਉਹ ਉਹਦੇ ਪੁੱਤਰ ਧੀਆਂ ਸਾਰੇ ਇਕੱਠੇ ਹੋ ਗਏ ਹੁਣ ਮੁਸ਼ਕਲ ਇਹ ਪੈ ਗਈ ਕਿਸੇ ਨੇ ਕਿਹਾ ਵੀ ਇਹਦੇ ਕੰਨਾਂ 'ਚ ਰਾਮ ਰਾਮ ਕਹੋ ਹਰੇ ਹਰੇ ਬੋਲੋ ਚਲੋ ਇਹਨੂੰ ਭਜਨ ਸੁਣਾਓ ਕੋਈ ਇਹਨੂੰ ਪ੍ਰਭੂ ਦਾ ਨਾਮ ਸੁਣਾਓ ਤੇ ਉਹ ਕਹਿੰਦੀ ਕਰੀਏ ਕਿ ਬੋਲਦਾ ਕੋਈ ਨਹੀਂ ਕਿਸੇ ਡਾਕਟਰ ਕੋਲ ਗਏ ਉਹਨੇ ਕਿਹਾ ਵੀ ਬੋਲਤੇ ਜਾਊਗਾ ਟੀਕਾ ਲੱਖ ਰੁਪਏ ਦਾ ਲੱਗਣਾ। ਉਹ ਥੋੜਾ ਜਿਹਾ ਬੋਲਣਾ ਸ਼ੁਰੂ ਕੀਤਾ ਜਦੋਂ ਬੋਲੇ ਨਾ ਜੀ। ਉਹ ਇਹ ਦੋ ਸ਼ਬਦ ਬਾਜਾ ਬਾਜਾ ਤੇ ਮੁੰਡੇ ਵਾਰ-ਵਾਰ ਵਾਪਸ ਆਉਣ ਦੂਜੇ ਨੂੰ ਪਤਾ ਨਾ ਲੱਗ ਜਾਏ ਇਹ ਜਿਹੜਾ ਬਾਜਾ ਕਹਿੰਦਾ ਪਿਆ ਕਿਤੇ ਕੋਈ ਕੋਡ ਨੰਬਰ ਤੇ ਨਹੀਂ ਬੈਂਕ ਦਾ। ਉਹ ਦੂਜੇ ਨੂੰ ਕਹਿੰਦਾ ਨਹੀਂ ਨਹੀਂ ਮੈਂ ਮੈਂ ਪਤਾ ਕੋਲ ਜਾਣਾਂ ਵਾ। ਉਹਨੇ ਜਦੋਂ ਬੋਲਣਾ ਇੱਕੋ ਗੱਲ ਕਹਿਣੀ ਬਾਜਾ ਤੇ ਮੰਜੀ ਉਹਦੀ ਪਈ ਸੀ ਡਿਊੜੀ ਚ ਸਾਹਮਣੇ ਮੱਜਾਂ گاਵਾ ਸਾਂ ਉਹ ਦਿਨ ਦੀ ਗੱਲ ਜਦੋਂ ਉਸ ਵੇਲੇ ਜਾਣਾ ਬਾਜ ਆ ਉਹ ਇੱਕ ਕਹਿੰਦਾ ਲੱਖ ਦਾ ਟੀਕਾ ਹੀ ਲਵਾ ਲਓ ਚਲੋ ਆਪਾਂ ਬੇਈਮਾਨੀ ਨਾ ਕਰੀਏ ਸਾਰੇ ਘਟੋ ਘਟ ਪੁੱਛ ਤੇ ਲਈਏ ਵੀ ਕੀ ਦੱਸਣਾ ਚਾਹੁੰਦਾ ਉਹਨਾਂ ਨੇ ਕਿਹਾ ਚਲੋ ਟੀਕਾ ਲਵਾਓ ਟੀਕਾ ਲਵਾਇਆ ਉਹ ਜਦੋਂ ਟੀਕਾ ਲੱਗਾ ਜਿਹਨੂੰ ਬਾਜ ਆ ਕਹਿੰਦਾ ਸੀ ਉਹ ਬੋਲਿਆ ਕਹਿੰਦਾ ਨਕਮਿਓ ਸਾਰੇ ਮੇਰੇ ਕੋਲ ਕਿਉਂ ਬਛੜਾ ਝਾੜੂ ਖਾ ਗਿਆ ਉਹ ਮਰਨ ਲੱਗਿਆ ਵੀ ਉਹ ਵੇਖੀ ਜਾਂਦਾ ਮੇਰੇ ਨਿਆਣਿਆਂ ਦਾ ਝਾੜੂ ਖਾ ਗਿਆ ਬੱਚਾ ਉਹਨੇ ਕਿਹਾ ਬਾਜਾ ਦਾ ਮਤਲਬ ਮੇਰੇ ਤੋਂ ਪੂਰਾ ਨਿਕਲਦਾ ਨਹੀਂ ਸੀ ਪਿਆ ਮੈਂ ਇਹ ਕਹਿੰਦਾ ਸਾ ਮੇਰੇ ਕੋਲ ਨਾ ਉਹ ਬੱਚਾ ਰੋਕੋ ਝਾੜੂ ਖਾ ਗਿਆ ਨੁਕਸਾਨ ਹੁੰਦਾ ਪਿਆ ਬੰਦਾ ਪਿਆ ਕਿੱਥੇ ਹੈ ਸੱਚ ਇਹ ਵੀ ਗੁਰਮਖੋ ਮੈਂ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਇਹ ਸ਼ਬਦ ਵਰਤ ਰਿਆ ਇਹ ਪੁਲੇਖਾ ਹੈ ਜਿੰਨਾ ਮਰਜੀ ਭੱਜ ਲੈ ਮਿਰਗ ਇਹਦੋਂ ਵੱਧ ਕੀ ਹੈ ਮਰ ਜਾਏਗਾ ਪਤ੍ਰਿਪਤੀ ਨਹੀਂ ਇਹਦਾ ਅਰਥ ਹੈ ਜਿੰਨਾ ਮਰਜੀ ਬਾਹਰੋਂ ਭਜ ਲੈ ਸੱਚ ਇਹ ਕਿ ਤ੍ਰਿਪਤੀ ਨਾਮ ਤੋਂ ਬਿਨਾ ਨਹੀਂ ਐਸੇ ਕਰਕੇ ਗੁਰੂ ਨੇ ਇਸ ਇੱਕ ਤੁਕ ਦੇ ਮੁਕਾਬਲੇ ਉਹ ਤੁਕ ਰੱਖੀ ਜਿਹੜੇ ਬੰਦਗੀ ਕਰਕੇ ਰਜ ਗਏ ਫਿਰ ਬਿੰਤੀ ਹੈ ਮ੍ਰਿਗ ਤਿਸ਼ਨਾ ਪੇਖ ਭੁੱਲਨੇ ਵੁਠੇ ਨਗਰ ਗੰਧਰਵ ਮ੍ਰਿਗ ਦੀ ਤ੍ਰਿਸ਼ਨਾ ਤੇ ਖਰੀ ਚੰਦ ਦੀ ਨਗਰੀ ਨਾ ਮ੍ਰਿਗ ਰਜਿਆ ਨਾ ਖਰੀ ਚੰਦ ਦੀ ਨਗਰੀ ਵਿੱਚ ਕੋਈ ਵੁਠੇ ਕੋਈ ਵਸਿਆ ਮਹਾਰਜ ਕਹਿੰਦੇ ਜਿੰਨੀ ਸੱਚ ਆਰਾਧੇ ਹਾ ਜਿਨ੍ਹਾਂ ਨੇ ਸੱਚ ਨਾਮ ਦਾ ਸਿਮਰਨ ਕੀਤਾ ਨਾਨਕ ਮਨ ਤਨ ਫਭ ਉਹਨਾਂ ਦਾ ਮਨ ਵੀ ਤ੍ਰਿਪਤ ਹੋ ਗਿਆ ਇਹਦੇ ਅਪਹਾਵਰਥੇ ਕਰੀਏ ਕੱਲਾ ਇਹ ਨਹੀਂ ਵੀ ਸੁੰਦਰਤਾ ਕਈ ਐਸੇ ਨੇ ਜਿਨ੍ਹਾਂ ਨੂੰ ਰੱਬ ਨੇ ਸ킨 ਕਾਲੀ ਦਿੱਤੀ ਹੁੰਦੀ ਏ ਚਿਹਰਾ ਵੀ ਕਈ ਤਰ੍ਹਾਂ ਦਾ ਕ੍ਰੂਪਜਾ ਹੁੰਦਾ ਪਰ ਬੰਦਗੀ ਇੰਨੀ ਕ ਅਸ਼ਟਾਵਕਰ ਵਰਕੇ ਉਹ ਉਹਦੇ ਕੋਲ ਸੁੰਦਰਤਾ ਥੋੜਾ ਪਰ ਉਹਦੇ ਕੋਲ ਅੰਦਰ ਦੀ ਇੱਕ ਸੁੰਦਰਤਾ ਹੈ ਗਿਆਨ ਦੀ ਬ੍ਰह्म ਗਿਆਨ ਦੀ ਇੱਥੇ ਨਾਨਕ ਮੰਤਨ ਫੱਬ ਦਾ ਭਾਵ ਇਹ ਹੈ ਕਿ ਜਿਨ੍ਹਾਂ ਨੇ ਨਾਮ ਸਿਮਰਿਆ ਹੈ ਉਹ ਆਪਣੇ ਮਾਨਸਿਕ ਤੌਰ ਤੇ ਤੇ ਤਨ ਦੇ ਤੌਰ ਤੇ ਪੂਰਨ ਤੌਰ ਤੇ ਰਜ ਗਏ ਇਹਨੂੰ ਫਿਰ ਬੇਨਤੀ ਨੂੰ ਮੈਂ ਸ਼ਬਦ ਵਰਤਿਆ ਮਨ ਤਨ ਫੱਬ ਜਦੋਂ ਮਨ ਨਹੀਂ ਰਜਦਾ ਉਦੋਂ ਤਨ ਕਦੀ ਰਾਜੀ ਨਹੀਂ ਸਕਦਾ ਮਨ ਰੱਜ ਜਾਏ ਇੰਦਰੇ ਇੰਦਰੇ ਕਿਦਰ ਜਾਣਗੇ ਭਾਵਾਂ ਕਿ ਇਹਨਾਂ ਦਾ ਬੜਾ ਆਪਸ ਵਿੱਚ ਗਹਿਰਾ ਰਿਸ਼ਤਾ ਹੈ ਮਨ ਰੱਜ ਜਾਏ ਤਨ ਰੱਜੇਗਾ ਗੁਰਮਖੋ ਜੇ ਮਨ ਨਹੀਂ ਰੱਜਿਆ ਤਨ ਕਦੀ ਨਹੀਂ ਰੱਜਦਾ ਹੁੰਦਾ ਮਨ ਰੱਜ ਗਿਆ ਕੰਨ ਰੱਜ ਗਏ ਮਨ ਰੱਜ ਗਿਆ ਅੱਖਾਂ ਰੱਜ ਗਈਆਂ ਮਨ ਰੱਜ ਗਈ ਜੀਭ ਰੱਜ ਗਈ ਪਰ ਮਨ ਜਿਹੜਾ ਉਹ ਗੱਲਾਂ ਨਾਲ ਰੱਜਦਾ ਮਨ ਜਦੋਂ ਵੀ ਰੱਜਦਾ ਨਾਮ ਨਾਲ ਰੱਜਦਾ ਗੁਰੂ ਸਾਹਿਬ ਗੁਰੂ ਅੰਗਦ ਸਾਹਿਬ ਜੀ ਦਾ ਇੱਕ ਬਚਨ ਹੈ ਸਲੋਕ ਹੈ ਨਾਨਕ ਮਨ ਤਨ ਫਭ ਰਜ ਗਿਆ ਤਨ ਵੀ ਰਜਿਆ ਮਨ ਵੀ ਰਜਿਆ ਤੇ ਉਂਝ ਬਾਹਰ ਮੁਖੀ ਮੈਂ ਇਹਦੇ ਅਰਥ ਕਰ ਦਿਆਂਗਾ ਕਿ ਮਨ ਦੇ ਅਰਥ ਨੇ ਕਿ ਨਾਮ ਵਿੱਚ ਰੰਗਿਆ ਗਿਆ ਤਨ ਦੇ ਅਰਥ ਨੇ ਚਿਹਰੇ ਤੇ ਨਾਮ ਦੀ ਲਾਲੀ ਡਲਕਾ ਮਾਰਦੀ ਪਰ ਅੰਤਰੀ ਭਾਵ ਹੈ ਆਖਣ ਆਖ ਨ ਰਜਿਆ ਮ੍ਰਿਗ ਤਿਸ਼ਨਾ ਆਖਣ ਆਖ ਨ ਰਜਿਆ ਮੂੰਹ ਆਖ ਕੇ ਨਹੀਂ ਰਜਿਆ ਸੋਨਾ ਰੱਜੇ ਕੰਨ ਕੰਨ ਸੁਣ ਸੁਣ ਕੇ ਰੱਜੀ ਅੱਖੀ ਦੇਖਣਾ ਰੱਜੀਆਂ ਗੁਣ ਗਾਕ ਇਕ ਵਨ ਇਹ ਇੱਕ ਇੱਕ ਰੰਗ ਦੇਖਦੀਆਂ ਨਾ ਅੱਖਾਂ ਵਖਰਾ ਇਕ ਵਨਦਰ ਤੇ ਵਖਰਾ ਵਖਰਾ ਆਖਣ ਆਖਣ ਰੱਜਿਆ ਸੋਨਾ ਰੱਜੇ ਕੰਨ ਅੱਖੀ ਦੇਖਣਾ ਰੱਜੀਆਂ ਗੁਣ ਗਾ ਕੇ ਇਕ ਵਨ ਭੁਖਿਆ ਭੁੱਖ ਨਾ ਉਤਰੈ ਮਿਰਗ ਤਿਸ਼ਨਾ ਭੁਖਿਆ ਇਹਦੇ ਅਰਥ ਕਰਾਂਗੇ ਮਿਰਗ ਰੱਜਦਾ ਭੁਖਿਆ ਭੁੱਖ ਨਾ ਉਤਰੈ ਗੱਲੀ ਭੁਖਣਾ ਉਹ ਵਖਰੀ ਤੋਕੈ ਜਬਜੀ ਸਾਹਿਬ ਵਾਲੀ ਭੁਖਿਆ ਭੁਖਣਾ ਉਤਰੀ ਇਹ ਕਹੇ ਭੁਖਿਆ ਭੁਖਣਾ ਉਤਰੈ ਕੀ ਤ੍ਰਿਸ਼ਨਾ ਦੀ ਭੁੱਖ ਨਾਲ ਤੂੰ ਕਹੇ ਆ ਮਿਲ ਜਾ ਆ ਮਿਲ ਜਾ ਰੱਜ ਜਾਏਗਾ ਭੁਖਿਆ ਭੁਖਣਾ ਉਤਰੈ ਗੱਲੀ ਭੁਖ ਨਾ ਜਾਏ ਨਾਨਕ ਭੁੱਖਾ ਤਾਂ ਰੱਜ ਜਾ ਗੁਣ ਕਹੇ ਗੁਣੀ ਸਮਾਏ ਨਾਨਕ ਮਨ ਤਨ ਫਭ ਕਿਉਂਕਿ ਤ੍ਰਿਸ਼ਨਾ ਦੇ ਵਿਪਰੀਤ ਅਰਥ ਕਰਾਂਗੇ ਦੇ ਮਨ ਵੀ ਰੱਜ ਗਿਆ ਤਨ ਵੀ ਤ੍ਰਿਪਤ ਹੋ ਗਿਆ ਪਰ ਜਿਨੇ ਸੱਚ ਨੂੰ ਆਰਾਧਿਆ ਹੈ ਸੱਚ ਨੂੰ ਸਿਮਰਿਆ ਹੈ ਮਿਗ ਤਿਸ਼ਨਾ ਪੇਖ ਭੁੱਲਨੇ ਵੁੱਠੇ ਨਗਰ ਗੰਦਾਰਬ ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫਭ ਸੰਤੁਸ਼ਟੀ ਬੜੀ ਵੱਡੀ ਚੀਜ਼ ਹੈ ਚਲੋ ਮੈਂ ਵੀ ਭਾਵੇਂ ਸਟੇਜ ਤੇ ਕਹੀ ਜਾਣਾ ਵਾ ਪਰ ਅੰਦਰ ਨੂੰ ਮਨ ਨੂੰ ਮਨਾਣਾ ਬੜਾ ਪਰ ਛੋਟਾ ਜਿਹਾ ਮਨਾਣਾ ਸ਼ੁਰੂ ਕਰ ਦਈਏ ਫਿਰ ਨਿੱਕੀ ਨਿੱਕੀ ਗੱਲ ਤੋਂ ਮੜਾਈਏ ਮੰਨਣ ਲੱਗ ਪੈਂਦਾ ਮੰਨ ਲਓ ਆਪਾਂ ਲੰਗਰ 'ਚ ਹੀ ਜਾਂਦੇ ਆ ਤੇ ਜੇ ਇਹ ਹੀ ਪਹਿਲਾਂ ਕਹਿ ਦਈਏ ਬਸ ਇੱਕ ਪ੍ਰਸ਼ਾਦ ਦੇ ਨਾਲ ਆਪਾਂ ਅੱਜ ਜਾਣਾ ਹੈ ਮਨ ਨੇ ਕਹਿ ਦਿੱਤਾ ਨਾ ਤਨ ਕਹਿੰਦਾ ਚਲੋ ਕੋਈ ਨਹੀਂ ਸਰ ਜੂਗਾ ਤੇ ਜੇ ਮਨ ਨੇ ਕਿਹਾ ਨਹੀਂ ਨਹੀਂ ਇਹਨਾਂ ਕੁਝ ਖਾਣਾ ਤੇ ਤਨ ਤਾਂ ਪਹਿਲੀ ਤਿਆਰ ਬੈਠਾ ਹੈ ਨਿੱਕੇ ਨਿੱਕੇ ਫੁਰਨੇ ਸਾਨੂੰ ਰੋਕਣਗੇ ਨਿੱਕੇ ਨਿੱਕੇ ਫੁਰਨੇ ਸਾਡੀ ਜ਼ਿੰਦਗੀ ਨੂੰ ਬਹੁਤ ਉੱਚੀ ਮੰਜ਼ਲ ਤੇ ਲੈ ਜਾਂਦੇ ਆ ਮਿਗ ਤਿਸ਼ਨਾ ਪੇਕ ਭੂਲਨੇ ਵਿੱਠੇ ਨਗਰ ਗੰਦਰਬ ਜਿਨਹੀ ਸੱਚ ਅਰਾਧਿਆ ਨਾਨਕ ਮਨ ਤਨ ਫਭ ਅਗਲਾ ਬਚਨ ਹੈ ਪਤਤ ਉਦਾਹਰਨ ਪਾਰ ਬ੍ਰਹਮ ਪਤ ਦਾ ਅਰਥ ਹੈ ਪਾਪੀ ਉਦਾਰਨ ਦਾ ਅਰਥ ਜੀ ਉਧਾਰ ਕਰਨਾ ਪਾਰ ਬ੍ਰह्म ਪਾਰ ਬ੍ਰह्म ਪਰਮੇਸ਼ਵਰ ਸਮਰੱਥ ਪੁਰਖ ਅਪਾਰ ਪਾਪੀਆਂ ਦਾ ਉਧਾਰ ਕਰਤਾ ਹੈ ਮੇਰਾ ਪਾਰ ਬ੍ਰह्म ਅਗਲਾ ਵਚਨ ਕਿਹਾ ਕਿ ਜਿੰਨਾ ਮਰਜੀ ਬੰਦਾ ਡਿੱਗਾ ਹੋਵੇ ਕਦੀ ਇਹ ਨਾ ਕਹਿ ਵੀ ਮੇਰਾ ਹੁਣ ਕੁਝ ਵੀ ਨਹੀਂ ਬੰਨਣਾ ਗੁਰੂ ਸਾਹਿਬ ਨੇ ਅੱਗੇ ਭਰੋਸਾ ਦਿੱਤਾ ਸਮਰੱਥ ਪੁਰਖ ਅਪਾਰ ਉਹ ਕਰਤਾਪੁਰਖ ਸਮਰੱਥ ਹੈ ਉਹ ਉਹ ਕੁਝ ਬਖਸ਼ਿਸ਼ ਕਰ ਦਿੰਦਾ ਹੈ ਜਿਹੜੀ ਬੰਦੇ ਦੀ ਬੁੱਧੀ ਵਿੱਚ ਕਦੀ ਪਕੜ ਚ ਆਈ ਨਹੀਂ ਇਸ ਨੂੰ ਫਿਰ ਸੁਣੀਓ ਪਤਤ ਉਧਾਰਨ ਪਾਰ ਬ੍ਰह्म ਸਮਰੱਥਪੁਰਖ ਅਪਾਰ ਮੈਂ ਅਰਜ ਆਰੰਭ ਚ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਤਰ੍ਹਾਂ ਦੇ ਪਤਤਾਂ ਦਾ ਜ਼ਿਕਰ ਕੀਤਾ ਹੈ ਇੱਕ ਨੂੰ ਸਮਾਜ ਨੇ ਪਤਤ ਬਣਾਇਆ ਦੂਜੇ ਨੂੰ ਕਰਮਾਂ ਨੇ ਪਤਤ ਬਣਾ ਦਿੱਤਾ ਹੈ ਇਹ ਸਿਰਫ ਉੱਥੇ ਭਾਰਤ ਵਿੱਚ ਸਮਾਜ ਨੇ ਪਤਿਤ ਕਿਨੂੰ ਬਣਾਇਆ ਬ੍ਰਾਹਮਣ ਨੇ ਕਹਿ ਦਿੱਤਾ ਮੈਂ ਉੱਚਾ ਖੱਤਰੀ ਨੇ ਕਿਹਾ ਮੈਂ ਉੱਚਾ ਚਮਾਰ ਨੀਮਾ ਖੈ ਕੁਮਾਰ ਨੀਮਾ ਵੈਗਰੂ ਬਖਸ਼ ਦਿਆ ਜੇ ਇਹ ਸ਼ੇਂਬਾ ਨੀਮਾ ਖੈ ਜੁਲਾਹ ਨੀਮਾ ਖੈ ਯਾਦ ਰੱਖਿਓ ਉਹਨਾਂ ਨੂੰ ਪਤਿਤ ਜਾਤ ਸ਼ਬਦ ਵਰਤਿਆ ਹਾਲਾਂ ਗੁਰਬਾਣੀ ਨੇ ਇਸ ਲਫ਼ਜ਼ ਨੂੰ ਬੌਲ ਤਾਂ ਹੀ ਵਰਤਿਆ ਪਰ ਗੁਰੂ ਨੇ ਉਸ ਪਚਿਤ ਜਾਤ ਸ਼ਬਦ ਨੂੰ ਹੀਣਤਾ ਤੇ અપਮਾਨ ਲਈ ਨਹੀਂ ਵਰਤਿਆ ਉਹਨੂੰ ਇਸ ਲਈ ਵਰਤਿਆ ਜਿਹਨੂੰ ਤੁਸੀਂ ਪਤਿਤ ਕਹਿੰਦੇ ਸੋ ਅੱਜ ਉਹ ਸਭ ਤੋਂ ਉੱਚਾ ਹੋ ਗਿਆ ਹੈ। ਰਬਦਾਸ ਸਾਹਿਬ ਦਾ ਕਰਮ ਕਿਤੇ ਨਹੀਂ ਪਤਿਤ ਜੀ। ਕਬੀਰ ਸਾਹਿਬ ਦਾ ਕਰਮ ਪਤਿਤ ਨਹੀਂ। ਨਾਮਦੇਵ ਜੀ ਦਾ ਕਰਮ ਪਤਿਤ ਨਹੀਂ ਗੱਲ ਨੂੰ ਸੁਣਿਓ। ਦੋ ਤਰ੍ਹਾਂ ਦੇ ਪਤਿਤ ਨੇ ਇੱਕ ਜਾਤ ਕਰਕੇ ਪਤਿਤ ਬੰਦੇ ਨੇ ਕੀਤੇ ਨੇ। ਇੱਕ ਬੰਦੇ ਕਰਮਾਂ ਕਰਕੇ ਪਤਿਤ ਹੋ ਗਏ। ਰੱਬ ਦੋਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਜਿਹਨੂੰ ਜਾਤ ਕਰਕੇ ਪਤਿਤ ਕਹਿੰਦੇ ਆ ਗੁਰੂ ਉਹਨਾਂ ਦਾ ਵੀ ਪਾਰ ਉਤਾਰਾ ਕਰਦਾ ਹੈ। ਤੇ ਜਿਹੜੇ ਕਰਮ ਕਰਕੇ ਪਤਿਤ ਹੋ ਜਾਂਦੇ ਆ ਹਕੀਕਤੇ ਰੱਬ ਉਹਨਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ ਦੋਨਾਂ ਦੇ ਦਰਸ਼ਨ ਕਰੀਏ ਇਹ ਇਹ ਵੀ ਇੱਕ ਦਿਨ ਅਰਜ਼ ਕੀਤੀ ਸੀ ਨਿਊ ਵੈਸਟ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਵੀ ਦੋ ਤਰ੍ਹਾਂ ਦੇ ਨੇ ਦੋ ਤਰ੍ਹਾਂ ਦਾ ਅਰਥ ਇੱਕ ਬਾਣੀ ਦੇ ਉਚਾਰਨ ਕਰਤਾ ਭਗਤ ਨੇ ਇੱਕ ਨਾ ਨੂੰ ਬਾਣੀ ਭਗਤ ਮੰਨਦੀ ਜਿਨ੍ਹਾਂ ਦਾ ਇੱਕ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਇੱਕ ਸ਼ਬਦ ਤੋਂ ਮੁਰਾਦ ਕਿ ਪ੍ਰਹਿਲਾਦ ਜੀ ਦੀ ਕੋਈ ਆਪਣੀ ਉਚਾਰਨ ਕੀਤੀ ਤੁਕ ਨਹੀਂ ਪਰ ਭਗਤ ਮੰਨਿਆ ਨਾ ਬਾਣੀ ਨੇ ਤਰੂਜੀ ਦੀ ਕੋਈ ਤੁਕ ਨਹੀਂ ਤੋ ਕੋਈ ਤੁਕ ਦਾ ਮਤਲਬ ਇਹ ਤੁਸੀਂ ਸਮਝ ਗਏ ਜਿਵੇਂ ਕਬੀਰ ਜੀ ਦੇ ਸ਼ਬਦ ਨੇ ਪਰ ਗੁਰਬਾਣੀ ਨੇ ਤਰੂਜੀ ਨੂੰ ਭਗਤ ਮੰਨਿਆ ਬਿਦਰ ਜੀ ਦਾ ਕੋਈ ਆਪਣਾ ਉਚਾਰਨ ਕੀਤਾ ਲਫਜ਼ ਨਹੀਂ ਪਰ ਗੁਰਬਾਣੀ ਨੇ ਉਹਨਾਂ ਨੂੰ ਭਗਤ ਮੰਨਿਆ ਇੱਕ ਭਗਤ ਉਹ ਨੇ ਜਿਹੜੇ ਬਾਣੀ ਦੇ ਉਚਾਰਨ ਕਰਤਾ ਨੇ ਇਸੇ ਤਰ੍ਹਾਂ ਇੱਕ ਪਤਤ ਉਹਨਾਂ ਨੂੰ ਕਿਹਾ ਜਿਨ੍ਹਾਂ ਨੂੰ ਹੰਕਾਰੀ ਸਮਾਜ ਨੇ ਕਿਹਾ ਇਹ ਸ਼ੂਦਰ ਨੇ ਇੱਕ ਸੱਚੀ ਮੁੱਚੀ ਕਰਮਾ ਕਰਕੇ ਪਤਿਤ ਹੋ ਗਏ ਦੋਨਾਂ ਦੇ ਦੇਖੀ ਬਾਣੀ ਵਿੱਚੋਂ ਜਿਨ੍ਹਾਂ ਨੂੰ ਸਮਾਜ ਨੇ ਪਤਿਤ ਕਿਹਾ ਮੈਂ ਬੇਨਤੀ ਕਰਾਂਗਾ ਖੰਕਾਰ ਚ ਨਹੀਂ ਸੱਚ ਇਹ ਵੇਖੇ ਗੁਰੂ ਨਾਨਕ ਸਾਹਿਬ ਵਰਗਾ ਰਾਬਰ ਗੁਰੂ ਗੋਬਿੰਦ ਸਿੰਘ ਵਰਗਾ ਦਾਤਾ ਦਸ ਪਾਤਸ਼ਾਹਾਂ ਜਿਨ੍ਹਾਂ ਨੂੰ ਸਦੀਆਂ ਤੱਕ ਲੋਕਾਂ ਨੇ ਕਿਹਾ ਪਤਿਤ ਨੇ ਪਤਿਤ ਨੇ ਪਤਿਤ ਨੇ ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਪਹਿਲਾ ਮੌਕਾ ਸੀ ਜਿੱਥੇ ਜਿਹਨੂੰ ਪਿਸ਼ੋਕੜ ਬ੍ਰਾਹਮਣ ਸੀ ਰਾਮਾਨੰਦ ਜੀ ਦਾ ਉਹਦੇ ਬਿਲਕੁਲ ਬਲਾਬਰ ਗੁਰੂ ਨੇ ਰਵਦਾਸ ਜੀ ਨੂੰ ਬਿਠਾ ਦਿੱਤਾ ਬਚਨਾ ਕਰਕੇ ਇੱਕ ਕਰ ਦਿੱਤੇ ਹੁਣ ਜਿਨ੍ਹਾਂ ਨੂੰ ਸਮਾਜ ਨੇ ਪਤਿਤ ਕਿਹਾ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਉਹਨਾ ਕਿੰਨੇ ਉੱਚੇ ਕਰਤਾ ਨਾਮ ਨੇ ਇੱਕ ਸ਼ਬਦ ਆਪ ਸਾਰਿਆਂ ਨੂੰ ਚੇਤੇ ਵਿੱਚ ਕੀਰਤਨੀਆਂ ਪੜ੍ਹਦੇ ਨੇ ਉਸ ਸ਼ਬਦ ਵਿੱਚ ਮਹਾਰਾਜ ਨੇ ਉਹਨਾਂ ਚਾਰ ਭਗਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਪਤਿਤ ਜਾਤ ਕਹਿੰਦੇ ਸਨ ਸ਼ਬਦ ਦੇ ਅਰਥਾਂ ਦੀ ਲੋੜ ਨਹੀਂ ਉਹ ਸ਼ਬਦ ਹੈ ਗੋਬਿੰਦ 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 ਸੰਗ ਪਤ ਤ ਉਦਾਹਰਨ ਪਾਰ ਬ੍ਰਹਮ ਦੋ ਅਰਥ ਕਰਾਂਗਾ ਮੈਂ ਉਹ ਉਹ ਹੈ ਜਿਹਨੂੰ ਸਮਾਜ ਨੇ ਕਿਹਾ ਗੋਬਿੰਦ 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 ਸੰਗ ਨਾਮ ਦਿਓ ਮਨ ਲੈਣਾ ਆਠ ਧਾਮ ਕੋ ਛੀਪਰੋ ਹੋਇਓ ਲਾਖੀਣਾ ਪਤ ਤ ਜਾਤ ਕਹਿੰਦੇ ਸਨ ਆਠ ਧਾਮ ਦਰ ਤੇ ਅੱਧੀ ਕੌਡੀ ਦਾ ਜਿਹਨੂੰ ਛੀਂਬਾ ਕਹਿੰਦੇ ਸਨ ਸੱਚ ਇਹ ਵੇ ਅਜੋ ਲੱਖਾਂ ਦਾ ਹੋ ਗਿਆ ਗੋਬਿੰਦ 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 ਸੰਗ ਨਾਮ ਦਿਉ ਮਨ ਲੀਨਾ ਆਠ ਦਾਮ ਕੋ ਛੀਪਰੋ ਹੋਇਓ ਲਾਖੀਣਾ ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਇਹਨੂੰ ਵੀ ਪਤਲ ਕਹਿੰਦੇ ਸਨ ਨੀਚ ਕੁਲਾ ਜੋਲਹਾਰਾ ਭਇਓ ਗੁਨੀ ਗਹੀਰਾ ਨੀਚ ਕੁਲਾ ਨੀਵੀਂ ਜਾਤ ਦਾ ਨੀਚ ਕੁਲਾ ਜੋਲਹਾਰਾ ਭਇਓ ਗੁਨੀ ਗਹੀਰਾ ਰਵਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟੋ ਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਣਨਾਈ ਬੁਤਕਾਰਿਆ ਪਤਤ ਜਾਤ ਕਹਿੰਦੇ ਸਨ ਬੁੱਤੀਆਂ ਕਰਨ ਵਾਲਾ ਘਰ ਘਰ ਕੰਮ ਕਰਨ ਵਾਲਾ ਸੈਣਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ ਖਿਰਦਾ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਨਿਆ ਆਹ ਹੈ ਪਤ ਤੂ ਉਧਾਰਨ ਪਾਰ ਬ੍ਰਹਮ ਸਮਰੱਥਪੁਰਖ ਅਪਾਰ ਸੈਣਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ ਖਿਰਦਾ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਨਿਆ ਇਹ ਬਿਦ ਸੁਣ ਕੇ ਜਾਟ ਰੋ ਜੱਟ ਦੇ ਅੰਦਰ ਫਿਰ ਮੈਨੂੰ ਬੇਨਤੀ ਕਰਾਂਗਾ ਕਿਉਂਕਿ ਆਪਾਂ ਰੋਲਾ ਚੁੱਕ ਕੇ ਪਿੰਡਾਂ 'ਚ ਬਾਣ ਵਾਲੀ ਬਈ ਬੈਠੇ ਆ ਨਾ ਵੀ ਜੱਟ ਆ ਜੱਟ ਆ ਵੈਗਰੂ ਗੁਸਾ ਨਾ ਕਰਿਓ ਵੀ ਕਿਦੋਂ ਮੈਂ ਕਿਸ ਨੂੰ ਨਿੰਦਣ ਲਗਾਉਂ ਮੈਂ ਉਸ ਦਿਨ ਕਿਹਾ ਜਿੰਨੇ ਮਾੜੇ ਕੰਮ ਨੇ ਇਹਦੇ ਪੱਲੇ ਪਾ ਦਿੱਤੇ ਸ਼ਰਾਬ ਵੀ ਤੂੰ ਪੀਣਾ ਗੰਡਾਸੀ ਵੀ ਤੂੰ ਮਾਰਨੀ ਹੈ ਗੋਲੀ ਵੀ ਤੂੰ ਚਲਾਣੀ ਹੈ ਨਜਾਇਜ਼ ਕਬਜ਼ੇ ਵੀ ਤੂੰ ਕਰਨੇ ਨੇ ਚੌਂਕ 'ਚ ਖਲੋ ਕੇ ਲੋਕਾਂ ਦੀਆਂ ਧੀਆਂ ਪੈਣਾ ਤੇ ਤੰਜ ਵੀ ਤੂੰ ਕੱਸੇ ਨੇ ਅਸੀਂ ਬੜੇ ਖੁਸ਼ ਨੇ ਬੱਲੇ ਬੱਲੇ ਕਮਾਲਾ ਕਰਤੀਆਂ ਉਹ ਨਹੀਂ ਗੁਰੂ ਕੇ ਸਿੱਖੋ ਮੇਰੀ ਬੇਨਤੀ ਜੇ ਪਤਾ ਨਹੀਂ ਇਹ ਕਿਸ ਢੰਗ ਨਾਲ ਸਭ ਕੁਝ ਕੀਤਾ ਜਾ ਰਿਹਾ ਹੈ ਉਥੇ ਸ਼ਬਦ ਜਦੋਂ ਵਰਤਿਆ ਇਹ ਵੀ ਸੁਣ ਕੇ ਜਾਟ ਰੋ ਭਗਤ ਧੰਨਾ ਜੀ ਤੇ ਦਾਸ ਉਹਨਾਂ ਦੇ ਸਥਾਨ ਤੇ ਕਥਾ ਕਰਕੇ ਆਇਆ ਭਗਤ ਧੰਨਾ ਜੀ ਦੇ ਕਈ ਬਿੱਗੇ ਜ਼ਮੀਨ ਭਗਤ ਜੀ ਦੇ ਨਾਮ ਤੇ ਬੋਲਦੀ ਹੈ ਜੀ ਉਥੇ ਗੁਰਦੁਆਰਾ ਬਣਾਇਆ ਹੈ ਗੁਰੂ ਭਗਤ ਧੰਨਾ ਜੀ ਦੇ ਨਾਮ ਤੇ ਉੱਥੇ ਦੋ ਘਰਾਤਾ ਮੈਂ ਰਿਹਾ ਤੇ ਮੇਰੇ ਮਨ ਚ ਆਇਆ ਵੀ ਉਜਾੜ ਵਿੱਚ ਝਾੜੀਆਂ ਚਾਰ ਚੁਫੇਰੇ ਭਗਤ ਜੀ ਦੀ ਜ਼ਮੀਨ ਵਗਦੀ ਖੈ ਵਾਂਦੇ ਨੇ ਮਨ ਚ ਆਇਆ ਅਸੀਂ ਲੋਕ ਬੜੇ ਕਈ ਤਰ੍ਹਾਂ ਦੇ ਡੰਬਰ ਕਰਕੇ ਰੱਬ ਇਸ ਤਰ੍ਹਾਂ ਰੀਦ ਹੈ ਇਸ ਤਰ੍ਹਾਂ ਹੀ ਦਾ ਮੈਂ ਕਿਹਾ ਕਮਾਲ ਕਰ ਦਿੱਤੀ ਉਹਨੂੰ ਮੰਦਰ ਵਾਲੇ ਨੇ ਵੀ ਕਿਹਾ ਪੱਥਰ ਇੱਕ ਲਪੇਟ ਕੇ ਉਹਨੇ ਕਿਹਾ ਖੇੜਾ ਛੱਡ ਮੇਰਾ ਬਸ ਆ ਹੀ ਰੱਬ ਹੈ ਦੇ ਧੰਨੇ ਨੂੰ ਗੈਲ ਛੜਾਵੇ ਗੈਲ ਛੜਾਵੇਦਰ ਤੇ ਖੇੜਾ ਛੜਾਏ ਹਣ ਉਹ ਬੰਦਾ ਉੱਥੇ ਖੇਤਾਂ 'ਚ ਬੈਠਾ ਉਹਦੇ ਕੋਲ ਬ੍ਰਾਹਮਣ ਵਾਲਾ ਕੋਈ ਕਰਮ ਨਹੀਂ ਬਾਹਰ ਮੁਖੀ ਇੰਨੀ ਕੋ ਬੰਦਗੀ ਕੀਤੀ ਪੈਨੇ ਸਿਦਕ ਨਾਲ ਬੈਠਾ ਗੁਰੂ ਅਰਜੁਨ ਦੇਵ ਕਹਿੰਦੇ ਉਹਨੇ ਪ੍ਰਤੱਖ ਰੱਬ ਦੇ ਦਰਸ਼ਨ ਕੀਤੇ ਪ੍ਰਤੱਖ ਦਾ ਅਰਥ ਕੀ ਹੁੰਦਾ ਹੈ ਜੀ ਪ੍ਰਤੱਖ ਗੁਸਾਈਆਂ ਹੈ ਪਰਮਾਨ ਨਹੀਂ ਪਰਮਾਨ ਪਹਿਲੇ ਚਾਰ ਨੇ ਪਹਿਲੇ ਚਾਰ ਸ਼ਬਦ ਪਰਮਾਨ ਨੇ ਨਾਮਦੇਵ ਕਬੀਰ ਇਹ ਪਰਮਾਨ ਨੇ ਪਰ ਪ੍ਰਤੱਖ ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਿਭਾਗਾ ਇਹ ਇਹਨਾਂ ਨੂੰ ਪਤਤ ਜਾਤ ਕਹਿੰਦੇ ਸਨ ਇਸੇ ਤਰ੍ਹਾਂ ਮਾਰੇ ਦਾ ਇੱਕ ਬਚਨ ਹੁੰਦਾ ਹੋਰ ਗੁਰੂ ਰਾਮਦਾਸ ਦਾ ਜੀ ਨੀਚ ਜਾਤ ਹਰ ਜਪਤਿਆਂ ਪਤਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਨੀਚ ਜਾਤ ਹਰ ਜਪਤਿਆਂ ਊਤਮ ਪਦਵੀ ਪਾਏ ਜਿਨ੍ਹਾਂ ਨੂੰ ਨੀਵੀਂ ਜਾਤ ਦੇ ਕਿਹਾ ਜਾਂਦਾ ਸੀ ਸੱਚ ਇਹ ਵੇ ਅੱਜ ਊਤਮ ਪਦਵੀ ਤੇ ਪਹੁੰਚ ਗਏ ਪਾਰ ਬ੍ਰਹਮ ਨੇ ਨੀਚ ਜਾਤ ਵਾਲਿਆਂ ਨੂੰ ਉੱਚੀਆਂ ਕਰ ਦਿੱਤਾ ਨੀਚ ਜਾਤ ਆਰ ਜਪਤਿਆਂ ਉਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤਾਏ ਉਹਨੂੰ ਨੀਵਾ ਕਹਿੰਦੇ ਸਨ ਦਾਸੀ ਦਾ ਪੁੱਤਰ ਪੁੱਛੋ ਬਿਦਰ ਦਾਸੀ ਸੁਤਾਏ ਕਿਸ਼ਨ ਉਤਰਿਆ ਘਰ ਜਿਸ ਜਾਏ ਰਵਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕਿਕ ਗਾਏ ਪਤਤ ਜਾਤ ਉਤਮ ਭਇਆ ਚਾਰ ਵਰਨ ਪਏ ਭਗ ਆਏ ਚਾਰੇ ਵਰਨ ਮੱਥਾ ਟੇਕਣ ਲੱਗੇ ਵੇਖੋ ਆਪ ਜੀ ਨੂੰ ਇੱਕ ਦਿਨ ਅਰਜ਼ ਕੀਤੀ ਸੀ ਜੀ ਭਗਤ ਰਵਦਾਸ ਸਾਹਿਬ ਜੀ ਨਾ ਇਹਨਾਂ ਦੀ ਬਾਣੀ ਬਿਲਕੁਲ ਸਾਰੀ ਪ੍ਰੇਮਾ ਭਗਤੀ ਤੇ ਨਿਮਰਤਾ ਚ ਹੈ ਇੱਕ ਸ਼ਬਦ ਵਿਦਵਾਨ ਵਰਦੇ ਆ ਚਲੋ ਆਪਾਂ ਤੇ ਅਖੜ ਸ਼ਬਦ ਵਰਦੇ ਮੈਂ ਕਿਹਾ ਸੀ ਵੀ ਕਬੀਰ ਸਾਹਿਬ ਤੇ ਨਰਦਾਸ ਜੀ ਦੋਵੇਂ ਬਨਾਰਸ ਚ ਪਰ ਦੋਨਾਂ ਤੇ ਸ਼ਬਦ ਬ੍ਰਹਮ ਗਿਆਨੀ ਨੇ ਦੋਨੋਂ ਪਰ ਦੋਨਾਂ ਦੇ ਸ਼ਬਦਾਵਲੀ ਚ ਕਬੀਰ ਸਾਹਿਬ ਉਹਨੂੰ ਕੋਈ ਸ਼ਬਦ ਕੋਈ ਕਹੇ ਉਹਨਾਂ ਨੇ ਇਹ ਥੋੜਾਕੱਲਾ ਕਹਿਣਾ ਚੰਗਾ ਤੇਰੀ ਮਰਜ਼ੀ ਉਹ ਕਹਿੰਦਾ ਜਾਣਾ ਕਿੱਥੇ ਮੇਰੇ ਨਾਲ ਗੱਲ ਕਰ ਤੂੰ ਰਵਦਾਸ ਨੂੰ ਕਹਿੰਦੇ ਚੰਗਾ ਭਰਾਵਾ ਕੋਈ ਨਹੀਂ ਮੇਰੀ ਜਾਤ ਕੋਤ ਵਾਂਡਲਾ ਢੋਰ ਟਵੰਤਾ ਨਿਤੈ ਬਨਾਰਸੀ ਆਸ-ਪਾਸਾ ਇਹ ਸ਼ਬਦ ਵਰਦਿਕ ਰਵਦਾਸ ਨੂੰ ਕਹੋ ਉਹ ਸ਼ਬਦ ਕਹਿਣਗੇ ਠੀਕ ਨਾਗਰ ਜਨਾਂ ਮੇਰੀ ਜਾਤ ਬਖਿਆਤ ਚਮਾਰੰਗ ਏ ਨਗਰ ਦੇ ਲੋਕੋ ਮੇਰੀ ਜਾਤ ਮੈਂ ਚਮਾਰ ਖਾਂ ਰਿਦਾ ਰਾਮ ਕੋ ਬਿੰਦਗੁਣ ਸਾਰੰਗ ਪਰ ਮੇਰੇ ਹਿਰਦੇ ਦੇ ਵਿੱਚ ਕੇਵਲ ਰਾਮ ਨਾਮ ਪ੍ਰਭੂ ਦਾ ਨਾਮ ਹੈ ਤੁਸੀਂ ਕਬੀਰ ਨੂੰ ਕਹਿ ਕੇ ਦੇਖੋ ਜੁਲਾਹਾ ਉਹ ਕਹਿੰਦਾ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਆਣ ਬਾਟ ਕਾਹੇ ਨਹੀਂ ਆਇਆ ਕਈ ਵਾਰੀ ਕਈ ਸਾਧੂ ਨਾ ਜੀ ਸ਼ਬਦ ਦੇ ਹੋ ਜਾ ਬੋਲ ਜਾਂਦੇ ਆ ਬੰਦੇ ਡਰਦੇ ਆ ਅੱਬਾ ਵਖੜਕ ਸਿੰਘ ਜੀ ਬਾਰੇ ਚ ਉਹ ਤੁਹਾਂ ਦਰਸ਼ਨ ਕੀਤੇ ਹੋਣੇ ਨੇ ਕਾਰਸ਼ੇਵਾਲ ਏ ਸੰਪਰਦਾਇ ਬਾਬਾ ਕਿਰਪਾਲ ਸਿੰਘ ਨੇ ਜਦੋਂ ਟਿਕਾ ਲਿਖਿਆ ਨਾ ਇਹ ਸ਼ਬਦ ਜਦੋਂ ਆਏ ਵੀ ਰਹਿਣ ਨਾ ਪਾਵਾਂ ਸੁਰ ਨਰ ਦੇਵਾ ਊੜ ਸਧਾਰੇ ਕਰ ਮੁੰਜਨ ਸੇਵਾ ਉੱਥੇ ਇੱਕ ਸਾਖੀ ਲਿਖੀ ਉਹਨਾਂ ਨੇ ਉਹ ਸਾਖੀ ਚ ਉਹ ਕਹਿੰਦੇ ਨੇ ਵੀ ਕੋਈ ਲੁਧਿਆਣੇ ਦਾ ਸੱਜਣ ਸੀ ਬੜਾ ਅਮੀਰ ਉਹ ਬੜੇ ਪੈਸੇ ਲਿਆਇਆ ਪਰ ਇੱਕ ਗੱਲ ਉਹ ਕਹੇਗਾ ਉਹਨਾਂ ਗ੍ਰੰਤੀ ਸਾਹਿਬ ਦਾ ਨਾਮ ਨਹੀਂ ਦਿੱਤਾ ਕਿ ਦਰਬਾਰ ਸਾਹਿਬ ਦੇ ਗ੍ਰੰਤੀ ਸਨ ਤੇ ਉਹਨਾਂ ਦੇ ਰਾਹੀ ਬਾਬਾ ਖੜਕ ਸਿੰਘ ਜੀ ਨੂੰ ਦਿੱਤੇ ਵੀ ਚਲੋ ਆ ਪੈਸੇ ਜਿਹਦੀ ਸੇਵਾ ਵਿੱਚ ਲਾ ਲਓ ਉਹਨਾਂ ਕਹਿੰਦੇ ਰੱਖ ਦਿਓ ਹੁਣ ਉਹ ਬੰਦਾ ਇਸ ਬਿਰਤੀ ਦਾ ਸੀ ਵੀ ਮੇਰਾ ਨਾਮ ਉੱਤੇ ਲਿਖਿਆ ਜਾਏਗਾ ਇਹ ਬੜਾ ਚੱਲਦਾ ਸੀ ਦਰਬਾਰ ਸਾਹਿਬ ਦੇ ਵਿੱਚ ਪਹਿਲਾਂ ਵੀ ਚੱਲਦਾ ਰਿਹਾ ਸ਼ੇਰ-ਏ-ਪੰਜਾਬ ਦੇ ਵੇਲੇ ਵੀ ਚੱਲਿਆ ਤੁਸੀਂ ਸੋਨ ਪੱਤਰ ਤੇ ਦੇਖਦੇ ਹੋ ਵੀ ਮੇਰਾ ਨਾਮ ਕਈ ਦਿਨਾਂ ਬਾਅਦ ਫੇਰ ਆ ਗਿਆ ਉਹ ਭਾਈ ਸਾਹਿਬ ਨੂੰ ਲੈ ਕੇ ਆ ਗਿਆ ਜੀ ਇਹ ਐਨੇ ਦਿਨ ਹੋ ਗਏ ਪੈਸੇ ਦਿੱਤੇ ਅਜੇ ਕੁਝ ਲਿਖਿਆ ਨਹੀਂ ਸ਼ੱਕੀ ਜਾਂ ਮਨ ਸੀ ਨਾ ਉਂਝ ਮੈਂ ਆਪ ਜੀ ਨੂੰ ਬੇਨਤੀ ਕਰਾਂ ਗੁਰਮਖੋ ਸੱਚ ਏਵੇਂ ਕਦੀ ਵੀ ਗੁਰੂ ਦੇ ਚਰਨਾਂ 'ਚ ਭੇਟ ਕਰਕੇ ਦਾਵਾ ਨਹੀਂ ਕਰਨਾ ਮੈਂ ਇਨਾ ਕੋਈ ਦਿੱਤਾ ਉਹ ਖੌਮੇ ਕੈਬਰੀ ਸਭ ਕੁਝ ਸਮੇਟ ਕੇ ਲੈ ਜਾਂਦੀ ਹੈ ਕੌਣ ਜੰਮਿਆ ਜੀ ਹਾਂ ਲੋੜਵੰਦ ਨੂੰ ਦੇ ਕੇ ਦਾਨ ਇੱਕ ਕਰਮ ਚੰਗਾ ਹੈ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਸ ਤੋਂ ਅਗਲਾ ਸਟੈਪ ਏਵੇਂ ਜਿੱਦਣ ਤੂੰ ਕਿਸੇ ਨੂੰ ਦਾਨ ਕਰਕੇ ਆਵੇਂ ਉਸ ਦਿਨ ਜਬਜੀ ਸਾਹਿਬ ਇੱਕ ਵੱਧ ਪੜ੍ਹ ਲਈ ਕਿ ਰੱਬਾ ਤੇਰਾ ਸ਼ੁਕਰ ਘਟੋ ਘਟ ਮੈਨੂੰ ਦੇਨ ਦੀ ਤੂੰ ਅਕਲ ਦੇ ਦਿੱਤੀ ਹੈ ਮੈਂ ਕਿਸੇ ਦੀ ਸੇਵਾ ਕਰਨ ਦੇ ਲਾਇਕ ਹੋਇਆ ਅ ਸੁਖਮਨੀ ਸਾਹਿਬ ਚ ਨਹੀਂ ਜੇ ਪ੍ਰਸ਼ਾਦ ਕਰੈ ਪੁੰਨ ਬੋਦਾਨ ਅੱਗੇ ਕੀ ਕਿਹਾ ਨਾਮ ਲਖਾਲਾ ਅੱਗੇ ਮਹਾਰਾਜ ਕਹਿੰਦੇ ਅੰਦਰ ਬਹਿ ਹੁਣ ਜੇ দান ਕਰਕੇ ਆਇਆ ਜੇ ਪ੍ਰਸ਼ਾਦ ਕਰੈ ਪੁੰਨ ਬੋਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਤੁਸੀਂ ਪਿੰਗਲਵਾੜੇ ਗਏ ਹੋ ਭਗਤਪੂਰਨ ਸਿੰਘ ਦਾ ਕਮਰਾ ਕਿੱਥੇ ਪਿੰਗਲਵਾੜੇ ਕਦੇ ਪੁੱਛੋ ਡਾਕਟਰ ਇੰਦਰਜੀਤ ਨੂੰ ਕੌਰ ਨੂੰ ਵੀ ਭਗਤ ਜੀ ਕਿੱਥੇ ਸੌਂਦੇ ਹੁੰਦੇ ਸਨ ਰੋਗੀਆਂ ਦੇ ਕਮਰੇ ਕਹਿਣ ਪਾਗਲਾਂ ਦੇ ਕਮਰੇ ਕਹਿਣ ਭਗਤ ਜੀ ਦਾ ਕੋਈ ਕਮਰਾ ਨਹੀਂ ਸਾਰੀ ਜ਼ਿੰਦਗੀ ਉਹ ਬਰਾਂਡੇ ਦੇ ਵਿੱਚ ਹੀ ਬੈਠ ਕੇ ਚਲੇ ਗਏ ਕੋਈ ਉਹਨਾਂ ਦਾ ਕਮਰਾ ਨਹੀਂ ਹੈਗਾ ਭਗਤ ਪੂਰਨ ਸਿੰਘ ਜੀ ਹੁੰਦਾ ਇਹ ਦੁਖਾਂਤ ਹੁੰਦਾ ਹੈ ਘੱਟ ਕਮਿਊਨਿਟੀ ਹੋਵੇ ਚੰਗੇ ਬੰਦੇ ਹੋਣ ਬਹੁ ਗਿਣਤੀ ਵਾਲੇ ਲੋਕ ਉਹਨਾਂ ਨੂੰ ਦੁਨੀਆ 'ਚ ਅੱਗੇ ਨਹੀਂ ਆਉਣ ਦਿੰਦੇ ਮਦਰ 3 ਸਾਨੂੰ ਬਹੁਤ ਮੈਂ ਇਹ ਨਹੀਂ ਕਹਿੰਦਾ ਸੇਵਾ ਭਗਤ ਪੂਰਨ ਸਿੰਘ ਦੀ ਸੇਵਾ ਦੇ ਮੁਕਾਬਲੇ ਕੋਈ ਖਲੋ ਸਕੇਗਾ ਇੱਕ ਪਾਕਿਸਤਾਨ ਜੋ ਹੈ ਈਦੀ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ ਈਦੀ ਦਾ ਬਸ ਉਸ ਬੰਦੇ ਦੀ ਸੇਵਾ ਮਾਨਵਤਾ ਪਤੀ ਜਿਵੇਂ ਅੱਜਕੱਲ੍ਹ ਸਿੰਘ ਖਾਲਸਾ ਈਡ ਵਾਲੇ ਮੈਂ ਕਹਿੰਦਾ ਇਹ ਗੱਲਾਂ ਨੇ ਜਿਹੜੀਆਂ ਲੋਕਾਂ ਨੂੰ ਦੱਸਣ ਗਿਆ ਸਿੱਖ ਕੌਣ ਨੇ ਸਟੇਜਾਂ ਤੇ ਗਾਲਾਂ ਕੱਢ ਕੇ ਥੋੜਾ ਪਤਾ ਲੱਗੇਗਾ ਸਿੱਖ ਕੌਣ ਨੇ ਗੁਣ ਦੱਸਣਗੇ ਸਿੱਖ ਕੌਣ ਨੇ ਮੈਂ ਫਿਰ ਉਸ ਵਿਸ਼ੇ ਤੇ ਆਵਾਂ ਉਹ ਮਨਚ ਮਹਾਰਾਜ ਕਹਿੰਦੇ ਆ ਜੇ ਪ੍ਰਸਾਦ ਕਰੈ ਪੁੰਨ ਬੋਧਾਨ ਜਦੋਂ দান ਕਰ ਲੈ ਮਨ ਆਠ ਪੈਰ ਕਰ ਅੱਠੇ ਪੈਰ ਉਦਨ ਸਿਮਰਨ ਕਰ ਜਿੱਦਨ ਤੂੰ ਦਾਨ ਕੀਤਾ ਉਹ ਆ ਗਿਆ ਜੀ ਲੈ ਕੇ ਭਾਈ ਸਾਹਿਬ ਨੂੰ ਬਾਬਾ ਖੜਕ ਸਿੰਘ ਬੈਠੇ ਸਨ ਕਹਿੰਦਾ ਜੀ ਇਹ ਉਹ ਸੱਜਣਾ ਬਾਬਾ ਜੀ ਨੇ ਵੀ ਦੇਖ ਲਿਆ ਵੀ ਉਹ ਹੀ ਆ ਗਿਆ ਕਹਿਣ ਲੱਗੇ ਜੀ ਇੰਨੇ ਦਿਨ ਹੋ ਗਏ ਸੇਵਾ ਚ ਪਾਲੀ ਜੀਓ ਕਹਿੰਦੇ ਨੇ ਠੀਕ ਪਾਲੀ ਜੀ ਤੇ ਕਹਿੰਦੇ ਉਹ ਨਾ ਨਹੀਂ ਕਿਤੇ ਲਿਖਿਆ ਆਵਾਜ਼ ਦਿੱਤੀ ਕਹਿ ਲੱਗਿਆ ਉਹ ਝੋਲਾ ਲਿਓ ਝੋਲਾ ਲੈਂਦਾ ਉਹ ਪੈਸੇ ਉਹ ਦਿੰਦੇ ਉੱਥੇ ਪੈਸੇ ਸਨ ਚੁੱਕ ਕੇ ਮਾਰੇ ਸਾਰੇ ਖਿਲਰ ਗਏ ਕਹਿੰਦਾ ਗਿਣ ਕੇ ਆਪਣੇ ਲੈ ਜਾ ਮੈਨੂੰ ਪਹਿਲੇ ਦਿਨ ਹੀ ਪਤਾ ਸੀ ਤੂੰ ਕਿਸ ਬੇਨਤੀ ਨਾਲ ਆਇਆ ਮੈਂ ਇੱਕ ਬੇਨਤੀ ਕਰਾਂਗਾ ਆਪੋ ਆਪਣਾ ਸੁਭਾਅ ਹੁੰਦਾ ਪਰ ਇਹ ਨਹੀਂ ਵੀ ਅਸੀਂ ਹੁਣ ਭਗਤ ਰਵਦਾਸ ਸਾਹਿਬ ਨੂੰ ਕਬੀਰ ਜੀ ਨੂੰ ਪੜਨੇ ਰਵਦਾਸ ਸਾਹਿਬ ਸ਼ਬਦ ਵਰਦੇ ਆ ਨਹੀਂ ਨਹੀਂ ਇਹ ਮੇਰੀ ਸੰਗਤ ਪੋਛ ਸੋਇ ਦਿਨ ਰਾਤੀ ਮੇਰਾ ਜਨਮ ਕਰਮ ਕੁਟਲਤਾ ਜਨਮ ਕੁਪਾਂਤੀ ਨੇ ਭਗਤ ਕਬੀਰ ਸਾਹਿਬ ਨੂੰ ਪੁੱਛੋ ਕਹਗਾ ਨਹੀਂ ਇੱਥੋਂ ਤੱਕ ਇਹ ਭਗਤ ਰਵਿਦਾਸ ਸਾਹਿਬ ਕੋਈ ਥਾਵਾਂ ਤੇ ਕਰਮਕੰਡਾ ਜ਼ਿਕਰ ਸਿੱਧਾ ਚੈਲੰਜ ਨਹੀਂ ਕਰਨਗੇ ਛੇਤੀ ਕਬੀਰ ਸਾਹਿਬ ਕਰੇਗਾ ਅਸ਼ਵਰੇ ਜਨੇਊਦ ਦੀ ਗੱਲ ਚੱਲੀ ਆਪਾਂ ਕਥਾ ਕਰ ਰਹੇ ਸਾਂ ਉਹ ਕਹਿੰਦਾ ਵੀ ਜੇ ਆ ਤਿੰਨ ਧਾਗੇ ਪਾ ਕੇ ਤੂੰ ਬ੍ਰਾਹਮਣ ਹੈ ਤੇ ਮੇਰੇ ਪਿਓ ਦਾਦੇ ਤਾਂ ਬਹੁਤ ਵੱਡੇ ਸਨ ਕਹਿੰਦਾ ਤੇਰੇ ਘਰ ਤਿੰਨ ਧਾਗੇ ਨੇ ਸਾਡੇ ਘਰ ਪਿੰਨੇ ਪਏ ਆ ਸੂਤਰ ਦੇ ਪਿੰਨਾ ਸਮਝ ਗਏ ਨਾ ਅਫੀਜੀ ਆ ਗੋਲ ਜਿਹਾ ਹੁੰਦਾ ਏ ਜਿਹੜਾ ਇੰਨਾ ਸੂਤਰ ਸਾਡੇ ਕਰ ਪਿਆ ਖੱਡੀਆਂ ਲੱਗੀਆਂ ਨੇ ਜੇ ਧਾਗਿਆ ਨਾ ਰੱਬ ਖੁਸ਼ ਹੁੰਦਾ ਹੋਵੇ ਸਾਡੀਆਂ ਤੇ ਖੱਡੀਆਂ ਵੀ ਬ੍ਰਹਮ ਗਿਆਨੀ ਨੇ ਹਮ ਕਰ ਸੂਤ ਤਨ ਨਿਤ ਤਾਨਾ ਕੰਠ ਜਨੇਊ ਤੁਹਾਰੇ ਤੂੰ ਤਿੰਨ ਧਾਗੇ ਪਾਈ ਬੈਠੇ ਸਾਡੇ ਕਰ ਦਰੀਆਂ ਖੇਸ ਪੁੱਛ ਕੁਝ ਨਾ ਇਹ ਸਾਰੇ ਧਾਗੇ ਨੇ ਕਿੱਡੇ ਕਮਾਲ ਦਾ ਤਰਕ ਦੇ ਰਿਹਾ ਉਹਨੂੰ ਮੈਂ ਚਲੋ ਵਿਸ਼ੇ ਤੇ ਆਵਾਂ ਮਹਾਰਾਜ ਕਹਿੰਦੇ ਨੇ ਪਤ ਤੂ ਉਦਾਹਰਨ ਪਾਰ ਬ੍ਰਹਮ ਜਾਤ ਕਰਕੇ ਜਿਨ੍ਹਾਂ ਨੂੰ ਪਤ ਤ ਕਿਹਾ ਗੁਰੂ ਨੇ ਉਹਨਾਂ ਨੂੰ ਵੀ ਚੁਕਿਆ ਕਿ ਨਾ ਚੁਕਿਆ ਮਾਰੇ ਦਾ ਸ਼ਬਦ ਖੈ ਮੇਰੀ ਜਾਤ ਕੁਟ ਬਾਂਡਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ-ਪਾਸਾ ਅਬ ਬਿਪਰ ਪ੍ਰਧਾਨਤਾ ਕਰੈ ਡੰਡੋਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ ਪ੍ਰદાન ਪੰਡਿਤ ਮੱਥਾ ਟੇਕਦਾ ਰਵਿਦਾਸ ਜੀ ਨੂੰ ਵੇਦਾਂ ਦਾ ਗਿਆਤਾ ਮੱਥਾ ਟੇਕਦਾ ਜਿਹਨੂੰ ਮੰਦਰ ਚ ਨਹੀਂ ਵੜਨ ਦਿੰਦੇ ਮੈਂ ਕਹਿੰਦਾ ਉਹ ਪੰਡਿਤ ਕਿੰਨਾ ਖੁਸ਼ ਨਸੀਬ ਹੋਵੇਗਾ ਉਸ ਬੰਦੇ ਦੀ ਕਿੰਨੀ ਮਰਗੀ ਹੋਵੇਗੀ ਜਿਹਨੇ ਜਿਹਨੂੰ ਚਮਾਰ ਕਹਿੰਦੇ ਸਨ ਉਹਦੇ ਪੈਰ ਚੁੰਮ ਲਏ ਇਹਦਾ ਮਤਲਬ ਉਹਦੇ ਅੰਦਰ ਬਖਸ਼ਿਸ਼ ਹੋਈ ਉਹਨਾਂ ਫਿਰ ਇਸ ਬਖਸ਼ਿਸ਼ ਨੂੰ ਈਗੋ ਨਾਲ ਨਹੀਂ ਜੋੜਿਆ। ਵੇਖਿਆ ਝੁਕਾ ਦਿੱਤਾ। ਕਹਿੰਦੇ ਨਹੀਂ ਵਾਹਿਗੁਰੂ ਮੇਰੇ ਭਰਾ, ਮੇਰੇ ਭਤੀਜੇ, ਮੇਰੇ ਚਾਚੇ ਤਾਂ ਅਜੇ ਵੀ ਪਸ਼ੂ ਢੋਂਦੇ ਨੇ। ਇਹ ਮੈਨੂੰ ਤਾਂ ਮੱਥੇ ਟੇਕਦੇ ਨੇ ਤੂੰ ਮੇਰੇ ਅੰਦਰ ਵਸ ਗਿਆ ਹੈ ਨਾ। ਬਾਬਾ ਜੀ ਨੇ ਇੱਕ ਹੋਰ ਦਲੀਲ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੇ। ਕਿਉਂਕਿ ਮੈਂ ਤਾਂ ਹੀ ਸ਼ਬਦ ਵਰਤਿਆ ਜਿਹੜਾ ਦੋ ਅਰਥਾਂ ਚ ਲਿਆਏ ਕਿ ਇੱਕ ਨੂੰ ਸਮਾਜ ਨੇ ਪਤਿਤ ਕੀਤਾ ਹੈ, ਇੱਕ ਨੂੰ ਕਰਮਾਂ ਨੇ ਪਤਿਤ ਕੀਤਾ ਹੈ। ਸਮਾਜ ਤੌਰ ਤੇ ਪਤਤ ਵੀ ਉੱਚਾ ਉੱਠੇਗਾ ਸਿਮਰਨ ਕਰਕੇ ਕਰਮਾ ਕਰਕੇ ਇੱਕ ਜਿਹੜਾ ਸ਼ਬਦ ਦੇ ਤਿਲੰਗ ਰਾਗ ਚ ਭੋ ਤੇਰਾ ਭਾਂਗ ਖਲੜੀ ਮੇਰਾ ਚੀਤ ਇਹਦੇ ਅਖੀਰ ਲੀਆਂ ਤੁਕਾਂ ਨੇ ਕੇਸਰ Kusum Mirgmay Harna ਇਹ ਚਾਰਾਂ ਦੇ ਅਰਥ ਵੱਖਰੇ ਨੇ ਕੇਸਰ Kusum Mirgmay Karna ਸਰਬ ਸ਼ਰੀਰੀ ਚੜਨਾ ਚੰਦਨ ਭਗਤਾ ਜੋਤ ਅਨੇਹੀ ਸਰਬੇ ਪਰਮਲ ਕਰਨਾ ਕਿ ਪਟ ਪਾਂਡਾ ਕਿ ਪਟ ਪਾਂਡਾ ਕਹੇ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ ਤੇਰਾ ਨਾਮ ਨਿਵਾ ਰਹਿ ਲਿਬ ਲਾਏ ਨਾਨਕ ਤਿੰਨ ਦਰ ਪੀਖਿਆ ਪਾਏ ਹੁਣ ਇਹ ਸ਼ਬਦ ਜਿਹੜੇ ਦਾਸ ਨੇ ਬੋਲੇ ਨੇ ਪੰਡਿਤ ਪੁਹੋਤ ਰਾਜਨੇਤਾ ਇਹਨਾਂ ਵਰਗਾ ਚਲਾਕ ਬੰਦਾ ਕੋਈ ਨਹੀਂ ਜੀ ਦੁਨੀਆ 'ਚ ਬੜੇ ਮੈਂ ਉਦੋਂ ਵੀ ਕਿਹਾ ਫਲਾਣਾ ਪਖੰਡ ਕਰਦਾ ਚਲਾਕੀ ਤੋਂ ਬਿਨਾ ਪਟੰਗ ਪਖੰਡ ਹੁੰਦਾ ਹੀ ਨਹੀਂ ਉਹਨਾਂ ਕੀ ਚਲਾਕੀ ਵਰਤੀ ਉਹਨਾਂ ਕਿਹਾ ਆਹ ਆਹ ਸੂਚੀ ਤਿਆਰ ਕੀਤੀ ਆਹ ਚੀਜ਼ਾਂ ਜਿਹੜੀਆਂ ਨੇ ਭ੍ਰਸ਼ਟ ਨੇ ਪਾਣੀ ਨੂੰ ਹੱਥ ਨਹੀਂ ਲਾਣਾ ਭ੍ਰਸ਼ਟ ਜਾਣ ਹੈ ਦੁੱਧ ਨੂੰ ਹੱਥ ਨਹੀਂ ਲਾਣਾ ਇਹ ਭ੍ਰਸ਼ਟ ਜਾਣ ਹੈ ਇਸ ਤਰੀ ਹੈ ਨਾ ਜੀ ਸ਼ੂਦਰ ਨੇ ਹੱਥ ਲਾ ਦਿੱਤਾ ਤੇ ਜਿਹੜੀਆਂ ਚੀਜ਼ਾਂ ਮਹਿੰਗੀਆਂ ਸਨ ਕਹਿੰਦੇ ਨੂੰ ਭਾਵੇਂ ਚਮਾਰ ਵੀ ਚੁੱਕ ਲੈ ਕੋਈ ਨਹੀਂ ਭ੍ਰਸ਼ਟ ਦੀਆਂ ਪਤਾ ਸੀ ਮਹਿੰਗੀਆਂ ਬੜੀਆਂ ਨੇ ਹੁਣ ਪਹਿਲਾ ਸ਼ਬਦ ਹੈ ਕੇਸਰ ਗੁਰੂ ਸਾਹਿਬ ਕਹਿੰਦਿਆ ਅੱਜ ਤੀਕਰਾਂ ਕਿਸੇ ਬ੍ਰਾਹਮਣ ਨੂੰ ਪੁੱਛ ਕੇ ਦੇਖੋ ਮੈਂ ਕੱਲਾ ਇੱਕ ਕਮਿਟੀ ਕਿਸੇ ਵੀ ਉੱਚੀ ਜਾਤੀ ਵਾਲੇ ਨੂੰ ਦੇਖੋ ਕਿ ਜਿਹੜਾ ਤੂੰ ਮੱਥੇ ਤੇ ਕੇਸਰ ਦਾ ਤਿਰਕ ਲਾਇਆ ਇਹ ਕੇਸਰ ਪੱਟ ਕੇ ਕਿੰਨੇ ਲਿਆਂਦਾ ਸੀ ਇਹ ਕਿੰਨਾ ਕਿੰਨਾ ਖੱਥਾਂ ਨੂੰ ਛੂ ਕੇ ਆਇਆ ਉਹ ਕਹਿੰਦਾ ਛੱਡੋ ਇਹ ਦੀ ਸੁੱਚ ਪੇਟ ਨਹੀਂ ਦੀ ਸ਼ਾਸਤਰ ਨਹੀਂ ਮੰਨਦਾ ਕਿਉਂਕਿ ਕੇਸਰ ਮਹਿੰਗਾ ਹੁਣ ਮੈਂ ਕਹਦੇ ਜੇ ਇਹਨੂੰ ਛੂਦਰ ਨੇ ਹੱਥ ਲਾਇਆ ਐ ਏਡੀ ਕੀਮਤੀ ਦੀ ਜਾਂਚ ਕਿਉਂ ਦੇਣੀ ਉਹ ਕਹਿੰਦਾ ਨਹੀਂ ਨਹੀਂ ਇਹਦੀ ਸੁੱਚ ਭੇਟ ਨਹੀਂ ਹੁੰਦੀ ਦੂਜੀ ਗੱਲ ਫੁੱਲ ਹੁਣ ਫੁੱਲ ਖਿੜੇ ਨੇ ਮਾਲਣ ਹੀ ਸਵੇਰੇ ਜਾਏਗੀ ਵਿਚਾਰੀ ਫੁੱਲ ਤੋੜ ਕੇ ਲਿਆਏਗੀ ਕਦੀ ਕਿਸੇ ਨੇ ਪੁੱਛਿਆ ਕਿ ਜਿਹੜੇ ਫੁੱਲ ਤੂੰ ਤੋੜ ਕੇ ਲਿਆਈ ਏ ਤੇਰੀ ਜਾਤ ਕੀ ਹੈ ਫੁੱਲ ਦਿੱਤੇ ਜਾਂਦੇ ਭੇਟ ਕੀਤੇ ਜਾਂਦੇ ਪਰ ਮੈਂ ਇੱਕ ਇਹ ਥੋੜਾ ਜਿਹਾ ਵੇਰਵਾ ਹੋਰ ਦੇ ਦੇਣਾ ਇੱਕ ਦਿਨ ਇੱਕ ਸੱਜਣ ਸਾਡੇ ਬੋਲ ਰਹੇ ਸਨ ਵੀ ਇਹ ਜਿਹੜੇ ਤੁਸੀਂ ਗੁਲਦਸਤੇ ਦਰਬਾਰ ਸਾਹਿਬ ਚੜ੍ਹਦੇ ਹੋ ਕਬੀਰ ਵੇਖ ਕੇ ਕਹਿੰਦਾ ਭੂਲੀ ਮਲ ਨਹੀਂ ਹੈ ਇਹੋ ਉਹ ਖੰਡਨ ਕਰ ਰਿਹਾ ਸੀ ਫੁੱਲ ਨਾ ਲੈ ਕੇ ਆਇਆ ਕਰੋ ਤੇ ਸਾਡੇ ਬੰਦੇ ਵਾਹ ਜੀ ਵਾਹ ਨਵੀਂ ਗੱਲ ਸੁਣਾਈ ਮੈਂ ਕਿਹਾ ਗੱਲ ਚੇਤੇ ਰੱਖਿਓ ਉੱਥੇ ਕਬੀਰ ਸਾਹਿਬ ਕਹਿੰਦੇ ਨੇ ਜੇ ਇਹ ਮੂਰਤ ਸੱਚੀ ਹੈ ਤੋ ਗੜਨਹਾਰੇ ਕਾਓ ਜਿੰਨੂੰ ਤੂੰ ਫੁੱਲ ਲੈ ਕੇ ਆਇਆ ਇਹ ਨਰਜਿੰਦ ਹੈ ਪਰ ਜਿਸ ਗੁਰੂ ਗ੍ਰੰਥ ਸਾਹਿਬ ਅੱਗੇ ਫੁੱਲ ਚਾੜਨਾ ਪਿਆ ਸਤਗੁਰ ਜਾਗਤਾ ਹੈ ਦਿਓ ਸਮਝ ਗਿਆ ਨਾ ਜੀ ਉੱਥੇ ਹੁਣ ਆਪਾਂ ਕਹੀ ਜੀ ਮੈਨੂੰ ਖਰਾਨੀ ਗਈ ਨਵੀਂ ਗੱਲ ਸੁਣਾਤੀ ਜੀ ਉਹ ਗੱਲ ਸੁਣੋ ਤਾਂ ਸਹੀ ਉੱਥੇ ਕਹਿ ਰਿਆ ਇਹ ਨਰਜਿੰਦ ਖੈ ਜਿਹਨੂੰ ਫੁੱਲ ਭੇਟ ਕਰ ਰਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਜਦੋਂ ਹਾਥੀ ਫਸ ਗਿਆ ਉਹਨੇ ਕਮਲ ਦਾ ਫੁੱਲ ਭੇਟ ਕੀਤਾ ਸੀ ਰੱਬ ਨੂੰ ਆਉਂਦਾ ਨਾ ਇਹ ਸ਼ਬਦ ਬਾਣੀ ਚ ਉਹਨੇ ਕਮਲ ਦਾ ਫੁੱਲ ਭੇਟ ਕੀਤਾ ਹੁਣ ਫੁੱਲ ਜਿਹੜਾ ਉਹਨੂੰ ਕੀਮਤੀ ਸਮਝਦੇ ਆ ਕਦੀ ਕਿਸੇ ਨੇ ਪੁੱਛਿਆ ਵੀ ਜਿਹੜਾ ਸੇਹਰਾ ਤੁਸੀਂ ਮੰਦਰ ਚ ਲੈ ਕੇ ਜਾਂਦੇ ਹੋ ਇਹ ਕਿਹੜੀ ਜਾਤ ਦਾ ਮਾਲੀ ਸੀ ਉਹ ਕਹਿੰਦੇ ਨੇ ਪਵਿੱਤਰ ਹੀ ਹੈ ਕੇਸਰ ਕੁਸ਼ਮ ਮਿਰਗਮੈ ਆ ਜਿਹੜੀ ਹੁਣ ਅਸੀਂ ਕਸਤੂਰੀ ਦੀ ਗੱਲ ਮਿਰਗ ਮਦ ਮਿਰਗਮੈ ਉਹਦੀ ਕਸਤੂਰੀ ਚੋਂ ਨਾਭੀ ਚੋਂ ਕਸਤੂਰੀ ਨਿਕਲੀ ਹੁਣ ਜਿੰਨੇ ਉਹਨੂੰ ਮਾਰਿਆ ਉਹ ਸਾਰਸੂਤੀ ਬ੍ਰਾਹਮਣ ਥੋੜਾ ਸੀ ਸ਼ਿਕਾਰੀ ਦੀ ਜਾਤ ਕੀ ਸੀ ਜਿੰਨੇ ਉਹਨੇ ਪੇਟ ਚਾਕ ਕੀਤਾ ਉਹਨੂੰ ਚੀਰਿਆ ਜਿੰਨੇ ਆਂਦਰਾਂ ਚ ਹੱਥ ਪਾ ਕੇ ਕਸਤੂਰੀ ਕੱਢੀ ਉਹਨੂੰ ਪੁੱਛਿਆ ਤੂੰ ਕਿਦੇ ਹੱਥਾਂ ਨਾਲ ਨਿਕਲੀ ਉਹ ਕਹਿੰਦਾ ਨਹੀਂ ਨਹੀਂ ਜਿਹਦੇ ਮਰਜ਼ੀ ਹੱਥਾਂ ਨਾਲ ਨਿਕਲੀ ਇਹ ਪਵਿੱਤਰ ਹੀ ਰਹਿੰਦੀ ਉਹ ਵੀ ਬੜੀ ਕੀਮਤੀ ਤੀਸਰਾ ਸ਼ਬਦ ਹੈ ਖਰਨਾ ਕੁਝ ਵੀ ਦਵਾਨਾਂ ਨੇ ਖਰਨਾ ਦੇ ਅਰਥ ਕੀਤੇ ਨੇ ਖਰਨ ਪਰ ਹਰਨਾ ਦਾ ਅਰਥ ਹੈ ਸੋਨਾ ਹਰਨਾ ਦਾ ਅਰਥ ਸੋਨਾ ਵੀ ਹੈ ਕੇਸਰ ਕੁਸ਼ਮ ਮਿਰਗਮੈ ਖਰਨਾ ਹੁਣ ਸੋਨਾ ਜਿਹਨੂੰ ਸ਼ੋਧਰ ਕਹਿੰਦੇ ਆ ਉਹਦੀ ਝੌਂਪੜੀ ਚੋ ਬੀਬੀ ਨੇ ਦੋ ਤੋਲਿਆਂ ਦੇ ਕਾਂਟੇ ਜਿਹੜੇ ਨੇ ਵਾਲੀਆਂ ਕਹਿ ਲੋ ਕਾਂਟੇ ਕਹਿ ਲੈ ਸੁਨਾਰ ਨੂੰ ਵੇਚ ਗਈ ਉਦੋਂ ਬਾਅਦ ਆ ਗਿਆ ਖਰੀਦਣ ਵਾਲਾ ਕਦੀ ਸੁਨਾਰ ਕਹਿੰਦਾ ਆ ਸੋਨਾ ਜਿਹੜਾ 500 ਤੋਲੇ ਘੱਟ ਸਸਤਾ ਜੇ ਇਹ ਸਸਤਾ ਜੇ 500 ਤੋਲੇ ਕਿਉਂ ਕਿਉਂਕਿ ਛੂਦਰ ਦੀ ਘਰ ਵਾਲੀ ਨੇ ਪਾਇਆ ਸੀ ਉਹ ਕਹਿੰਦਾ ਗੱਲ ਸੁਣੋ ਇਹਨੂੰ ਬ੍ਰਾਹਮਣੀ ਪਾਏ ਭਾਵੇਂ ਛੂਦਰ ਨਹੀਂ ਪਾਏ ਤਾਂ ਰੇਟ ਇੱਕੋ ਹੀ ਰਹਿਣਾ ਹੈ ਅਗਲਾ ਪੁੱਛੇ ਪਿਟਿਆ ਨਹੀਂ ਉਹ ਕਹਿੰਦਾ ਨਹੀਂ ਸੋਨੇ ਦੀ ਸੱਚ ਪਿਟ ਨਹੀਂ ਹੁੰਦੀ ਕੇਸਰ ਦੀ ਸੱਚ ਪਿਟ ਕੋਈ ਨਹੀਂ ਫੁੱਲ ਦੀ ਸੱਚ ਪਿਟ ਨਹੀਂ ਮਿਰਗ ਦੀ ਕਸਤੂਰੀ ਦੀ ਸੱਚ ਪਿਟ ਨਹੀਂ ਕਿ ਸੋਨੇ ਦੀ ਸੱਚ ਪਿਟ ਨਹੀਂ ਕੇਸਰ ਕੁਸਮ ਮਿਰਗ ਮੈਂ ਕਰਨਾ ਸਰਬ ਸਰੀਰੀ ਚੜਨਾ ਇਹਨਾਂ ਨੂੰ ਹਰ ਕੋਈ ਸਰੀਰ ਤੇ ਪਰਵਾਨ ਕਰਦਾ ਹੈ ਬਾਬਾ ਜੀ ਕਹਿੰਦੇ ਨੇ ਸੁਣੋ ਏ ਭਾਵੇਂ ਕੱਪੜੇ ਰੰਗਣ ਵਾਲੇ ਦਾ ਪੁੱਤਰ ਹੋਵੇ ਚਮੜੇ ਗੰਢਣ ਵਾਲੇ ਦਾ ਪੁੱਤਰ ਹੋਵੇ ਭਾਵੇਂ ਕੱਪੜੇ ਸੀਣ ਵਾਲੇ ਦਾ ਪੁੱਤਰ ਹੋਵੇ ਹਲ ਵਾਣ ਵਾਲੇ ਦਾ ਪੁੱਤਰ ਹੋਵੇ ਜਿਹਦੇ ਅੰਦਰ ਰੱਬ ਦਾ ਪ੍ਰਕਾਸ਼ ਹੋ ਗਿਆ ਉਹ ਸਾਰੀਆਂ ਥਾਵਾਂ ਤੇ ਪਰਵਾਨ ਹੈ ਉਹ ਪਤਤ ਨਹੀਂ ਰਹਿੰਦਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਅਨੇਗੀ ਸਰਬੇ ਪਰਮਲ ਕਰਨਾ ਭਗਤ ਦਾ ਚੰਦਨ ਦੀ ਤਰ੍ਹਾਂ ਹੈ ਚੰਦਨ ਕੋਲੋਂ ਖਵਾ ਨਿਕਲੇ ਉਹ ਲਿਹਾਜ ਨਹੀਂ ਕਰਦਾ ਆਪਣੀ ਸੁਗੰਧੀ ਦਿੰਦਾ ਵਿਤਕਰਾ ਨਹੀਂ ਕਰਦਾ ਤੇ ਭਗਤ ਕੋਲੋਂ ਕਿਸੇ ਵੀ ਜਾਤ ਦਾ ਲੰਘ ਜਾਓ ਸਭ ਤੇ ਕਿਰਪਾ ਕਰ ਦਿੰਦਾ ਸਰਬੇ ਪਰਮਲ ਕਲਾ ਅਗਲੀ ਤੋਕ ਹੈ ਕਿ ਪਟ ਭਾਂਡਾ ਕਹਿ ਨਾ ਕੋਏ ਹੁਣ ਪੈਕਿੰਗ ਘਿਓ ਦੀ ਬਦਲ ਗਈ ਪਲਾਸਟਿਕ ਦੇ ਡੱਬੇ ਆ ਗਏ ਟੀਨ ਆ ਗਏ ਪਰ ਪਹਿਲਾਂ ਬਜ਼ੁਰਗਾਂ ਨੂੰ ਪਤਾ ਹੈ ਜਿਹੜਾ ਘਿਓ ਸੀ ਕੱਚਾ ਚਮੜਾ ਲੈ ਕੇ ਉਹਦੇ ਕੁੱਪੇ ਬਣਾਉਂਦੇ ਸਨ ਉਹਦੇ ਕੁੱਪਿਆਂ ਚ ਘਿਓ ਪਾਉਂਦੇ ਸਨ ਕੱਚੇ ਚਮੜੇ ਦੇ ਕੁੱਪੇ ਤੇ ਹੁਣ ਜਦੋਂ ਘਿਓ ਲੈ ਕੇ ਗਏ ਪੁੱਛਿਆ ਜੀ ਇਹ ਤਾਂ ਚਮੜੇ ਦੇ ਕੁੱਪੇ ਚ ਆਇਆ ਵੈਗਰੂ ਬਾਬਾ ਜੀ ਕਹਿ ਰਹੇ ਸ਼ਬਦ ਉਹ ਅਗਲਾ ਕਹਿੰਦਾ ਨਹੀਂ ਨਹੀਂ ਇਹ ਭਾਵੇਂ ਕੁੱਪੇ ਚ ਪਾਇਆ ਗਿਆ ਪਰ ਇਹ ਪਵਿੱਤਰ ਦਾ ਪਵਿੱਤਰ ਹੈ ਇਸ ਭੁਲੇਖੇ ਚ ਨਾ ਪਇਓ ਉਹ ਘਿਓ ਨਿਕਲਿਆ ਉਹਦੇ ਵਿੱਚੋਂ ਉਸ ਚਮੜੇ ਵਿੱਚੋਂ ਨਿਕਲਿਆ ਜਿਹੜਾ ਡੰਗਰ ਤੂੜੀ ਖਾਂਦਾ ਹੈ ਮਹਾਰਾਜ ਕਹਿੰਦੇ ਸੱਚ ਪਿਟਕੀ ਕਿ ਉਹ ਹੀ ਪਵਿੱਤਰ ਤੇ ਖੱਦਰ ਦਾ ਕੱਪੜਾ ਕਿਤੇ ਸ਼ੂਜੈ ਉਹ ਕਹਿੰਦਾ ਚੁੱਕ ਚੁੱਕ ਕੱਪੜਾ ਬਾਹਰ ਸੱਟੋ ਸਾੜ ਦਿਓ ਇਹਨੂੰ ਇਹਨੂੰ ਸ਼ੂਦਰ ਦੇ ਹੱਥ ਲਾਇਆ ਤੇ ਰੇਸ਼ਮੀ ਕੱਪੜਾ ਕਹਿੰਦਾ ਭਾਵੇਂ ਸ਼ੂਦਰ ਪਾ ਵੀ ਲੋ ਲੈ ਉਹ ਜੇ ਮੇਰੇ ਕੋਲੇ ਪਵਿੱਤਰ ਦਾ ਪਵਿੱਤਰ ਇੱਕ ਉਹ ਵੀ ਕੀਮਤੀ ਕੇ ਪੱਟ ਭਾਂਡਾ ਕਹੇ ਨਾ ਕੋਈ ਐਸਾ ਭਗਤ ਵਰਨ ਮੈਂ ਹੋਏ ਤੇਰਾ ਨਾਮ ਨਿਵਾਇ ਰਹੇ ਲਿਵ ਲਾਏ ਨਾਨਕ ਤਿੰਨ ਦਰ ਭੀਖਿਆ ਪਾਏ ਇੱਕ ਤਾਂ ਬੇਨਤੀ ਸੀ ਜਿਹੜੇ ਜਾਤ ਕਰਕੇ ਪਤਿਤ ਕਹਿ ਉਹਨਾਂ ਨੂੰ ਗੁਰੂ ਨੇ ਪਵਿੱਤਰ ਕੀਤਾ ਰੱਬ ਨੇ ਦੂਜੀ ਗੱਲ ਜਿਨ੍ਹਾਂ ਨੇ ਕਰਮ ਪਤਿਤ ਕੀਤੇ ਜਾਤ ਕਰਕੇ ਜਿਨ੍ਹਾਂ ਨੂੰ ਵੈਗਰੂ ਪਤਿਤ ਕਿਹਾ ਮੈਂ ਸ਼ਬਦ ਪਵਿੱਤਰ ਜਿਨ੍ਹਾਂ ਨੂੰ ਜਾਤ ਕਰਕੇ ਪਤਿਤ ਕਿਹਾ ਇੱਕ ਨੇ ਕਰਮ ਪਤਿਤ ਕੀਤੇ ਹੁਣ ਹਰ ਧਰਮ ਦੇ ਪਾਪ ਵੀ ਵੱਖਰੇ ਵੱਖਰੇ ਜੇ ਜਿਹਨੂੰ ਅਸੀਂ ਪਤਿਤ ਕਹਿੰਦੇ ਆ ਹਿੰਦੂ ਕਹਿੰਦਾ ਇਹ ਅਜ ਧਰਮੀ ਬਣ ਗਿਆ ਜਿਹਨੂੰ ਉਹ ਤੋਂ ਪਹਿਲਾਂ ਮੁੰਡਨ ਕਰਦਾ ਹੈ ਜੀ ਤੇ ਆਪਣੇ ਚ ਜੇ ਕਿਸ ਕੀ ਕਤਲ ਕੀਤੇ ਤੂੰ ਪਤਿਤ ਹੋ ਗਿਆ ਇਸ ਤਰ੍ਹਾਂ ਨਾ ਜੀ ਉੰਜ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਸਨਾਤਨ ਚਾਰ ਬੱਜਰ ਪਾਪ ਸਨ ਉਹਨਾਂ ਦਾ ਜ਼ਿਕਰ ਬਾਣੀ ਚ ਕੀਤਾ ਹੈ ਉਹਨੇ ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ ਇਹ ਪਤਿਤ ਕਰਮ ਨੇ ਬ੍ਰਾਹਮਣ ਇਹਦਾ ਮਤਲਬ ਬ੍ਰह्म ਗਿਆਨੀ ਦੀ ਖੱਤਿਆ ਕਰਨੀ ਚਲੋ ਬ੍ਰਾਹਮਣ ਦਾ ਅਰਥ ਕਈ ਕਲਾ ਕਮਿਊਨਿਟੀ ਨਾਲ ਬ੍ਰਾਹਮਣ ਨੂੰ ਪਛਾਣਨ ਵਾਲਾ ਉਹਦਾ ਕਤਲ ਕਰਨਾ ਕੈਲੀ ਕਪਲ ਗਊ ਗਾਂ ਨੂੰ ਮਾਰਨਾ ਅਗਲਾ ਸ਼ਬਦ ਘਾਤ ਕਨਿਕਾਂ ਕਨਿਕਾਂ ਦਾ ਅਰਥ ਆਪ ਜਿਉ ਨਿੱਕੀਆਂ ਨਿੱਕੀਆਂ ਜੰਮ ਦੀਆਂ ਬੱਚੀਆਂ ਨੂੰ ਮਾਰਨਾ ਜਿਹਨੂੰ ਅਜ ਭਰੂਣ ਤਿਆ ਕਹਿੰਦੇ ਆ ਬ੍ਰਾਹਮਣ ਕੈਲੀ ਘਾਤ ਕਨਿਕਾਂ ਹੁਣ 34 ਜਿਹੜਾ ਅਨਚਾਰੀ ਕਾ ਧਾਨ ਪਾਪੀ ਬੰਦੇ ਦੇ ਘਰ ਦੀ ਰੋਟੀ ਖਾਣੀ ਬੰਦਾ ਪਤ ਤੋ ਜਾਂਦਾ ਬਾਣੀ ਮੁਤਾਬਕ ਇਹ ਆਇਆ ਇਹਨੂੰ ਗੁਰੂ ਸਾਹਿਬ ਨੇ ਵੀ ਕਿਹਾ ਕਿ ਚਾਰੇ ਕਿਲ ਵਿਖੁ ਉਨ ਅਗ ਕੀਏ ਹੋਵਾ ਅਸੁਰ ਸੰਗਾਰ ਮੈਂ ਫਿਰ ਬੇਨਤੀ ਕਰਾਂਗਾ ਕਿ ਪਤਤ ਕਰਮ ਉਹ ਜਿਹੜੇ ਸੱਚਮੁੱਚ ਬੰਦੇ ਦੇ ਅੰਦਰ ਮਲੀਨਤਾ ਪੈਦਾ ਕਰਦੇ ਆ ਜਿਨ੍ਹਾਂ ਕੰਮਾਂ ਤੋਂ ਗੁਰੂ ਵਰਜਦਾ ਹੈ ਹੁਣ ਸਾਡੀ ਰਹਿਤ ਮਰਿਆਦਾ ਚ ਜੀ ਜਿਹੜੇ ਚਾਰ ਪਤਤ ਦੱਸੇ ਜੀ ਇਹ ਚਾਰ ਕਰਮ ਵੱਜਨ ਕਰਤਾ ਜਿਹਨੂੰ ਕਹਿੰਨੇ ਆ ਕੇਸਾਂ ਦਾ ਅਨਸ਼ ਅਤਮਾਕੂ ਆਦਕ ਮਾ ਕੁੱਠਾ ਮਾਸੋ ਤੇ ਸ਼ਬਦ ਲਿਖੇ ਪਰ ਮੈਂ ਇਹ ਨਹੀਂ ਕਿ ਮੈਂ ਤੁਸੀਂ ਸਮਝੋ ਕੋਰੇ ਭਾਈ ਸਾਹਿਬ ਖਾਂਦੇ ਹੋਣੇ ਤਾਂ ਹੀ ਚੁੱਪ ਕਰ ਗਏ ਇਹ ਮਸਲਾ ਇਹ ਹੋ ਜਾਏ ਨੂੰ ਖਿੱਚੋ ਵੀ ਨਾ ਵੈ ਗੁਰੂ ਜੀ ਇੱਥੇ ਅਗਲੀ ਗੱਲ ਕਿ ਪ੍ਰਾਇਤਨ ਇਹ ਸ਼ਬਦ ਵਰਤੇ ਤੇ ਆ ਪਾਠ ਕਰਿਓ ਕਦੀ ਇਹ ਇਹ ਸ਼ਬਦ ਆਪਾਂ ਲਿਖੇ ਰਹਿਣਾ ਰਹਿਤ ਮਰਿਆਦੇ ਆਧਾਰ ਬਣਾਇਆ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋਗੇ ਦੋ ਕਰਮ ਐਸੇ ਨੇ ਜਿਨ੍ਹਾਂ ਦੀ ਸਜ਼ਾ ਬਰਾਬਰ ਹੈ ਪ੍ਰਾਇਤਨ ਦੀ ਸਾਰੇ ਗੱਲ ਕਰਨੇ ਆ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਿਹੜਾ ਬੰਦਾ ਪ੍ਰਾਈ ਨਿੰਦਿਆ ਕਰਦਾ ਉਹ ਇੰਨੇ ਪਾਪੀ ਹੈ ਜਿੰਨਾ ਪ੍ਰਾਈ ਤਾਨ ਵਾਲਾ ਹੈ ਇਹ ਤਾਂ ਰੋਜ ਪਤਾ ਧੁੰਨੇ ਪਏ ਕਿੰਨਾ ਸਵਾਦ ਲੈਂਦੇ ਆ ਨਿੰਦਿਆ ਕਰ ਕਰਕੇ ਪਾਠ ਕਰਿਓ ਕਿ ਮਨ ਰੇ ਕੌਣ ਕੁਮਤੈ ਨੀਲੀਨੀ ਅੱਗੇ ਕੀ ਪਰਦਾਰਾ ਦੋਨੋਂ ਇਕੱਠੇ ਕਰ ਦਿੱਤੇ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨੇ ਕੀਨੀ ਪਰ ਉੱਥੇ ਲਿਖਿਆ ਨਹੀਂ ਵੀ ਨਿੰਦਿਆ ਇੱਕ ਪਤਦ ਕਰਮ ਹੈ ਪਰ ਇਹਨੂੰ ਸਾਰੇ ਕਰਨੇ ਪਏ ਗੁਰਮਖੋ ਫਿਰ ਅੱਗੇ ਤੁਰਿਏ ਸ਼ਰੀਰਕ ਤੌਰ ਤੇ ਮੈਂ ਕਰਮਾਂ ਤੋਂ ਬਚਾ ਲਾਂਗਾ ਪਰ ਗੁਰੂ ਕਹਿੰਦਾ ਉਸ ਤੋਂ ਅੱਗੇ ਚੱਲ ਤੇਰੀ ਸੁਰਤ ਕਰਕੇ ਫੁਰਨੀਆਂ ਕਰਕੇ ਪਤਨ ਨਾਲ ਹੋ ਜਾਈਂ ਜਿਹੜੇ ਬੰਦੇ ਫੁਰਨੇ ਕਰਕੇ ਵੀ ਪਤਿਤ ਹੁੰਦੇ ਆ ਗੁਰੂ ਉਹਨਾਂ ਨੂੰ ਹੀ ਪਵਿੱਤਰ ਕਰ ਦਿੰਦਾ ਕਰਮ ਤਾਂ ਬਹੁਤ ਹੁਣ ਦੇਖੋ ਆਹ ਪੜ ਪਾਠ ਕਰੋਗੇ ਦੋਨੋਂ ਇਕੱਠੇ ਹੋਣਗੇ ਪਰ ਤਨ ਪਰ ਤਨ ਤੀਜਾ ਸ਼ਬਦ ਕੀ ਏ ਪਰਤੀ ਨਿੰਦਾ ਦੋਨੋਂ ਇਕੱਠੇ ਰੱਖ ਦਿੱਤੇ ਕੱਲ ਅਸੀਂ ਇੱਕ ਪਰਮਾਨ ਲਿਆ ਸੀ ਕਿ ਪਰ ਤੇਰੇ ਆ ਰੂਪ ਨਾ ਪੇਖੇ ਨੇਤਰ ਇਸ ਤੋਂ ਅਗਲਾ ਸੀ ਕਰਨ ਨਾ ਸੁਨੇ ਕਾਹੂ ਕੀ ਨਿੰਦਾ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਏ ਅਤਬਾਰੀ ਨਿੰਦਿਆ ਪਹਿਲਾਂ ਕਹੀ ਵੇਲ ਪਰਾਈ ਜੋ ਹੈ ਜਿਹੜੇ ਕਰੇ ਚੋਰੀ ਬੁਰੀਾਈ ਉੱਥੇ ਮਰ ਇਹਨੂੰ ਭਾਈ ਸਾਹਿਬ ਨੇ ਕਿਹਾ ਹੋਂ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਹੋਂ ਤਿਸ ਕੋਲ ਕਮਾਇਆ ਪਰ ਨੰਦਾ ਸੁਣਾ ਪਟਾਵੇ ਸਚੀਵ ਜੀ ਮੈਂ ਪਾਠ ਕਰਦੇ ਮੈਂ ਕੰਬੂ ਠੇਕਰੀ ਮੈਂ ਮਣਾ ਇਹ ਬਾਹਰੋਂ ਰੋਲਾ ਪਾਈ ਜਨੇ ਗੁਰੂ ਹੋਰ ਵੀ ਕਹਿੰਦਾ ਪਤਤ ਕਰਮ ਨੇ ਹੁਣ ਉਸ ਕਰਮ ਜਿੰਨੇ ਕਰਮ ਕੀਤੇ ਪਤਤ ਪਰ ਮਨ ਚ ਆਇਆ ਕਿ ਵਾਹਿਗੁਰੂ ਹੁਣ ਤੂੰ ਬਖਸ਼ ਦੇ ਗੁਰੂ ਸਾਹਿਬ ਕਹਿੰਦੇ ਆ ਬੜਾ ਸਮਰਾਥੇ ਗਲ ਤੱਕ ਪਾਪ ਕੀਤੇ ਹੋਣ ਸੱਚ ਇਹ ਵੇ ਤੂੰ ਇੱਕ ਵਾਰੀ ਤੋਬਾ ਕਰ ਲੈ ਤੋਬਾ ਦਾ ਅਰਥ ਦੂਜੇ ਦਿਨ ਫੇਰ ਨਾ ਸ਼ੁਰੂ ਕਰ ਦੇਈ ਫਿਰ ਬੇਨਤੀ ਸਮੋ ਇਹ ਵੀ ਇਹ ਵੀ ਬੜਾ ਸਿਸਟਮ ਚੱਲਦਾ ਜੀ ਕਈ ਡੇਰੇਦਾਰਾਂ ਨੇ ਕਾਰਡ ਬਣਾਏ ਨੇ ਉਹ ਕਾਰਡ ਰੀਨਿਊ ਕਰਾ ਲਿਉਂਦੇ ਜਿਵੇਂ ਹੁੰਦਾ ਨਹੀਂ ਆਪਣਾ ਲਾਇਸੈਂਸ ਕਰਾ ਲਿਆ ਜੀ ਗ੍ਰੀਨ ਕਾਰਡ ਕਰਾ ਲਿਆ ਜੀ ਉਹ ਜੀ ਦਸਕਤ ਕਰਤੇ ਤੇਰੇ ਕੱਟੇ ਗਏ ਭੋਲੇ ਪਾਲੇ ਲੋਕ ਇਸ ਤਰ੍ਹਾਂ ਤੀਰਥ ਤੇ ਵੀ ਸੀ ਪਾਪ ਕਰਾਂ ਪੰਜਾਂ ਕੇ ਬਸ ਰਹੇ ਤੀਰਥ ਨਾਏ ਕਹਿੰਸ ਉਹਦੇ ਬੰਮ ਨੇ ਕਿਹਾ ਤੂੰ ਦਾਨ ਕੀਤਾ ਤੇਰੇ ਪਿਛਲੇ ਖਤਮ ਉਹ ਕਹਿੰਦਾ ਚਲੋ ਰੀਨਿਊ ਹੋ ਗਿਆ ਹੁਣ ਬਹੁਰ ਕਮਾਵੈ ਆਏ ਨਿਸੰਖ ਜੰਪੂਰ ਬਾਂਦ ਖਰੇ ਕਲੰਕ ਤੋਬਾ ਦਾ ਅਰਥ ਕਿ ਤੂੰ ਪਾਪ ਕੀਤਾ ਪਰ ਪਾਪ ਕਰਨ ਤੋਂ ਬਾਅਦ ਸੱਚੇਵੇਂ ਅਰਦਾਸ ਕਰਦਾ ਤਾਂ ਹੁਣ ਇਸ ਜਿੱਲਨ ਚ ਮੈਨੂੰ ਨਾ ਡਿੱਗਣ ਦੇ ਫਿਰ ਦੇਖਿਓ ਤੁਸੀਂ ਰੱਬ ਕਿੰਨੀ ਕਿਰਪਾ ਕਰਦਾ ਹੁਣ ਜੇ ਇਹ ਮਜ਼ਾਕ ਕਰੀਏ ਵੀ ਸਵੇਰੇ ਦੇਖ ਕਰਾਈ ਸੀ ਰਾਤੀ दारू ਪੀਤਾ ਸੀ ਕੱਲ ਨੂੰ ਫਿਰ ਕਰਾ ਦੇਾਂਗੇ ਨਹੀਂ ਨਹੀਂ ਇਹ ਲੋਗਣ RAM ਖਲੋ ਨਾ ਜਾਣਾ ਉਹ ਨਹੀਂ ਜੇ ਬਖਸ਼ਿਆ ਜਾਏਗਾ ਗੁਰੂ ਸਾਹਿਬ ਬਚਨ ਕਰਦੇ ਆ ਮਨ ਲਉ ਉੱਠਿਆ ਮੈਂ ਪਾਪ ਕਰਮ ਕੀਤੇ ਮਾਪ ਜੀ ਨੂੰ ਇੱਕ ਵਾਰੀ ਕਿਹਾ ਸੀ ਵੇਖੋ ਕੱਲ ਵੀ ਦੁਪਹਿਰੇ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਨੇ ਅਜਾ ਮਲ ਦਾ ਜ਼ਿਕਰ ਕੀਤਾ ਹੈ ਪਰ ਅਜਾ ਮਲ ਦੀ ਤੁਲਨਾ ਰਬਦਾਸ ਨਾਲ ਨਹੀਂ ਦਿੱਤੀ ਕਿਤੇ ਤੁਸੀਂ ਪੜਿਆ ਗਨਕਾ ਦੀ ਨਹੀਂ ਦਿੱਤੀ ਦੋਨਾਂ ਦੇ ਪਤਿਤ ਕਰਮ ਨੇ ਅਜਾ ਮਲ ਕਥਾਵਾਚਕ ਸੀ ਜੀ ਪਾਪੀਆਂ ਵਾਲਾ ਕਰਮ ਕਰ ਲਿਆ ਪਰ ਇੱਕ ਗੱਲ ਹੋਰ ਭਾਈ ਸਾਹਿਬ ਦੀ ਰਚਨਾ ਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ ਜਿਹੜਿਆ ਕਹਿੰਦੇ ਆ ਨਾ ਜੀ ਇਹ ਵੈਗਰੂ ਵੈਗਰੂ ਦਾ ਕੀ ਫਾਇਦਾ ਉਹ ਗੁਰਮਖੋ ਅਜਾ ਮਲ ਤੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਸੀ ਪੁੱਤਰ ਇਹਤ ਬੁਕਾਰਿਆ ਨਰਾਇਣ ਨਰਾਇਣ ਮੇਰੇ ਬੱਚੇ ਆ ਪਰ ਗੁਰੂ ਨੂੰ ਪਤਾ ਸੀ ਕਿ ਇਹਨੇ ਨਰਾਇਣ ਦਾ ਅਭਿਆਸ ਕੀਤਾ ਹੈ ਅੰਦਰ ਹੈ ਇਹਦੇ ਤੇ ਜਦੋਂ ਉਸ ਗੁਰੂ ਕੋਲ ਜਾ ਕੇ ਕਿਹਾ ਵੇਸ਼ਵਾ ਤੋਂ ਪੁੱਤਰ ਜੰਮੇ ਤੇ ਉਹਨੇ ਕਿਹਾ ਮੈਂ ਉਹ ਵਿਦਵਾਨ ਉਹ ਮੈਂ ਮਰ ਗਿਆ ਮੈਂ ਰੁਲ ਗਿਆ ਗੁਰੂ ਨੇ ਕੰਮ ਕੀਤਾ ਜਿਹੜਾ ਪੁੱਤਰ ਅਗਲਾ ਜਨਮ ਲੈਣ ਲੱਗਾ ਇਹਦਾ ਨਾਂ ਗੁਰਦੁਆਰੇ ਜਾ ਕੇ ਰੱਖੀ ਭਾਈ ਸਾਹਿਬ ਨੇ ਗੁਰਦੁਆਰਾ ਲਿਖਿਆ ਜੀ ਗੁਰੂ ਨੇ ਨਾਮ ਦਿੱਤਾ ਅੱਜ ਅਸੀਂ ਗੁਰਦੁਆਰੇ ਨਾਮ ਰਖਾਣੇ ਆ ਪਰ ਆਪਾਂ ਉਹ ਨਾਮ ਨਹੀਂ ਲੈਂਦੇ ਜਿਹੜਾ ਗੁਰੂ ਨੇ ਦਿੱਤਾ ਸੁੰਘ ਸਿੰਘ ਕੌਰ ਤੇ ਉਂਜੀ ਉੱਡ ਗਿਆ ਵਾਹ ਗੁਰੂ ਜੀ ਇਹ ਹੀ ਹੈ ਨਾ ਸਾਰੇ ਫਲਾਣਾ ਵਿਰਕ ਜੀ ਫਲਾਣਾ ਗਿੱਲ ਜੀ ਫਲਾਣਾ ਬਾਜਵਾ ਜੀ ਫਲਾਣਾ ਮਾਨ ਜੀ ਉਹ ਗੁਰਮਖੋ ਕੌਰ ਤੇ ਸਿੰਘ ਗੁਰੂ ਦਾ ਦਿੱਤਾ ਸ਼ਬਦ ਜੇ ਜੇ ਅਜਾਮਲ ਗੁਰੂ ਦੇ ਦਿੱਤੇ ਪੁੱਤਰ ਦੇ ਨਾਮ ਨਾਲ ਤਰ ਸਕਦਾ ਹੈ ਪੁੱਤਰ ਧੀ ਨੂੰ ਆਵਾਜ਼ ਮਾਰੋ ਗੁਰੂ ਦੀ ਯਾਦ ਆਵੇਗੀ ਅਜਾਮਲ ਪਾਪ ਕਰਮ ਕੀਤੇ ਗਨਕਾ ਨੇ ਪਾਪ ਕਰਮ ਕੀਤੇ ਚਲੋ ਇਹ ਤਾਂ ਦੋ ਉਦਾਹਰਨਾ ਬਾਣੀ ਚ ਪੁਰਾਣਿਕ ਨੇ ਕੁਬਜਾ ਨੇ ਪਾਪ ਕਰਮ ਕੀਤਾ ਬਾਣੀ ਨੇ ਸ਼ਬਦ ਵਰਤੇ ਕੁਬਜਾ ਬਾਰੇ ਵੀ ਪਰ ਜਦੋਂ ਨਾਮ ਨਾਲ ਜੁੜੇ ਜਿਹਨੂੰ ਲੋਕ ਗਨਕਾ ਕਹਿੰਦੇ ਸਨ ਪਤ ਤ ਉਧਾਰਨ ਪਾਰ ਬ੍ਰਹਮ ਬਾਬਾ ਜੀ ਨੇ ਕਿਹਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਤਰੀ ਤਾਂ ਕੋ ਜਸ ਉਰਤਾਰੋ ਇਹਦੇ ਵਿੱਚ ਇੱਕ ਅਖੀਰਲਾ ਬਚਨ ਹੈ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰੈ ਪਾਰਾ ਤੂੰ ਪਾਰ ਹੋ ਜਾਏਗਾ ਅਜਾਮਲ ਵੀ ਗਨਕਾ ਵੀ ਤੇ 10 ਨੇ ਇੱਕ ਵਾਰ ਆਪ ਜੀ ਨੂੰ ਕਿਹਾ ਸੀ ਕਿ ਸੱਚੀ ਹੈ ਕਿ ਲੋਕ ਖੁਸ਼ ਹੁੰਦੇ ਨੇ ਉਹਦਾ ਜੀਵਨ ਵੇਖ ਕੇ ਸਾਧੂ ਕਈ ਵਾਰੀ ਡਿੱਗੇ ਕੋਈ ਜੀਵਨ ਤੇ ਵੀ ਖੁਸ਼ ਹੋ ਕੇ ਉਹਨੂੰ ਉਤਾਰ ਜਾਂਦਾ ਹੈ ਆਪਾਂ ਕਹਾਂਗੇ ਡਿੱਗਾ ਜੀਵਨ ਦੁਰਮਤ ਦੇਖ ਦਇਆਲ ਹੋਏ ਹੱਥੋਂ ਉਸ ਨੂੰ ਦਿੱਤੋ ਉਸ ਤੋਤਾ ਉਹਨਾਂ ਵੇਖਿਆ ਗਨ ਕਾ ਮਰ ਗਈ ਪਾਪਾਂ ਚ ਉਹਨੂੰ ਤੋਤਾ ਦਿੱਤਾ ਸੱਚਮੁੱਚ ਉਹ ਬੰਦਗੀ ਕਰਦੀ ਰਹੀ ਗੁਰੂ ਗ੍ਰੰਥ ਸਾਹਿਬ ਵਿੱਚ ਪੁੱਛੋ ਉਹ ਕਿਸ ਅਵਸਥਾ ਤੇ ਪਹੁੰਚੀ ਭਗਤ ਨਾਮਦੇਵ ਜੀ ਕਹਿੰਦੇ ਆ ਕਿ ਅਸਲ 'ਚ ਗਨਕਾ ਇੰਨੀ ਬੰਦਗੀ ਕੀਤੀ ਜਿਹਨੂੰ ਬਹੁਤ ਪਿਆਰ ਕਹਿੰਦੀ ਕਰੀਏ ਕਹਿੰਦੇ ਆ ਤੂੰ ਤਾਂ ਮੇਰੀਆਂ ਅੱਖਾਂ ਦਾ ਤਾਰਾ ਹੈ ਰੱਬ ਨੇ ਕਿਹਾ ਜਿਹਨੂੰ ਗਨਕਾ ਪਾਪਣ ਕਹਿੰਦੇ ਸੋ ਮੇਰੇ ਅੱਖਾਂ ਦੀ ਪੁਤਲੀ ਹੈ ਸੁਆ ਪੜਹਾਵਤ ਗਨਕਾ ਤਰੀ ਨਾਮਦੇਵ ਸੋ ਹਰ ਨੈਣੋਂ ਕੀ ਪੁਤਰੀ ਪੁਤਰੀ ਦਾ ਅਰਥੇ ਪੁਤਲੀ ਰੱਬ ਨੇ ਅੱਖਾਂ ਦੀ ਪੁਤਲੀ ਬਣਾ ਲਿਆ ਜੇ ਪਾਪ ਕਰਨ ਕਰਨ ਵਾਲੀ ਨੇ ਬੰਦਗੀ ਕੀਤੀ ਗੁਰੂ ਸਾਹਿਬ ਕਹਿੰਦੇ ਆ ਚੁੰਦੇ ਜੀ ਕੱਲ੍ਹ ਮੈਂ ਕਿਹਾ ਤੂੰ ਮਨ ਇੱਕ ਹੋ ਗਏ ਪਾਪ ਦੇਖੋ ਗੁਰੂ ਘਰ ਚ ਤੁਹਾਨੂੰ ਪਤਾ ਹੈ ਜਿਨ੍ਹਾਂ ਨੂੰ ਲੋਕ ਪਾਪੀ ਕਹਿੰਦੇ ਸਨ ਗੁਰੂ ਨੇ ਪ੍ਰਚਾਰਕ ਬਣਾ ਦਿੱਤੇ 22 ਮੰਜੀਆਂ ਵਿੱਚੋਂ ਦੋ ਮੰਜੀਆਂ ਐਸੀਆਂ ਨੇ ਗੁਰੂ ਅਮਰਦਾਸ ਜੀ ਨੇ ਦਿੱਤੀਆਂ ਜਿਨ੍ਹਾਂ ਦੋਵੇਂ ਜੀ ਬੈਠਦੇ ਆ ਮੰਜੀ ਤੇ ਇੱਕ ਸਚਨ ਸੱਚ ਦੀ ਤੇ ਇੱਕ ਮਥੋ ਤੇ ਮਰਾਰੀ ਦੀ ਭਾਈ ਸਚਨ ਸੱਚ ਇਹ ਜਿਹਨੂੰ ਮਹਾਰਾਜ ਨੇ ਜੋੜਾ ਦਿੱਤਾ ਚਲੋ ਇਹਦੀ ਵਖਰੀ ਇਹ ਸਾਖੀ ਹੈ ਦਾਸ ਨੇ ਉਹ ਜੋੜੇ ਦੇ ਦਰਸ਼ਨ ਵੀ ਕੀਤੇ ਆ ਗੁਰੂ ਅਮਰਦਾਸ ਦਾ ਜੋੜਾ ਪਰ ਜਿਹੜੀ ਜਿਹੜਾ ਮਥੋ ਮੁਰਾਰੀ ਹੈ ਮਥੋ ਤਾਂ ਬੇਟੀ ਦਾ ਨਾਮ ਹੈ ਭਾਈ ਸ਼ੀਹੇ ਦੀ ਬੇਟੀ ਮਥੋ ਤੇ ਜਿਹੜਾ ਮੁਰਾਰੀ ਉਹਦਾ ਮਾਪਿਆਂ ਨੇ ਨਾਮ ਮੁਰਾਰੀ ਨਹੀਂ ਰੱਖਿਆ ਲਾਹੌਰ ਦੇ ਨਜ਼ਦੀਕ ਰਹਿਣ ਵਾਲਾ ਇਹਦਾ ਨਾਮ ਪ੍ਰੇਮਾ ਸੀ ਬੜਾ ਰੁਪਈਆ ਜੀ ਕਲਾ ਕਲਾ ਮਾਪਿਆਂ ਦਾ ਪੁੱਤਰ ਮਾਂ ਪਿਓ ਦੀ ਮੌਤ ਹੋ ਗਈ ਕੋ ਸੰਗ ਚ ਪੈ ਗਿਆ ਵਹਿ ਤੁਰਿਆ ਯਾਰਾ ਮਿੱਤਰਾ ਦੋਸਤਾਂ ਨੇ ਕਿਹਾ ਤੇਰੇ ਵਰਗਾ ਕੋਈ ਨਹੀਂ ਖਾਂਦਾ ਰਿਆ ਪੀਂਦਾ ਰਿਆ ਰੱਜ ਕੇ ਪਾਪ ਕਮਾਏ ਉਧਰੋਂ ਪੈਸਾ ਮੋਗ ਗਿਆ ਉਦੋਂ ਸਰੀਰ ਜਵਾਬ ਦੇਗਾ ਤਾਨੂੰ ਕੋੜ ਦਾ ਰੋਗ ਲੱਗ ਗਿਆ ਗੱਲ ਚ ਲੋਕਾਂ ਨੇ ਭਾਂਡਾ ਪਾਤ ਤੈ ਤੂੰ ਦੂਰ ਰਹੋ ਦੂਰੋਂ ਸਟਿਓ ਰੋਟੀ ਕਿਸੇ ਨੇ ਕਿਹਾ ਇੱਕ ਕੰਮ ਕਰ ਗੋਇੰਦਵਾਲ ਦੇ ਕੰਡੇ ਰਹਿਮਤਾਂ ਦਾ ਦਾਤਾ ਗੁਰੂ ਅਮਰਦਾਸ ਬੈਠਾ ਜਿਵੇਂ ਕਿਵੇਂ ਉਹਦੇ ਬੂਵੇ ਤੇ ਪਹੁੰਚ ਜਾ ਤੂੰ ਠੀਕ ਹੋ ਜਾਏਗਾ ਉਹ ਕਹਿੰਦਾ ਮੈਂ ਕੰਮ ਬੜੇ ਗੰਦੇ ਕੀਤੇ ਬੜਾ ਪਾਪ ਕੀਤਾ ਮੈਂ ਤੇ ਮ ਉਸ ਦਿਨ ਵੀ ਕਿਹਾ ਸੀ ਅੱਜ ਜਿਹੜਾ ਫੜਿਆ ਜਾਂਦਾ ਪਾਪੀ ਹੈ ਜਿਹੜਾ ਪਰਦੇ ਚ ਕਰਦਾ ਉਹ ਉਪਦੇਸ਼ਕ ਹੈ ਉਹਨੇ ਕਿਹਾ ਮੈਂ ਪਾਪ ਬੜੇ ਕੀਤੇ ਸੱਚਮੁੱਚ ਸੰਗਤ ਲੰਘਦੀ ਪਈ ਏ ਸ਼ਬਦ ਕੰਨਾ ਚ ਪਿਆ ਉਹਨੇ ਵਿਚਾਰੇ ਨੇ ਰੋ ਕੇ ਕਿਆ ਕੋੜੀ ਪ੍ਰੇਮ ਨੇ ਤੁਸੀਂ ਕੌਣ ਹੋ ਕਿੱਥੇ ਚੱਲੇ ਕਹਿੰਦੇ ਆ ਗੁਰੂ ਕੀਆ ਸੰਗਤਾਂ ਨੇ ਗੋਇੰਦਵਾਲ ਚੱਲੀਆਂ ਨੇ ਤਰਲਾ ਲੈ ਕੇ ਕਹਿੰਦਾ ਮੇਰੇ ਤੇ ਪਰਉਪਕਾਰ ਕਰੋ ਮੈਨੂੰ ਇੱਕ ਵਾਰੀ ਉੱਥੇ ਪਹੁੰਚਾ ਦਿਓ ਸੱਚਮੁੱਚ ਇੱਕ ਨੌਜਵਾਨ ਨੇ ਮੋਢਿਆਂ ਤੇ ਚੁੱਕ ਲਿਆ ਗੁਰੂ ਰਾਮ ਅੰਮ੍ਰਿਤਦਾਸ ਦਾ ਵਾਸਤਾ ਪਾਇਆ ਉਹਨੇ ਉਹਨੇ ਚੁੱਕ ਮੋਢਿਆਂ ਤੇ ਲਿਆ ਕੋਈ ਨਫਰਤ ਨਹੀਂ ਕੀਤੀ ਸ਼ਬਦ ਪੜਦਿਆਂ ਸੰਗਤਾਂ ਗੋਇੰਦਵਾਲ ਆ ਗਿਆ ਮਹਾਰਾਜ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਦੇ دیدار ਬਾਹਰ ਬੈੰਦਾ ਸੰਗਤ ਚ ਬਾਬਾ ਬੁੱਢਾ ਸਾਹਿਬਿਕ ਦੇ ਲੰਗੇ ਕਹਿਣ ਲੱਗੇ ਧੀਰਜ ਨਾ ਛੱਡੀ ਇਹ ਦਰ ਨਾ ਛੱਡੀ ਉਹ ਰੋ ਪਿਆ ਕਹਿੰਦਾ ਮੈਂ ਬੜੇ ਪਾਪ ਕੀਤੇ ਮੇਰੀ ਬਾਡੀ ਸਾਰੀ ਗਲ ਗਈ ਉਹ ਅੱਗੋ ਕਹਿੰਦਿਆ ਕਬਰਾਂ ਨਾ ਤੂੰ ਤਾਂ ਖੁਸ਼ਕਿਸਮਤ ਹੈ ਜਿਹੜਾ ਆਪ ਪਹੁੰਚ ਗਿਆ ਇਹ ਉਹਦਾ ਘਰ ਹੀ ਜਿਹੜਾ ਕੋੜੀ ਦੇ ਘਰ ਕੁੰਡਾ ਖੜਕਾ ਕੇ ਆਪ ਚਲਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਨੇ ਇਸ਼ਾਰਾ ਕੀਤਾ ਤਾਪ ਨੂੰ ਪਤਾ ਹੋਵੇ ਪਹਿਲਾ ਕੋੜੀ ਆਸ਼ਰਮ ਗੁਰੂ ਅਰਜੁਨ ਦੇਵ ਜੀ ਨੇ ਤਰਨ ਤਾਰਨ ਸਹਿ ਬਣਾਇਆ ਸੀ ਮਾਰੇ ਆਪਣੇ ਵੇਲੇ ਬਣਾਇਆ ਸੀ ਕੋੜੀ ਆਸ਼ਰਮ ਇਹਨੂੰ ਸ਼ੋਧਦਾਰ ਉਹ ਕਹਿੰਦੇ ਸਨ ਉੱਥੇ ਜੀ ਇਹ ਸੰਗਤ ਚ ਬੈ ਲੱਗਿਆ ਜਦੋਂ ਸੰਗਤ ਲੰਗਣੀ ਨੇ ਧੂੜ ਆਪਣੇ ਪਿੰਡੇ ਤੇ ਲਾਣੀ ਕਰਨੀ ਕਿੱਡੀ ਆਸ ਤਾਂ ਧੂੜ ਲਾਣੀ ਪਿੰਡੇ ਤੇ ਲੰਗਦਿਆਂ ਨੇ ਇੱਕ ਇੱਕ ਤੋਕ ਸਖਾਣੀ ਸ਼ੁਰੂ ਕਰ ਦਿੱਤੀ ਸਿਮਰਨ ਕਰਨ ਲੱਗ ਪਿਆ ਕੁਝ ਦਿਨਾਂ ਬਾਅਦ ਕੀ ਹੋਇਆ ਜਿਹਦੇ ਜ਼ਖਮ ਭਰਨ ਲੱਗ ਪਏ ਫਿਰ ਇਹ ਇੱਕ ਤੋਕੀ ਗਾਉਣ ਲੱਗ ਪਿਆ ਗਿਆ ਕਛੋਟਾ ਲੱਦਾ ਫਿਰ ਗਿਆ ਕਛੋਟਾ ਲੱਦਾ ਫਿਰ ਜਦੋਂ ਲੰਗਣਾ ਤੇ ਕਿਸੇ ਕਹਾ ਮਹਾਰਾਜ ਉਹ ਅਜ ਪਤਾ ਨਹੀਂ ਬੜੇ ਬਿਰਾਗ ਚ ਕਹਿੰਦਾ ਗਿਆ ਕਛੋਟਾ ਲੱਦਾ ਫਿਰ ਇਹਦਾ ਮਤਲਬ ਸੀ ਜਿਹੜੀ ਬਾਡੀ ਮੇਰੀ ਵਿਸ਼ਿਆ ਨੇ ਗਾਲ ਦਿੱਤੀ ਮੇਰੇ ਗੁਰੂ ਨੇ ਫਿਰ ਦੇ ਦਿੱਤੀ ਗਾ ਕਛੋਟਾ ਤੇ ਇੱਕ ਦਿਨ ਇੰਨਾ ਕੋ ਬਿਰਾ ਵਿਚ ਆਇਆ ਸੰਗਤ ਨੇ ਕਿਹਾ ਮਹਾਰਾਜ ਉਹ ਪ੍ਰੇਮਾ ਜਿਹੜਾ ਕੋੜੀ ਸੀ ਉਹ ਬਹੁਤ ਬਿਰਾਗ ਚ ਰਹੁੰਦਾ ਹੈ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਮੇਰ ਦੇ ਘਰ ਚਾਹੇ ਕਹਿਣ ਲੱਗੇ ਉਹਨੂੰ ਇਸ਼ਨਾਨ ਕਰਾ ਕੇ ਲਿਆਓ ਭੌਲੀ ਚੋਂ ਇਸ਼ਨਾਨ ਕਰਾਇਆ ਸੋਹਣੇ ਕੱਪੜੇ ਪਵਾਹੇ ਗੁਰੂ ਅਮਰਦਾਸ ਨੇ ਰਹਿਮਤ ਭਰੀ ਨਦਰ ਕੀਤੀ ਮੈਂ ਛੇ ਵੀ ਕਿਹਾ ਸੀ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਭਾਵੇਂ ਗੁਰੂ ਰਾਮਦਾਸ ਦੀ ਪਰ ਸੱਚੇ ਵੇ ਕਿ ਗੁਰੂ ਅਮਰਦਾਸ ਦਾ ਦਰਸ਼ਨ ਹੀ ਕੋ ਜਿਆ ਸੀ ਉਹ ਬਰਖਾਂ ਦੇ ਦੁੱਖ ਦੂਰ ਕਰਦੇ ਮਹਾਰਾਜ ਜੀ ਨੇ ਕਿਆ ਇਸ਼ਨਾਨ ਕਰਾਉ ਕਰਾਏ ਕੱਪੜੇ ਪਵਾਏ ਤੇ ਇਹ ਵੀ ਆਪ ਜੀ ਨੂੰ ਪਤਾ ਹੈ ਕਿ ਗੁਰੂ ਅਮਰਦਾਸ ਨੂੰ ਗੁਰਗੱਦੀ ਦੇਂਦਿਆਂ ਜਿਸ ਦਿਨ ਜੁਲਾਹੀ ਨੇ ਸ਼ਬਦ ਕਹੇ ਸਨ ਅਮਰੂ ਨਿਥਾਵਾਂ ਤੇ ਤਨ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਦੇ ਦਿੱਤਾ ਕਿਹਾ ਸੀ 12 ਬਖਸ਼ਾ ਦੇ ਕੇ ਕਿਹਾ ਸੀ ਜਿਹਦੀ ਕੋਈ ਥਾਂ ਨਹੀਂ ਹੋਵੇ ਉਹਦੀ ਥਾਂ ਤੂੰ ਹੋਵੇਂਗਾ ਤੁਮ ਹੋ ਨਿਮਾਨਣ ਕੇ ਮਾਨ ਤੁਮ ਹੋ ਨਿਤਾਨਣ ਕੇ ਤਾਨ ਦੇਹੋ ਨਿਮਾਨਨ ਕੋ ਮਾਨ ਨਿਉਟਿਆਂ ਦੀ ਓਟ ਨਿ ਧਰਿਆਂ ਦੀ ਧਾਰ ਨ ਧੀਰਿਆਂ ਦੀ ਧੀਰ ਪੀਰਾਂ ਦੇ